AR पंजाबी रेडियो USA, पंजाबी रेडियो USA, अमेरिका च पंजाबियां दी अपनी आवाज़, अपनी आवाज़। पंजाबी रेडियो USA सुन रहे सारे स्रोतियां दा बहुत बहुत स्वागत है अज दे खास प्रोग्राम दे विच, जेदे विच असीं गलबात करांगे जेड़ा कल पंजाब दे विच इवेंट होया अपना उधमपुर नल्ला पिंड दे विच। तुसी सुनिया कल भी असीं एक इहदे उपर खास प्रोग्राम रन कीता सी, अज असीं उस नूं फॉलो अप करदे होए ते जिहड़ी अपडेट हैगी उह अपने पंजाबी रेडियो USA दे स्रोतियां नाल सांझी कर रहे हां। सो सब तो पहलां जिहड़े कल जिहड़ा होया सी इवेंट उहदे विच इह होया कि पंज गुरु ग्रंथ साहिब महाराज दे जिहड़े सरूप सी उह खूह विच किसे शरारती अंसर ने सुट दित्ते सी। सो उहदे संबंधी जिहड़ी अज दी अपडेट हैगी आ साडे नाल सतपाल सिंह दुगरी जो कि फतेह मल्टीमीडिया तों उह साडे नाल जुड़े होए ने इंडिया तों। तो सर थोड़े समय बाद सानू साडे नाल जोड़नगे श्रोमणी गुरद्वारा प्रबंधक कमेटी के साबका मैंबर सरदार तरलोचन सिंह दुपालपुर होना दे। सो जिहड़ा इह गुरु ग्रंथ साहिब महाराज की बेअदबी हुई सी तकरीबन चार दिन पहला हुई सी, तो जिहड़ा कल इहदे उपर असीं पहली बार जिहड़ा टॉक शो रन किया सी। अज मेरे नाल स्टूडियो दे विच भी सरदार राजकरण वीर सिंह मौजूद ने। सो राजकरण बहुत बहुत स्वागत है। पहलों तो जी सारे ही श्रोतियों गुरु वालों बख्शी हुई फतेह प्रवान करनी जी, वाहेगुरु जी का खालसा वाहेगुरु जी की फतेह। तो जी बिल्कुल जिदा आप दस्या सी, जिदा आप कल दस्या सी, कल पंजाबी रेडियो USA पहला मीडिया बनया विश्व के जिसने इस न्यूज़ के उत्ते जिहड़ा इहनू ब्रेक किया सी, इहनू दस्या सी, क्योंकि उत्थे जिहड़ी मीडिया सीगा ਉਹ ਚਾਰ ਦਿਨ ਤੋਂ ਇਹ ਜਿਹੜੀ ਘਟਨਾ ਉੱਥੇ ਵਾਪਰ ਚੁੱਕੀ ਹੈ, ਦੁਰਘਟਨਾ ਜਿਹੜੀ ਆਪਾਂ ਕਹਿ ਸਕਦੇ ਹਾਂ ਵਾਪਰੀ ਆ, ਪਰ ਕਿਸੇ ਵੀ ਮੀਡੀਆ ਨੇ ਉਹਦੀ ਸਾਰਨੀ ਲਈ, ਨਾ ਹੀ ਪ੍ਰਿੰਟ ਮੀਡੀਆ ਨੇ, ਨਾ ਹੀ ਦੂਜੇ ਮੀਡੀਆ ਇਲੈਕਟ੍ਰੋਨਿਕ ਮੀਡੀਆ। ਹਾਂਜੀ, ਤਾਂ ਜੀ ਤਾਂ ਆਪਾਂ ਜਿੱਦਾਂ ਬਾਹਰ ਬੈਠੇ ਜਿਹੜੇ ਮੀਡੀਆ ਸੀਗਾ, ਜਿਹੜਾ ਬਾਹਰਲਾ ਮੀਡੀਆ ਸੀ, ਉਹਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ, ਤਾਂ ਉਸ ਤੋਂ ਬਾਅਦ UK ਦੇ ਵਿੱਚ, ਯੂਰਪ ਦੇ ਵਿੱਚ ਹੋਰ ਮੀਡੀਆ ਨੇ ਇਸ ਨੂੰ ਕਵਰ ਕੀਤਾ। ਤਾਂ ਉਸੇ ਹੀ ਸਿਲਸਿਲੇ ਦੇ ਵਿੱਚ ਜਿੱਦਾਂ ਹਰਵਿੰਦਰ ਸਿੰਘ ਨੇ ਆਪਾਂ ਨੂੰ ਦੱਸਿਆ ਆ ਵੀ ਜੋ ਉੱਥੇ ਘਟਨਾ ਵਾਪਰੀ ਆ, ਨਾਲ ਹੀ ਸਤਪਾਲ ਸਿੰਘ ਦੁਗਰੀ ਜੀ ਜਿਨ੍ਹਾਂ ਦੇ ਨਾਲ ਆਪਾਂ ਕੱਲ੍ਹ ਗੱਲਬਾਤ ਵੀ ਕੀਤੀ ਸੀ ਤਕਰੀਬਨ 10 ਵਜੇ ਰਾਤ ਨੂੰ ਜਦੋਂ ਸਾਨੂੰ ਇਸ ਖਬਰ ਦਾ ਪਤਾ ਲੱਗਾ ਸੀ, ਤਾਂ ਅੱਜ ਫਿਰ ਸਾਡੇ ਨਾਲ ਜੁੜ ਚੁੱਕੇ ਨੇ। ਸਤਪਾਲ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA 'ਤੇ। ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सो सब तो पहला सतपाल वीर जी सवाल यह है अज, क्योंकि आप सारी न्यूज़ देखियां जड़ियां ऑनलाइन, अजीत देखी, ट्रिब्यून देखी जी इंडिया तो छपदियां, पर किसी भी न्यूज़पेपर में इस चीज़ का जिक्र नहीं, इलैक्ट्रॉनिक मीडिया में भी यूट्यूब के उपर पंजाबी रेडियो USA तो पाई हुई जी वीडियो है, या एक दो वीडियोज़ होर ने, उस तो लैदा यदा कित भी आपको जिक्र नहीं मिलता, पर वह गलबात असं बाद चाहते हैं। पहला तुम यह दसो, तुम कल वो पिंड हो के आए, उत्थे दा की माहौल आ, उत्थों की की अपडेट आ? ਪਹਿਲਾਂ ਤਾਂ ਵੀਰ ਜੀ ਉਹ ਪਿੰਡ ਵਾਲੇ ਇਹ ਸੋਚ ਵਿੱਚ ਬੈਠੇ ਸੀ ਵੀ ਕਿ ਅਸੀਂ ਪੂਰੇ ਇਕੱਠੇ ਹਾਂ ਤੇ ਸਾਡੇ ਤੇ ਕੋਈ ਹਨਾ ਦਬਾਅ ਨਹੀਂ ਪਾਇਆ ਜਾ ਸਕਦਾ ਜੀ। ਪਰ ਜਦ ਉਹਨਾਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਰੋਹ ਨੂੰ ਦੇਖਿਆ, ਬੜੀ ਦੂਰੋਂ ਦੂਰੋਂ ਸੰਗਤ ਆਈ, ਪੂਰੇ ਵਰਲਡ ਵਿੱਚੋਂ ਸੰਗਤ ਦੀ ਕਾਲਸ ਵੀ ਆਈਆਂ ਆਪ ਜੀ ਦੇ ਮਾਧਿਅਮ ਰਾਹੀਂ ਵੀ, ਜਿਹਨਾਂ ਜਿਹਨਾਂ ਨੇ ਸੁਣਿਆ ਬਹੁਤ ਦੁਖੀ ਹੋਏ। ਤੇ ਇੱਕ ਵੱਡੀ ਗੱਲ ਸੀ, ਜਿੰਨੀ ਵੀ ਸੰਗਤ ਆਪਣੇ ਨੇੜੇ ਤੇੜੇ ਦੇ ਇਲਾਕਿਆਂ ਦੀ ਸੀਗੀ, ਉਧਰੋਂ ਬਰਵਾਲੀ, ਰੋਪੜ, ਨੰਗਲ, ਮਾਛੀਵਾੜਾ, ਜਿੱਥੋਂ ਵੀ ਸੰਗਤ ਆ ਸਕਦੀ ਸੀ, ਬਹੁਤ ਵੱਡੀ ਗਿਣਤੀ ਸੰਗਤ ਆਈ ਜੀ। ਜਦੋਂ ਸੰਗਤ ਦਾ ਇਕੱਠ ਵੇਖ ਕੇ ਪ੍ਰਬੰਧਕ ਕਮੇਟੀਆਂ ਦੇ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਜੀ। ਤੇ ਜਦਕਿ ਜਿਹੜੀ ਕੱਲ ਤੁਹਾਨੂੰ ਅਸੀਂ ਦੱਸੀ ਸੀ ਘਟਨਾ ਕੀ ਆ, ਪਰਸੋਂ ਰਾਤ ਦੀ ਆ, ਤੇ ਉੱਥੇ ਜਾ ਕੇ ਅਸੀਂ ਬੜੇ ਹੈਰਾਨ ਹੋ ਗਏ ਕਿ ਘਟਨਾ 12 ਤਰੀਕ ਰਾਤ ਦੀ ਆ ਜੀ, ਸਾਨੂੰ ਹਫ਼ਤਾ ਬੀਤ ਚੁੱਕਾ ਹੈ ਜੀ ਜੀ ਜੀ। ਇੱਕ ਹਫ਼ਤੇ ਦੌਰਾਨ ਕੋਈ ਵੀ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਵੱਲੋਂ, ਕੋਈ ਪ੍ਰਬੰਧਕ ਕਮੇਟੀਆਂ ਨੇ ਜ਼ਿੰਮੇਵਾਰੀ ਨੀ ਆਪਣੀ ਨਿਭਾਈ ਕਿ ਬੰਦੇ ਫੜੀਏ ਜਿਨ੍ਹਾਂ ਨੇ ਇਹ ਘਿਨੌਣੀ ਕਾਰਵਾਈ ਕੀਤੀ ਆ। ਗੁਰਦੁਆਰਾ ਕਮੇਟੀਆਂ ਨੇ ਕੋਈ ਕਾਰਵਾਈ ਨੀ ਕੀਤੀ ਕਿ ਜਿਨ੍ਹਾਂ ਨੂੰ ਚਾਹੀਦਾ ਸੀਗਾ ਵੀ ਅਸੀਂ ਆਪ ਜਾ ਕੇ ਦੇਖੀਏ ਵੀ ਇਹੋ ਜਿਹੀ ਘਟਨਾ ਕਿਉਂ ਵਾਪਰੀ। ਉਲਟਾ ਉਹਨਾਂ ਨੇ ਕਾਰਵਾਈ ਤਾਂ ਕੀ ਕਰਨੀ ਹੈ, ਉਹ 5 ਸਰੂਪ ਗੁਰਦੁਆਰਾ ਫਤਿਹਗੜ੍ਹ ਸਾਹਿਬ ਉੱਥੇ ਦੀ ਪ੍ਰਬੰਧਕ ਕਮੇਟੀ ਦੇ ਕੇ ਆਈ ਹੈ, ਉਹਨਾਂ ਨੇ ਬਿਨਾਂ ਪੁੱਛੇ ਬਿਨਾਂ ਪੁੱਛ ਪੜਤਾਲ ਕੀਤੇ, ਤੇ ਅੱਗੇ ਦੀ ਜਿਹੜੀ ਕਾਰਵਾਈ ਬਾਰੇ ਵੀ ਉਹਨਾਂ ਕੋਲੋਂ ਨੀ ਪੁੱਛਿਆ ਵੀ ਤੂੰ ਮੁੜ ਕੇ ਕਿਵੇਂ ਸੇਫ ਰੱਖੋਗੇ। ਹਾਂਜੀ ਹਾਂਜੀ, ਇੱਕ ਵਾਰੀ ਐਵੇਂ ਹੋ ਗਿਆ ਮੁੜ ਕੇ ਨਾ ਹੋ ਜਾਵੇ, ਉਹਨਾਂ ਨੇ ਫਿਰ ਸਰੂਪ ਚੱਕ ਕੇ ਦੇ ਦਿੱਤਾ ਉਹਨਾਂ ਨੂੰ ਜੀ ਜੀ। ਤੇ ਕੱਲ ਜਦੋਂ ਉੱਥੇ ਪਹੁੰਚੇ ਤੇ ਪਹਿਲਾਂ ਤੇ ਪ੍ਰਬੰਧਕ ਕਮੇਟੀ ਮੰਨੇ ਹੀ ਨਾ ਵੀ ਸਾਨੂੰ ਪਤਾ ਹੀ ਨੀ, ਬਸ ਇਹੀ ਰੋਲਾ ਜੀ, ਪੂਰਾ ਦਾ ਪੂਰਾ ਪਿੰਡ ਇੱਕ ਪਾਸੇ, ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨੀ ਜੀ ਜੀ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿ ਏਦਾਂ ਕਿਵੇਂ ਹੋ ਸਕਦਾ ਕਿ ਐਡੀ ਵੱਡੀ ਘਟਨਾ ਹੋਈ ਹੋਵੇ ਤੇ ਪਤਾ ਹੀ ਕਿਸੇ ਨੂੰ ਨਾ ਹੋਵੇ। ਉੱਥੇ ਜਾ ਕੇ ਜਿਹੜੇ ਹੋਰ ਤੱਥ ਸਾਹਮਣੇ ਆਏ ਉਹ ਇਹ ਸੀਗਾ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਪਹਿਲੀ ਵਾਰ ਨੀ ਹੋਈ, ਉੱਥੇ 2-3 ਵਾਰੀ ਪਹਿਲਾਂ ਵੀ ਇਹੋ ਜਿਹਾ ਕੰਮ ਹੋ ਚੁੱਕਾ ਹੈ।
ਉੱਥੇ ਇੱਕ ਵਾਰੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਝਾੜੂ ਰੱਖਤਾ ਸੀਗਾ ਪ੍ਰਕਾਸ਼ ਜਦੋਂ ਕੀਤਾ ਹੋਇਆ ਉਹਨਾਂ ਨੇ ਜੀ, ਉਦੋਂ ਵੀ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਇੱਕ ਵਾਰੀ ਉੱਥੇ ਕਿਸੇ ਨੇ ਪੋਚਾ ਰੱਖਿਆ ਹੋਇਆ ਸੀਗਾ ਜਿਹੜਾ ਪੋਚਾ ਲਗਾਉਣ ਵਾਲਾ ਹੁੰਦਾ ਵਾ ਘਰੇ ਜੀ, ਉਹ ਵੀ ਰੱਖਿਆ ਸੀ, ਫਿਰ ਵੀ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਫਿਰ ਅਗਲੇ ਦੀ ਹਿੰਮਤ ਵੱਧ ਗਈ ਤੇ ਉਹਨੇ ਐਡੀ ਵੱਡੀ ਕਾਰਵਾਈ ਨੂੰ ਜਿਹੜਾ ਅੰਜਾਮ ਦੇ ਦਿੱਤਾ। ਹੁਣ ਗੱਲ ਜਿਹੜੀ ਨਿਕਲ ਕੇ ਆਈ ਉਹ ਆਇਆ ਸੀਗੀ ਕਿ ਕਿਤੇ ਨਾ ਕਿਸੇ ਪਾਸੇ ਕੀ ਆ ਸਾਰੇ ਮਿਲੇ ਹੋਏ ਨੇ ਆਪਸ ਵਿੱਚ। ਹਾਂਜੀ, ਜਦੋਂ ਉਹਨਾਂ ਤੇ ਦਬਾਅ ਵਧਾਇਆ ਗਿਆ ਪਰ ਫਿਰ ਵੀ ਇਹਨਾਂ ਨੇ ਮੰਨਿਆ ਨੀ ਤੇ ਐਸ ਪੀ ਸੀ ਉੱਥੇ ਐਸ ਪੀ ਡੀ ਜੀ ਉੱਥੇ ਚਾਰ ਐਸ ਐਚ ਓ ਨਾਲ ਦੀ ਨਾਲ ਉੱਥੇ ਮੌਜੂਦ ਸੀਗੇ ਮੌਕੇ ਤੇ ਹੀ ਤੇ ਵੱਡੀ ਗਿਣਤੀ ਚ ਪੁਲਿਸ ਵੀ ਉੱਥੇ ਨਾਲ ਜਿਹੜੀ ਮੌਜੂਦ ਸੀਗੀ ਕਿ ਕਿਸੇ ਤਰੀਕੇ ਦਾ ਕੋਈ ਡਿਸਪਿਊਟ ਨਾ ਹੋਵੇ। ਜੀ ਜੀ, ਤੇ ਸੰਗਤ ਦਾ ਜਿਵੇਂ ਜਿਵੇਂ ਰੋਹ ਵੱਧਦਾ ਗਿਆ ਤੇ ਜਦ ਉਹ ਨਹੀਂ ਮੰਨੇ ਤੇ ਫਿਰ ਸਾਰੀ ਸੰਗਤ ਵਿੱਚੋਂ ਫੈਸਲਾ ਇਹ ਲਿਆ ਗਿਆ ਕਿ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਗੁਰਦੁਆਰੇ ਦੀ ਤੇ ਜਿੰਨੀ ਵੀ ਪਿੰਡ ਦੀ ਪੰਚਾਇਤ ਵਾ ਸਾਰਿਆਂ ਉੱਪਰ 295 ਧਾਰਾ ਲਗਾ ਕੇ ਇਹਨਾਂ ਤੇ ਕੇਸ ਕੀਤਾ ਜਾਵੇ। ਜੀ, ਜਦ ਉਹਨਾਂ ਨੂੰ ਹੁਣ ਇਹ ਗੱਲ ਸੁਣਨ ਨੂੰ ਮਿਲੀ ਵੀ ਕਿ ਸਾਰਿਆਂ ਦੇ ਉੱਪਰ ਕੇਸ ਹੋਊਗਾ ਫਿਰ ਉਹਨਾਂ ਦੇ ਥੋੜੇ ਹੱਥ ਪੈਰ ਫੁੱਲਣੇ ਸ਼ੁਰੂ ਹੋਏ। ਜੀ ਜੀ, ਤੇ ਐਂਡ ਵਿੱਚੋਂ ਗੱਲ ਨਿਕਲ ਕੇ ਜੋ ਸਾਹਮਣੇ ਆਈ ਹੈ ਉਹ ਏਦਾਂ ਕਿ ਪਿੰਡ ਦੇ ਆਪਣਾ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਤੋਂ 35-40 ਕਦਮ ਦੂਰ ਤੇ ਇੱਕ ਸਮਾਧ ਬਣੀ ਹੈ ਕਿਸੇ ਸ਼ਹੀਦ ਸਿੰਘ ਦੀ, ਨਾਮ ਕਿਸੇ ਨੂੰ ਨਹੀਂ ਪਤਾ। ਅੱਛਾ ਜੀ, ਜਿਵੇਂ ਅੱਜ ਕੱਲ ਆਪਾਂ ਆਮ ਦੇਖਦੇ ਹਾਂ ਵੀ ਮੱਟਾਂ ਬਣੀਆਂ ਹੁੰਦੀਆਂ ਨੇ, ਮੜੀਆਂ ਬਣੀਆਂ ਹੁੰਦੀਆਂ ਨੇ ਤੇ ਉਹਨੂੰ ਸਮਾਧ ਦਾ ਤੇ ਸ਼ਹੀਦ ਸਿੰਘਾਂ ਦੀ ਜਗ੍ਹਾ ਦਾ ਨਾਮ ਦੇ ਦਿੰਦੇ ਆ। ਜੀ ਜੀ ਜੀ, ਉਹ ਸ਼ਹੀਦ ਸਿੰਘਾਂ ਵਾਲੀ ਜਗ੍ਹਾ ਤੇ ਸਲਾਨਾ ਕਿਤੇ ਅਖੰਡ ਪਾਠ ਹੁੰਦਾ ਹੈ ਜੀ। ਜੀ, ਤੇ ਰੋਲਾ ਇਸ ਗੱਲ ਦਾ ਸੀਗਾ, ਉਹ ਕਹਿੰਦੇ ਵੀ ਜਦੋਂ ਤੁਸੀਂ ਅਖੰਡ ਪਾਠ ਸਾਡੀ ਉੱਥੇ ਸਮਾਧ ਤੇ ਕਰਾਉਣਾ ਤੇ ਉੱਥੇ ਜਿਹੜਾ ਚੜਾਵਾ ਚੜੂਗਾ ਉਹ ਸਾਨੂੰ ਦੇਣਾ ਵਾ। ਅੱਛਾ ਜੀ, ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੋਲਾ ਆਇਆ ਸੀਗਾ ਕਹਿੰਦੇ ਵੀ ਸਰੂਪ ਸਾਡੇ ਗੁਰਦੁਆਰੇ ਤੋਂ ਆਉਂਦਾ ਤੇ ਚੜਾਵਾ ਅਸੀਂ ਲੈਣਾ। ਇਸ ਕਰਕੇ ਉਹਨਾਂ ਦਾ ਆਪਸੀ ਕੁਛ ਚਿਰ ਪਹਿਲਾਂ ਡਿਸਪਿਊਟ ਹੋਇਆ ਸੀਗਾ ਤੇ ਉਹ ਸਮਾਧ ਵਾਲੇ ਨੇ ਕੋਈ ਲਖਵੀਰ ਸਿੰਘ ਨਾਮ ਦੇ ਪਰਸਨ ਨਾਲ ਇਨਵੋਲਵ ਹੋ ਕੇ ਨਸ਼ਈ ਹਾਲਤ ਦੇ ਵਿੱਚ ਆਲਾ ਕੰਮ ਕਰਵਾਇਆ। ਜੀ ਜੀ ਜੀ, ਜਿਹੜੀ ਕਿ ਉੱਥੋਂ ਜਿਹੜੀ ਜਾਣਕਾਰੀ ਨਿਕਲੀ ਹੈ ਸਾਰੀ ਜੀ। ਬਾਕੀ ਕੱਲ ਪੁਲਿਸ ਨੇ ਲਖਵੀਰ ਸਿੰਘ ਨੂੰ ਨਾਲ ਦੀ ਨਾਲ ਅਰੈਸਟ ਕਰ ਲਿਆ ਉਸੇ ਟਾਈਮ ਤਾਂ ਕਿ ਲੋਕਾਂ ਦੇ ਕਿਤੇ ਗੁੱਸੇ ਦਾ ਸ਼ਿਕਾਰ ਵੀ ਨਾ ਹੋ ਜਾਵੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਗੁੱਸੇ 'ਚ ਸੀਗੀ ਜੀ। ਜੀ, ਤੇ ਉਹਨੂੰ ਨਾਲ ਦੀ ਨਾਲ ਪੁਲਿਸ ਅਰੈਸਟ ਕਰਕੇ ਲੈ ਗਈ ਹੈ ਤੇ ਬਾਕੀ ਦੇ ਜਿਹੜੇ ਤੱਤ ਨੇ ਉਹ ਕਹਿੰਦੇ ਕਿ ਹੁਣ ਅਸੀਂ ਛਾਣਬੀਣ ਕਰਕੇ ਉੱਥੋਂ ਪੁੱਛ ਪੜਤਾਲ ਕਰਕੇ ਫਿਰ ਹੀ ਜਿਹੜੇ ਕਿ ਆਪ ਜੀ ਦੇ ਸਾਰੇ ਦੇ ਸਾਹਮਣੇ ਰੱਖਾਂਗੇ। ਜੀ ਜੀ ਜੀ, ਮੌਜੂਦਾ ਸਮੇਂ 'ਚ ਇੱਕ ਗੱਲ ਹੋਰ ਉੱਠੀ ਕਿ ਜੇ ਇੱਥੇ ਪਹਿਲਾਂ ਵੀ ਇੰਨੀ ਵਾਰੀ ਹੋ ਚੁੱਕਿਆ ਹੈ ਕਿ ਕੋਈ ਪ੍ਰਬੰਧਕ ਕਮੇਟੀ ਵੱਲੋਂ ਐਕਸ਼ਨ ਨਹੀਂ ਲਿਆ ਗਿਆ ਤੇ ਇਸ ਗੁਰਦੁਆਰਾ ਸਾਹਿਬ ਦੇ ਗੁਰੂ ਸਾਹਿਬ ਦਾ ਸਰੂਪ ਨਹੀਂ ਛੱਡਣਾ ਚਾਹੀਦਾ, ਸਾਰਿਆਂ ਵੱਲੋਂ ਇਹੀ ਵਿਚਾਰ ਰੱਖੀ ਗਈ। ਫਿਰ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਜਿਹਦੇ ਨਾਲ ਫਿਰ ਜਿਹੜੇ ਸਿੱਖ ਹਿਰਦੇ ਨੇ ਦੂਰ ਨੇੜੇ ਬੈਠੇ ਸਾਰੇ ਉਹ ਵਲੁੰਦਰੇ ਜਾਂਦੇ ਨੇ, ਦੁਖੀ ਹੁੰਦੇ ਨੇ ਉਹ। ਜੀ ਜੀ ਜੀ, ਪਰ ਉੱਥੇ ਹੀ ਕਾਫੀ ਕੁਛ ਪਿਆਰ ਵਾਲੀ ਸੰਗਤ ਵੀ ਸੀਗੀ, ਕੁਛ ਬੀਬੀਆਂ ਭੈਣਾਂ ਜਿਹੜੇ ਕਿ ਸੰਗਤ ਜਿਹੜੇ ਪਿਆਰ ਨਾਲ ਸ਼ਰਧਾ ਨਾਲ ਆਉਂਦੇ ਨੇ ਉਹਨਾਂ ਨੇ ਬਿਲਕੁਲ ਤਾਹਾ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਜੀ ਜੀ, ਕਿ ਵੀ ਅੱਜ ਤੋਂ ਬਾਅਦ ਅਸੀਂ ਚਾਹੇ ਰਾਤਾਂ ਰਾਤਾਂ ਨੂੰ ਜਾਗ ਕੇ ਕੱਟੀਏ ਚਾਹੇ ਅਸੀਂ ਗੁਰਦੁਆਰੇ ਹੀ ਸੋਈਏ ਪੂਰਾ ਦਾ ਪੂਰਾ ਪਰਿਵਾਰ ਉਕਾਂਗੇ ਅਸੀਂ, ਪਰ ਅੱਜ ਤੋਂ ਬਾਅਦ ਇਹੋ ਜਿਹੀ ਕਦੀ ਘਟਨਾ ਨਹੀਂ ਵਾਪਰੇਗੀ। ਤੇ ਉਹਨਾਂ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਅਜੇ ਉੱਥੇ ਹੀ ਹੈ ਜੀ। ਤੇ ਬਾਕੀ ਜਿਹੜਾ ਜਿਹੜਾ ਇੰਸੀਡੈਂਟ ਕੀਤਾ ਜਿਹੜਾ ਲਖਵੀਰ ਸਿੰਘ ਨਾਮ ਦੇ ਬੰਦੇ ਨੇ ਉਹਨੂੰ ਪੁਲਿਸ ਹਿਰਾਸਤ ਵਿੱਚ ਲੈ ਗਈ ਹੈ, ਤਫਤੀਸ਼ ਤੋਂ ਬਾਅਦ ਪਤਾ ਚੱਲੇਗਾ ਵੀ ਉਹਦੇ ਨਾਲ ਹੋਰ ਕੌਣ ਕੌਣ ਬੰਦੇ ਇਨਵੋਲਵ ਹੈ, ਉਹਨੂੰ ਬੈਕਅਪ ਸਪੋਰਟ ਕੀ ਹੈ, ਕਿ ਕੋਈ ਸਿਰਫ ਹੈ ਸਿਰਫ ਉਹ ਚੜਾਵੇ ਵਾਲੀ ਰੰਜਿਸ਼ ਕਰਕੇ ਹੋਇਆ ਜਾਂ ਇਹਦੇ ਪਿੱਛੇ ਕੁਛ ਹੋਰ ਵੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਹੜੀ ਪੁੱਛ ਪੜਤਾਲ ਤੋਂ ਬਾਅਦ ਹੀ। ਜੀ ਜੀ ਜੀ, ਧੰਨਵਾਦ ਸਤਪਾਲ ਸਿੰਘ ਜੀ ਜਾਣਕਾਰੀ ਦੇ ਲਈ। ਅਤੇ ਇਹਦੇ ਨਾਲ ਰਾਜਕਰਨ ਅਤੇ ਵੀਰ ਜੀ ਇੱਕ ਗੱਲ ਬੜੀ ਸਾਹਮਣੇ ਆਉਂਦੀ ਆ ਖੁੱਲ੍ਹ ਕੇ, ਉਹ ਇਹ ਆ ਕਿ ਕਿੰਨਾ ਕੁ ਸਾਡੇ ਮਨਾਂ ਦੇ ਵਿੱਚ ਸਤਿਕਾਰ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ। ਸਿੱਖ ਧਰਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਸਿਧਾਂਤਕ ਪੱਖੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਸ਼ਬਦ ਗੁਰੂ ਦੀ ਸਭ ਤੋਂ ਪਹਿਲ ਹੈ, ਉਹਦੇ ਉੱਤੇ ਸਾਰਾ ਸਿੱਖ ਧਰਮ ਜਿਹੜਾ ਜਿਹੜੀ ਉਪਜਾ ਹੋਈ ਆ। ਤੇ ਜਿਹੜੇ ਸ਼ਬਦ ਗੁਰੂ ਦੀ ਜੇ ਅਸੀਂ ਰਿਸਪੈਕਟ ਨਹੀਂ ਕਰ ਸਕਦੇ, ਕੇਅਰ ਨਹੀਂ ਕਰ ਸਕਦੇ, ਤੇ ਫਿਰ ਸਾਨੂੰ ਪਤਾ ਵੀ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਆ। ਤੇ ਦੂਸਰੀ ਗੱਲ ਜਿਹੜੀ ਤੁਸੀਂ ਨਵੀਂ ਜਾਣਕਾਰੀ ਸਾਨੂੰ ਦਿੱਤੀ, ਪਹਿਲਾਂ ਨਹੀਂ ਸੀ ਸਾਨੂੰ ਇਸ ਗੱਲ ਦਾ ਪਤਾ ਵੀ ਇਹ ਘਟਨਾ ਨੂੰ 7 ਦਿਨ ਹੋ ਚੁੱਕੇ ਨੇ। ਤੇ ਅਸੀਂ ਸੋਚਦੇ ਕਿ 4 ਦਿਨ ਪਹਿਲਾਂ ਦੀ ਘਟਨਾ, ਇਹ 7 ਦਿਨ ਹੋ ਚੁੱਕੇ ਨੇ, ਪਰ ਫਿਰ ਵੀ ਕੋਈ ਜਿਹੜੀ ਇਹਦੀ ਆ ਕਾਰਵਾਈ ਨਹੀਂ ਪਾਈ ਗਈ। ਜੀ ਹਾਂਜੀ, ਕਿਸੇ ਪ੍ਰੈਸ ਵੱਲੋਂ ਕੋਈ ਜਾਣਕਾਰੀ ਨਹੀਂ ਅਜੇ ਤੱਕ ਵੀ ਨਹੀਂ ਹੈਗੀ ਜੀ। ਜੀ ਜੀ,
ਚੜ੍ਹਦੀ ਕਲਾ ਤੇ ਟਾਈਮ ਟੀਵੀ ਚੈਨਲ ਪਹੁੰਚੇ ਹੋਏ ਸੀਗੇ, ਪਰ ਉਹਨਾਂ ਵੱਲੋਂ ਵੀ ਅਜੇ ਤੱਕ ਜੋ ਚੈਨਲ ਦੇ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜੀ ਜੀ ਜੀ। ਤੇ ਬਾਕੀ ਜਿਹੜੀ ਪ੍ਰੈਸ ਵਾ, ਚਾਹੇ ਪੰਥਕ ਅਖਬਾਰਾਂ ਕਹਿੰਦੀਆਂ ਨੇ ਆਪਣੇ ਆਪ ਨੂੰ ਜਾਂ ਪੰਥਕ ਚੈਨਲ ਕਹਿੰਦੇ ਨੇ ਅਸੀਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ, ਅਜੇ ਤੱਕ ਉਹ ਵੀ ਨਹੀਂ ਕੋਈ ਪਹੁੰਚਿਆ। ਸੈਕੰਡ ਗੱਲ ਹੈ ਜੀ, ਦੇਖੋ ਇਸ ਵੇਲੇ ਇਲੈਕਸ਼ਨ ਦੀਆਂ ਡੇਟਸ ਨੇ ਔਰ ਇਲੈਕਸ਼ਨ ਦਾ ਸਾਰੇ ਪਾਸੇ ਜਿਹੜਾ ਕਾਫੀ ਜਿਹੜਾ ਰੋਲਾ ਵੀ ਹੈ, ਹਾਂਜੀ ਹਾਂਜੀ, ਦੌੜ ਭੱਜ ਵੀ ਲੱਗੀ ਹੈ, ਇਹਨਾਂ ਨੂੰ ਇੱਥੇ ਤੱਕ ਨੀ ਸੁਝਿਆ ਵੀ ਤੁਸੀਂ ਆਪਣੇ ਇਹਨਾਂ ਜਿਹੜੇ ਬਾਹਰਲੇ ਕੰਮਾਂ ਚ ਇੰਨੇ ਕੁ ਮਸ਼ਰੂਫ ਹੋਏ ਪਏ ਹੋ, ਤੁਹਾਨੂੰ ਗੁਰੂ ਦਾ ਆਦਰ ਸਤਿਕਾਰ ਹੀ ਭੁੱਲ ਗਿਆ ਵੀ ਉੱਥੇ ਐਡਾ ਵੱਡਾ ਅਨਾਦਰ ਹੋਇਆ ਵਾ, ਐਡੀ ਵੱਡੀ ਬੇਅਦਬੀ ਹੋਈ ਹੈ, ਘੱਟੋ ਘੱਟ ਜਾ ਕੇ ਜਾਣਕਾਰੀ ਤਾਂ ਲਓ ਜੀ। ਬਿਲਕੁਲ, ਹੋਰ ਨੀ ਆ ਸਕਦਾ, ਉੱਥੇ ਹਲਕੇ ਦੇ ਮੈਂਬਰ ਤਾਂ ਆ ਸਕਦੇ ਨੇ ਜਿਹੜੇ ਉੱਥੇ ਜਿਹਨਾਂ ਨੇ ਖੜ ਕੇ ਉੱਥੇ ਗੁਰੂ ਦੇ ਨਾਮ ਤੇ ਵੋਟਾਂ ਮੰਗਣੀਆਂ ਨੇ, ਜਿਹਨਾਂ ਨੇ ਪ੍ਰਬੰਧ ਸੁਧਾਰਨ ਦੇ ਨਾਂ ਤੇ ਵੋਟਾਂ ਮੰਗਣੀਆਂ ਨੇ ਜੀ। ਬਿਲਕੁਲ, ਤੇ ਇਸੇ ਸਿਲਸਿਲੇ ਚ ਕੱਲ ਇੱਕ ਬੜੀ ਵੱਡੀ ਤਰਾਸ ਵੀ ਹੋਈ, ਉੱਥੇ ਕਹਿੰਦੇ ਜੀ ਕਿ ਗ੍ਰੰਥੀ ਸਿੰਘ ਸਾਨੂੰ ਚਾਹੀਦਾ ਇੱਕ ਜਿਹੜਾ ਸੁਲਝਿਆ ਹੋਵੇ, ਉੱਥੇ ਉਹ ਪਿੰਡ ਜਿਹੜਾ ਸਿਰਫ 35 ਘਰਾਂ ਦਾ ਪਿੰਡ ਹੈ ਜੀ, ਉੱਥੇ ਇੱਕ ਗ੍ਰੰਥੀ ਕੀ ਮਿਲਣਾ, ਇੱਕ ਵੀ ਅੰਮ੍ਰਿਤਧਾਰੀ ਸਿੰਘ ਨਹੀਂ ਹੈਗਾ। ਜੀ ਜੀ ਜੀ। ਤੇ ਉਹ ਏਰੀਆ ਆਨੰਦਪੁਰ ਸਾਹਿਬ ਦੇ ਨਾਲ ਪੈਂਦਾ, ਚਮਕੌਰ ਸਾਹਿਬ ਇਤਿਹਾਸਕ ਜਿਹੜੀ ਨਗਰੀ ਹੈ ਉਹਦੇ ਬਿਲਕੁਲ ਨਾਲ 20 ਕਿਲੋਮੀਟਰ ਤੇ ਉਹ ਏਰੀਆ ਪੈਂਦਾ। ਹਾਂਜੀ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਲ ਸਾਡੇ ਇਤਿਹਾਸਕ ਸ਼ਹਿਰਾਂ ਦੇ ਨਗਰਾਂ ਦੇ ਬਿਲਕੁਲ ਨਾਲ ਦੇ ਪਿੰਡਾਂ ਦਾ ਜੀ। ਜੀ ਜੀ ਜੀ। ਤੇ ਇੱਕ ਬਹੁਤ ਹੀ ਇੱਕ ਜਿੱਦਾਂ ਕਹਿ ਲਓ ਜੀ ਮਾੜੀ ਜਿਹੜੀ ਗੱਲ ਆ ਵੀ ਜਿਹੜਾ ਸਿੱਖ ਕੌਮ ਦਾ ਜਿਹਦਾ ਖਾਲਸੇ ਦਾ ਜਿੱਦਾਂ ਕਹਿੰਦੇ ਸੀ ਵੀ ਖਾਲਸਾ ਹਰ ਪਾਸੇ ਹੋਣਾ ਚਾਹੀਦਾ ਆ, ਖਾਲਸਾ ਤੇ ਕੀ ਉੱਥੇ ਆਮ ਕੋਈ ਨੋਰਮਲ ਜਿਹੜਾ ਸਿੱਖ ਭਾਈਚਾਰੇ ਨਾਲ ਸਿੱਖੀ ਖਿਆਲਾਂ ਵਾਲਾ ਉਹ ਵੀ ਲੱਭਣੇ ਔਖੇ ਹੋ ਗਏ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਚੋਣਾਂ ਦੀ ਗੱਲ ਕੀਤੀ, ਤੇ ਅਸੀਂ ਵੀ ਇੱਥੋਂ ਇੱਕ ਜਿਹੜਾ ਉੱਥੇ ਵਿਧਾਇਕ ਉੱਥੇ ਜਿਹੜਾ ਖੜਾ ਹੋਇਆ ਜੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਦੇ ਲਈ, ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਚੋਣਾਂ 'ਚ ਇੰਨੇ ਰੁੱਝੇ ਆ, ਸਾਨੂੰ ਇਹਦੇ ਬਾਰੇ ਕੀ ਅਸੀਂ ਕਰ ਸਕਦੇ ਹਾਂ। ਤੇ ਜੀ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜੀ, ਅੱਜ ਤੋਂ ਬਾਅਦ ਕੋਈ ਇਹੋ ਜਿਹਾ ਕੁੱਤਾ ਟੋਲਾ ਤੁਹਾਡੇ ਕੋਲ ਆ ਕੇ ਖੜੇ ਨਾ ਤਾਂ ਫੜ ਕੇ ਡੰਡਾ ਇੱਕ ਵਾਰੀ ਉਹਨਾਂ ਨੂੰ ਫੇਂਟ ਦਿਓ। ਜੀ 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 ਜੀ। ਕਿਉਂਕਿ ਸਭ ਤੋਂ ਵੱਧ ਬੇੜਾ ਗਰਕ ਕਰਨ ਵਾਲੇ ਇਹੀ ਲੋਕ ਨੇ, ਅਸੀਂ ਇਹਨਾਂ ਨੂੰ ਮੂੰਹ ਲਾਉਂਦੇ ਹਾਂ ਫਿਰ ਮੁੜ ਕੇ ਸਾਡੇ ਸਿਰ ਚੜ ਬਹਿ ਜਾਂਦੇ ਨੇ, ਫਿਰ ਸਾਡੇ ਸਿਰ ਤੋਂ ਜੁੱਤੀਆਂ ਮਾਰਦੇ ਨੇ। ਜੀ ਜੀ। ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੀ ਜਿਹੜੀ ਭੂਤ ਸਵਾਰ ਕਰ ਦੇਣੀ ਚਾਹੀਦੀ, ਤੇ ਇਹਨਾਂ ਦੀ ਔਕਾਤ ਇਹਨਾਂ ਨੂੰ ਦੱਸ ਕੇ ਰੱਖਣੀ ਚਾਹੀਦੀ ਵੀ ਤੁਹਾਡੀ ਔਕਾਤ ਕੀ ਆ, ਜੇ ਤੁਸੀਂ ਗੁਰੂ ਘਰ ਦੇ ਸ਼ਰਧਾਵਾਨ ਹੋ, ਪ੍ਰਚਾਰਕ ਹੋ, ਤਾਂ ਸਾਡੇ ਵਾਸਤੇ ਸਤਿਕਾਰਕ ਹੋ, ਸਾਡੇ ਸਿਰ ਮੱਥੇ ਤੇ ਆ ਤੁਹਾਡਾ ਹਰ ਹੁਕਮ। ਜੀ ਜੀ। ਜਦ ਤੁਹਾਡੇ ਵਾਸਤੇ ਤੁਹਾਡੀ ਨਜ਼ਰ ਦੇ ਵਿੱਚ ਗੁਰੂ ਘਰ ਵਾਸਤੇ ਕੋਈ ਸਤਿਕਾਰ ਨਹੀਂ, ਗੁਰੂ ਗ੍ਰੰਥ ਸਾਹਿਬ ਵਾਸਤੇ ਕੋਈ ਸਤਿਕਾਰ ਨਹੀਂ, ਅਸੀਂ ਤੁਹਾਡਾ ਸਤਿਕਾਰ ਕਿਵੇਂ ਕਰੀਏ? ਜੀ 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 ਜੀ। ਸਤਪਾਲ ਸਿੰਘ ਜੀ, ਇੱਕ ਸਵਾਲ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਪੁੱਛਦਾ, ਕਿਉਂਕਿ ਤੁਸੀਂ ਘਟਨਾ ਤੋਂ ਸਥਲ ਤੋਂ ਹੋ ਕੇ ਆਏ ਹੋ, ਤਾਂ ਤੁਸੀਂ ਇਹ ਦੱਸੋ ਵੀ ਕਿਹੜੀ ਕਿਹੜੀ ਸਿੱਖ ਜਥੇਬੰਦੀਆਂ ਉੱਥੇ ਇਸ ਘਟਨਾ ਦੀ ਜਾਣਕਾਰੀ ਲੈਣ ਪਹੁੰਚੀਆਂ? ਹਾਂਜੀ ਵੀਰ ਜੀ, ਸਾਡੇ ਤੋਂ ਪਹਿਲਾਂ ਉੱਥੇ ਪਹੁੰਚ ਚੁੱਕੇ ਸੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣੇ ਤੋਂ ਜੀ, ਤੇ ਦਮਦਮੀ ਟਕਸਾਲ ਦੇ ਭਾਈ ਬਲਬੀਰ ਸਿੰਘ ਜੀ ਹੋਣੀ ਹੈਗੇ ਨੇ, ਉਹ ਵੀ ਪਹੁੰਚ ਚੁੱਕੇ ਸੀ ਉੱਥੇ ਜੀ। ਤੇ ਸਾਡੇ ਪਹੁੰਚਣ ਤੋਂ ਬਾਅਦ ਪਹੁੰਚਣ ਉੱਥੇ ਆਪਣੇ ਦਮਦਮੀ ਟਕਸਾਲ ਅਜਨਾਲਾ ਦੇ ਜਿਹੜੇ ਮੁਖੀ ਨੇ ਆਪਣੇ ਭਾਈ ਅਮਰੀਕ ਸਿੰਘ ਜੀ, ਜੀ ਸਿਰਫ ਇਹ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀ ਜੀ, ਤੇ ਇੱਕ ਆਪਣਾ ਜਿਹੜਾ ਛੋਟਾ ਜਿਹਾ ਗਰੁੱਪ ਹੈਗਾ ਵੀਰਾਂ ਦਾ ਬਣਿਆ ਹੋਇਆ ਜੀ ਜੀ, ਫਤਿਹ ਮਲਟੀ ਮੀਡੀਆ, ਉਹਦੇ ਵੱਲੋਂ ਵੀ ਜਿੱਥੇ ਜਿੱਥੇ ਵੀ ਮੈਸੇਜ ਪਹੁੰਚਿਆ ਇੰਟਰਨੈਟ ਦੇ ਥਰੂ, ਤੇ ਕਾਫੀ ਵੱਡੀ ਗਿਣਤੀ ਚ ਰੋਪੜ ਤੋਂ, ਨੰਗਲ ਤੋਂ, ਮੁਕੇਰੀਆਂ ਤੋਂ, ਪਟਿਆਲੇ ਤੋਂ, ਜਿੱਥੋਂ ਤੱਕ ਹੋ ਸਕਿਆ ਵੀਰ ਪਹੁੰਚੇ ਜੀ। ਤੇ ਇੱਕ ਹਰਵਿੰਦਰ ਜੀ ਤੇ ਸਤਪਾਲ ਜੀ, ਇੱਕ ਪ੍ਰਸ਼ਾਸਨ ਦੀ ਬੜੀ ਵੱਡੀ ਇੱਕ ਨਾਕਾਮਯਾਬੀ ਆ ਵੀ 7 ਦਿਨ ਹੋ ਗਏ ਇਹ ਜਿਹੜੀ ਘਟਨਾ ਦੁਰਘਟਨਾ ਵਾਪਰੀ ਨੂੰ, ਤੇ ਨਾ ਹੀ ਉਹਨਾਂ ਨੇ ਕਿਸੇ ਦੀ ਸਾਰ ਲਈ ਆ, ਤੇ ਕੱਲ ਵੀ ਜੀ ਕੱਲ ਵੀ ਜਦੋਂ ਉੱਥੇ SP ਬੈਠਾ ਸੀ ਉਹਨਾਂ ਨਾਲ ਵਿਚਾਰ ਹੋ ਰਹੀ ਸੀਗੀ ਕਿ ਭਾਈ ਸਾਹਿਬ ਅਗਰ ਅਸੀਂ ਕਿਸੇ ਧਰਮ ਦਾ ਨਿਰਾਦਰ ਨਹੀਂ ਕਰਦੇ, ਅਗਰ ਕਿਸੇ ਮੂਰਤੀ ਦਾ ਜਾਂ ਕਿਸੇ ਹੋਰ ਪਾਸੇ ਕੋਈ ਧਰਮ ਦਾ ਕਿਤੇ ਨਿਰਾਦਰ ਹੋਇਆ ਹੁੰਦਾ ਨਾ, ਇਹ ਹੁਣ ਤੱਕ ਪੂਰੇ ਪੰਜਾਬ ਵਿੱਚ ਚੱਕਾ ਜਾਮ ਵੀ ਹੋਇਆ ਹੋਣਾ ਸੀ, ਤੇ ਪ੍ਰਸ਼ਾਸਨ ਨੇ 2 ਦਿਨਾਂ ਦੇ ਵਿੱਚ ਮੁਜਰਮ ਵੀ ਪੇਸ਼ ਕਰ ਦੇਣਾ ਸੀਗਾ ਜੀ ਜੀ ਜੀ, ਪਰ ਇੱਥੇ 5-5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਖੂਹ 'ਚ ਸੁੱਟੇ ਜਾਂਦੇ ਨੇ ਤੇ ਰੱਜ ਕੇ ਨਿਰਾਦਰ ਕੀਤਾ ਜਾਂਦਾ, ਉੱਪਰੋਂ ਨਸ਼ਾ ਸੁੱਟਿਆ ਜਾਂਦਾ ਜੀ ਜੀ, ਤੁਹਾਡੇ ਕੋਲੋਂ ਅਜੇ ਤੱਕ ਇੱਕ ਵੀ ਸ਼ਨਾਖਤ ਨਹੀਂ ਹੋ ਪਾਈ, ਤੁਸੀਂ ਦੱਸੋ ਸਾਨੂੰ ਕਦ ਤੱਕ ਦੋਸ਼ੀ ਫੜ ਕੇ ਦਿੰਦੇ ਹੋ ਜੀ। ਤੇ SP ਦਾ ਜਿਹੜੀ ਸਟੇਟਮੈਂਟ ਸੀ ਉਹ ਕਹਿੰਦਾ ਨਹੀਂ ਜੀ ਅਸੀਂ ਕੋਈ ਲਿਖਤੀ ਨਹੀਂ ਦੇ ਸਕਦੇ, ਪੁਲਿਸ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈਗੀ, ਜੇ ਜਾਦੂ ਦੀ ਛੜੀ ਹੋਵੇ ਘੁਮਾ ਕੇ ਅਸੀਂ ਕੱਢ ਦਈਏ ਤੇ ਮੁਜਰਮ ਪੇਸ਼ ਹੋ ਜਾਵੇ ਜੀ ਜੀ। ਉੱਥੇ ਸਿਰਫ 35 ਘਰਾਂ ਦੇ ਜਿਹੜੇ ਪਿੰਡ ਵਿੱਚ 35 ਘਰ ਨੇ ਜੀ, ਹੁਣ 35 ਘਰਾਂ ਦੇ ਵਿੱਚ ਦੋਸ਼ੀ ਬੈਠੇ ਨੇ, ਜੇ ਪੁਲਿਸ ਚਾਹੇ ਤਾਂ 35 ਘਰਾਂ ਦੇ ਵਿੱਚ ਦੋਸ਼ੀ ਨਹੀਂ ਦੇਖ ਸਕਦੀ, ਲੱਭ ਸਕਦੀ ਜੀ ਜੀ, ਸਤਪਾਲ ਨਹੀਂ ਸਕਦੀ ਫਿਰ ਇਨਵੈਸਟੀਗੇਸ਼ਨ ਏਜੰਸੀਆਂ, ਫਿਰ ਜਿਹੜੇ ਇਹਨਾਂ ਦੇ CA ਜਿਹੜੇ ਡਿਪਾਰਟਮੈਂਟ ਬਣੇ ਹੋਏ ਨੇ ਉਹ ਕਿਹੜੇ ਕੰਮਾਂ ਵਾਸਤੇ ਜੀ ਜੀ ਜੀ। ਸਤਪਾਲ ਸਿੰਘ ਜੀ, ਇੱਕ ਇਹਦੇ ਵਿੱਚ ਗੱਲ ਜਿਹੜੀ ਹੋਰ ਬੜੀ ਹੈਰਾਨੀ ਵਾਲੀ ਲੱਗੀ ਮੈਨੂੰ ਇਹ ਆ ਕਿ ਪਿੰਡ ਵਾਲੇ ਜਿਹੜੇ ਲੋਕ ਸੀ ਉਹ ਜਿਹੜੀ ਇਹ ਜਾਣਕਾਰੀ ਦੇਣ ਤੋਂ ਕਤਰਾਉਂਦੇ ਪਏ ਸੀ,
ਸੋ ਇਹ ਗੱਲ ਥੋੜ੍ਹੀ ਜਿਹੀ ਹੈਰਾਨੀ ਵਾਲੀ ਸਭ ਨੂੰ ਇਹ ਆਉਂਦੀ ਆ ਅਤੇ ਅਸੀਂ ਇਹ ਸੋਚ ਸਕਦੇ ਹਾਂ ਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਵੀ ਕਰਦੀ ਆ ਤਾਂ ਉਹਨਾਂ ਨੂੰ ਵੀ ਕੋਈ ਲੋਕਲ ਜਿਹੜੇ ਸਬੂਤ ਚਾਹੀਦੇ ਹੁੰਦੇ ਜਾਂ ਲੋਕਲ ਜਿਹੜੇ ਲੋਕ ਹੁੰਦੇ ਆ ਜਾਂ ਜਿਵੇਂ ਪਿੰਡ ਦੇ 35 ਘਰਾਂ ਦੀ ਤੁਸੀਂ ਗੱਲ ਕੀਤੀ ਜੀ ਉਹਨਾਂ ਦੇ ਬਿਆਨ ਚਾਹੀਦੇ ਅਤੇ ਜੇ ਉਹੀ ਤੁਹਾਡੇ ਸਾਹਮਣੇ ਮੁੱਕਰ ਰਹੇ ਆ ਅਤੇ ਬਾਅਦ ਵਿੱਚ ਉਹ ਕਿੱਦਾਂ ਕੋਪਰੇਸ਼ਨ ਕਰਨਗੇ ਅਤੇ ਕਿੱਦਾਂ ਇਹ ਜਿਹੜੀ ਸਾਰੀ ਗੱਲਬਾਤ ਖੁੱਲ੍ਹ ਕੇ ਸਾਹਮਣੇ ਆਊਗੀ ਥੋੜ੍ਹਾ ਜਿਹਾ ਇਸ ਚੀਜ਼ ਦੇ ਉੱਤੇ ਸਵਾਲ ਖੜ੍ਹਾ ਹੁੰਦਾ ਵਾ ਅਤੇ ਉਹਦੇ ਤੋਂ ਬਾਅਦ ਜਦੋਂ ਇਹ ਪੁਲਿਸ ਨੇ ਇਹ ਵਿਸ਼ਵਾਸ ਦਿੱਤਾ ਕਿ ਅਸੀਂ ਸਾਹਮਣੇ ਲਿਆਵਾਂਗੇ ਤਾਂ ਸਾਰੇ ਜਥੇਬੰਦੀਆਂ ਦੇ ਜਿਹੜੇ ਸਿੰਘ ਆ ਉਹ ਫਿਰ ਵਾਪਸ ਆ ਗਏ ਜਾਂ ਉਹਨਾਂ ਤੋਂ ਅਗਲਾ ਵੀ ਕੋਈ ਪਲਾਨ ਜਾਂ ਅਜੇ ਵੀ ਉੱਥੇ ਹੀ ਹੈਗੇ ਨੇ ਨਹੀਂ ਉੱਥੇ ਜਿਹੜੇ ਲੋਕਲ ਨੇੜੇ ਤੇੜੇ ਦੀ ਜਥੇਬੰਦੀ ਵਾਲੇ ਸਿੰਘ ਹੈਗੇ ਨੇ ਜਿਵੇਂ ਕਿ ਨਾਲ ਦੇ ਪਿੰਡਾਂ ਤੋਂ ਮਰਿੰਡੇ ਤੋਂ ਸ਼ਹਿਰ ਤੋਂ ਜੀ ਉਹਨਾਂ ਸਾਰਿਆਂ ਦੇ ਨਾਲ ਤਕਰੀਬਨ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਵੀ ਅਸੀਂ 3-4 ਵਾਰੀ ਰਾਬਤਾ ਕਾਇਮ ਕਰ ਚੁੱਕੇ ਹਾਂ ਰਾਤ ਨੂੰ ਵੀ ਕਾਲਸ ਉਹਨਾਂ ਨਾਲ ਹੁੰਦੀਆਂ ਰਹੀਆਂ ਜੀ ਕਿ ਸਾਨੂੰ ਉੱਥੋਂ ਦੀ ਪਲ ਪਲ ਦੀ ਖਬਰ ਜੋ ਵੀ ਹੋ ਸਕਦਾ ਤੁਸੀਂ ਦਿਓ ਜੀ ਠੀਕ ਹੈ ਤੇ ਬਾਕੀ ਤਾਂ ਹੁਣ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੋਏਗਾ ਕਿਉਂਕਿ ਇੱਕ ਜਿਹੜਾ ਬੰਦਾ ਫੜ ਕੇ ਲੈ ਕੇ ਗਏ ਆ ਉਹਦੀ ਇਨਵੋਲਵਮੈਂਟ ਕਿੰਨਾ ਕਿੰਨਾ ਦੇ ਨਾਲ ਹੈ ਕਿਵੇਂ ਆ ਸਾਰੀ ਘਟਨਾ ਵਾਪਰੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਆਏਗਾ ਇੱਕ ਜਿਹੜਾ ਹੋਰ ਸਾਹਮਣੇ ਆਇਆ ਜੀ ਉਹ ਹੈ ਬਾਜੀ ਕਿ ਉੱਥੇ ਰੋਜ਼ਾਨਾ 4 ਬੰਦਿਆਂ ਦਾ ਪਹਿਰਾ ਹੁੰਦਾ ਪਿੰਡ ਵਿੱਚ ਜਿਵੇਂ ਆਮ ਪਿੰਡਾਂ 'ਚ ਆਪਾਂ ਪਹਿਰਾ ਦੇਖਦੇ ਹਾਂ ਉਸ ਰਾਤ ਨੂੰ ਇੱਕ ਵੀ ਬੰਦਾ ਪਹਿਰੇ ਤੇ ਨਹੀਂ ਸੀਗਾ ਇਹਦਾ ਮਤਲਬ ਬਿਨਾਂ ਮਿਲੀ ਭਗਤ ਤੇ ਆ ਕੰਮ ਨਹੀਂ ਹੋ ਸਕਦਾ ਹਾਂਜੀ ਇਹਦੇ ਪਿੱਛੇ ਦੇਖਿਆ ਜਾਏ ਤਾਂ ਕੱਲਾ ਆਪਾਂ ਚੜਾਵੇ ਨੂੰ ਨੀ ਮੁੱਖ ਰੱਖ ਕੇ ਚੱਲ ਸਕਦੇ ਵੀ ਚੜਾਵੇ ਕਰਕੇ ਗੱਲ ਹੋਈ ਹੈ ਜੀ ਹੋ ਸਕਦਾ ਹੈ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸ਼ਰਾਰਤ ਹੋਵੇ ਜੀ 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 ਹੋ ਸਕਦਾ ਕਿਸੇ ਡੇਰੇਦਾਰ ਦਾ ਕਿਸੇ ਦਾ ਵੀ ਹੱਥ ਹੋ ਸਕਦਾ ਹੈ ਜਾਂ ਕਿਸੇ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਸਿਸਟਮ ਵਾਲੇ ਕੋਈ ਕਿਸੇ ਚੱਕਰਾਂ ਚ ਕੋਈ ਹੋ ਸਕਦਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਕਲੀਅਰ ਨਿਕਲ ਕੇ ਆਏਗਾ ਜੀ ਬਿਲਕੁਲ ਤੇ ਜਿੱਦਾਂ ਤੁਸੀਂ ਡੇਰੇ ਦੀ ਗੱਲ ਕੀਤੀ ਹੈ ਤੇ ਉੱਥੇ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਵੀ ਉਹ ਜਿਹੜਾ ਪਿੰਡ ਉਹਦੇ ਵਿੱਚ ਬਹੁਤੇ ਜਿਹੜੇ ਆ ਜਿਹੜੇ ਬੰਦੇ ਆ ਉਹ ਰਾਧਾ ਸਵਾਮੀ ਦੇ ਸ਼ਾਇਦ ਸ਼ਰਧਾਲੂ ਆ ਤੇ ਨਾਲ ਲੱਗਦੇ ਪਿੰਡ ਆ ਜਿਹੜੇ ਉਹ ਭਨਿਆਰੇ ਦੇ ਕੁਛ ਹੈਗੇ ਆ ਤੇ ਹੋ ਸਕਦਾ ਹੈ ਵੀ ਉਹ ਵੀ ਉਹਨਾਂ ਦੇ ਵਿੱਚ ਉਹਨਾਂ ਦਾ ਵੀ ਹੱਥ ਹੋ ਸਕਦਾ ਆ ਅਤੇ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਪੰਥਕ ਸਿਰਮੌਰ ਜਥੇਬੰਦੀ ਆ ਅਤੇ ਉਹਦੇ ਵੱਲੋਂ ਨਾ ਹੀ ਉਹਨਾਂ ਦਾ ਕੋਈ ਉੱਥੇ ਨੁਮਾਇੰਦਾ ਪਹੁੰਚਿਆ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਬਿਆਨ ਜਾਰੀ ਹੋਇਆ ਆ ਨਾ ਹੀ ਇਸ ਦੀ ਉਹਨਾਂ ਨੇ ਨਿੰਦਾ ਕੀਤੀ ਆ ਜੀ ਜੀ ਆਮ ਬੰਦੇ ਦੀ ਨਾ ਪਛਾਣ ਹੋ ਜਾਂਦੀ ਹੈ ਵਿਚਾਰਾ ਜਿਹੜਾ ਨੋਰਮਲ ਪਰਸਨ ਹੁੰਦਾ ਨਾ ਉਹਦੀ ਪਛਾਣ ਕਿੱਥੋਂ ਹੋ ਜਾਂਦੀ ਗਲ ਵਿੱਚ ਲੋਕਟ ਪਾ ਲੈਂਦਾ ਵੀ ਮੈਂ ਫਲਾਣੇ ਦਾ ਫੋਲੋਵਰ ਹਾਂ ਫਲਾਣੇ ਦਾ ਭਗਤ ਆ ਫਲਾਣੇ ਦਾ ਸ਼ਰਧਾਲੂ ਹਾਂ ਜੀ 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 ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਵੀ ਆਹ ਫਲਾਣੇ ਡੇਰੇ ਨਾਲ ਜੁੜਿਆ ਜੀ ਜਿਹੜੇ ਸਾਡੇ ਪੰਥਕ ਨੇ ਲੀਡਰ ਇਹਨਾਂ ਨੇ ਕਿਰਪਾਨ ਵੀ ਪਾਈ ਹੁੰਦੀ ਹੈ ਤੇ ਉੱਪਰੋਂ ਨੀਲੀਆਂ ਕਿਰਪਾਨਾਂ ਵੀ ਪਾਈਆਂ ਹੁੰਦੀਆਂ ਨੇ ਨੀਲੀਆਂ ਪੱਗਾਂ ਵੀ ਬੰਨੀਆਂ ਹੁੰਦੀਆਂ ਨੇ ਸੋਰੀ ਹਾਂਜੀ ਤੇ ਉਹਦੇ ਬਾਵਜੂਦ ਹੈ ਤਾਂ ਸਾਰੇ ਇਹ ਵੀ ਡੇਰਿਆਂ ਦੇ ਸ਼ਰਧਾਲੂ ਪਰ ਅਸੀਂ ਇਹਨਾਂ ਨੂੰ ਕਹਿ ਨਹੀਂ ਸਕਦੇ ਸਰਦਾਰ ਤਰਲੋਚਨ ਸਿੰਘ ਦੁਪਾਲਪੁਰ ਹੁਣੀ ਵੀ ਹੈਗੇ ਆ ਸੋ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਤਰਲੋਚਨ ਸਿੰਘ ਦੁਪਾਲਪੁਰ ਜੀ ਤੁਹਾਡਾ ਸਵਾਗਤ ਆ ਪੰਜਾਬੀ ਰੇਡੀਓ ਯੂਐਸਏ ਤੇ ਹਾਂਜੀ ਮੇਰੇ ਵੱਲੋਂ ਆਪ ਜੀ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਪ੍ਰਬੰਧਕ ਸਾਹਿਬਾਨ ਨੂੰ ਤੇ ਵੀ ਸਤਪਾਲ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਰਲੋਚਨ ਸਿੰਘ ਜੀ ਤੁਸੀਂ ਜਿਹੜੀ ਸਾਰੀ ਗੱਲਬਾਤ ਸੁਣੀ ਆ ਇਹ ਦੇਖ ਲਓ 7 ਦਿਨ ਹੋ ਗਏ ਆ ਜਿਹੜੀ ਸਾਡੇ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਮੀਡੀਆ ਦੇ ਵਿੱਚ ਅਸੀਂ ਕਿਉਂਕਿ ਹਰ ਰੋਜ਼ ਤਕਰੀਬਨ ਸਾਰੀਆਂ ਅਖਬਾਰਾਂ ਔਨਲਾਈਨ ਪ੍ਰਿੰਟ ਜਿਹੜੇ ਵੀ ਹੈਗੇ ਆ ਜਾਂ ਆਪਣਾ ਇਲੈਕਟ੍ਰੋਨਿਕ ਮੀਡੀਆ ਜੋ ਇੰਟਰਨੈਟ ਉੱਪਰ ਹੈਗਾ ਉਹਦੀਆਂ ਸਾਰੀਆਂ ਖਬਰਾਂ ਸੁਣਦੇ ਪਰ ਇਹ ਖਬਰ ਆਪਾਂ ਨੂੰ ਕਿਤੇ ਵੀ ਸੁਣਨ ਦੇ ਵਿੱਚ ਨਹੀਂ ਮਿਲੀ ਅਤੇ ਮੈਨੂੰ ਯਾਦ ਆ ਕਿ ਅੱਜ ਤੋਂ ਕੁਝ 70-80 ਸਾਲ ਪਹਿਲਾਂ ਜਦੋਂ ਅਸੀਂ ਕਹਿੰਦੇ ਵੀ ਸੋ ਕਾਲ ਅਸੀਂ ਗੁਲਾਮ ਹੁੰਦੇ ਸੀ ਉਦੋਂ ਵੀ ਇੰਨੀ ਕੁ ਜੇ ਬੇਅਦਬੀ ਹੋ ਜੇ ਕਿ ਮਹਾਰਾਜ ਦਾ ਚੱਲਦਾ ਅਖੰਡ ਪਾਠ ਸਾਹਿਬ ਜੇ ਕਿਤੇ ਰੁਕ ਗਿਆ ਤਾਂ ਉਹਦੇ ਪਿੱਛੇ ਵੀ ਮੋਰਚੇ ਲੱਗ ਜਾਂਦੇ ਰਹੇ ਆ ਸੋ ਅੱਜ ਜਿਹੜੀ ਐਡੀ ਵੱਡੀ ਗੱਲਬਾਤ ਹੋਈ ਆ ਇਹਦੇ ਵੀ ਇਹਦਾ ਵੀ ਕੋਈ ਕੀ ਕਹਿੰਦਾ ਅਖਬਾਰਾਂ ਜਾਂ ਪੰਥਕ ਇਲੈਕਸ਼ਨਾਂ ਮੈਂ ਮੰਨਦਾ ਕਿ ਸਿਰ ਦੇ ਉੱਤੇ ਹੈਗੀਆਂ ਪਰ ਇਹਦੀ ਕੋਈ ਵੀ ਕਵਰੇਜ ਨਹੀਂ ਹੈਗੀ ਸੋ ਸਭ ਤੋਂ ਪਹਿਲਾਂ ਤੁਸੀਂ ਇਹਦੇ ਬਾਰੇ ਕੀ ਕਹੋਗੇ ਪਹਿਲ ਇਸ ਤਰ੍ਹਾਂ ਜੀ ਵੀਰ ਜੀ ਵੀ ਦੇਖੋ ਜਿਹੜੇ ਨਾ ਬੱਸਾਂ ਭੀੜਾਂ ਦੇ ਵਿੱਚ ਜਾਂ ਆਮ ਦਫ਼ਤਰਾਂ ਜਿੱਥੇ ਭੀੜਾਂ ਜੁੜਦੀਆਂ ਉੱਥੇ ਜੇਬ ਕਤਰੇ ਲੋਕ ਹੈਗੇ ਨਾ ਜੀ ਉਹਨਾਂ ਦਾ ਤਰੀਕਾ ਇਹ ਹੁੰਦਾ ਹੈਗਾ ਵੀ ਪਹਿਲਾਂ ਉਹ ਜਿਹਦੇ ਜਿਹਦੀ ਜੇਬ ਕੱਟਣੀ ਹੁੰਦੀ ਆ ਉਸ ਬੰਦੇ ਦੇ ਕੋਲ ਜਾ ਕੇ ਪਹਿਲਾਂ ਉਹਦੇ ਮੋਢੇ ਉੱਥੇ ਪਰਨਾ ਜਿਹਾ ਮਾਰਦੇ ਆ ਹਾਂਜੀ ਉਹ ਬੰਦਾ ਦੇਖਦਾ ਵੀ ਆਹ ਮੇਰੇ ਕੀ ਲੱਗਿਆ ਹਨਾ ਉਹ ਕਹਿੰਦਾ ਉਹ ਸ਼ਾਇਦ ਪਰਨਾ ਜਿਹਾ ਸੀ ਕੋਈ ਗੱਲ ਨੀ ਉਹ ਦੂਜੀ ਵਾਰੀ ਕੋਈ ਫੇਰ ਆਪਣਾ ਹੱਥ ਜਿਹਾ ਮਾਰਦੇ ਆ ਉਹ ਬੰਦਾ ਫੇਰ ਦਿੰਦਾ ਵੀ ਮੇਰੇ ਆਹ ਕੀ ਹੱਥ ਜਿਹਾ ਮਾਰਿਆ ਕਿਸੇ ਨੇ ਹਨਾ ਜੀ ਫਿਰ ਉਹ ਦੇਖਦਾ ਵੀ ਕੋਲ ਬੰਦਾ ਕੋਈ ਸਧਾਰਨ ਜਿਹਾ ਖੜਾ ਉਹਦਾ ਹੱਥ ਲੱਗਦਾ ਤਾਂ ਕਰਕੇ ਉਹ ਖਾਸ ਗੱਲ ਹੈਗੀ ਹੈ ਨਾ ਜੀ ਜੀ ਉਹ ਤੀਜੀ ਚੌਥੀ ਵਾਰ ਜਦੋਂ ਦੇਖਣ ਫੜ ਜਾਂਦਾ ਵੀ ਮੇਰੇ ਕੀ ਲੱਗਿਆ ਉਸ ਵੇਲੇ ਫਿਰ ਜੇਬ ਕੱਟ ਲੈਂਦੇ ਬੰਦੇ ਦੀ ਉਸ ਵੇਲੇ ਜਦੋਂ ਅਵੇਸਲਾ ਹੋ ਜਾਂਦਾ ਜੀ 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 ਇਹੀ ਇਹੀ ਗੱਲ ਸਾਡੇ ਨਾਲ ਸਾਡੀ ਸਿੱਖ ਕੌਮ ਨਾਲ ਹੋਈ ਆ ਤੇ ਵਿੱਚ ਡੇਰੇਦਾਰਾਂ ਨੇ ਮਿਲ ਕੇ ਵਿੱਚ ਰਾਜਨੀਤੀ
ਸਿਆਸੀ ਆਗੂਆਂ ਨੇ ਮਿਲ ਕੇ, ਵਿੱਚੇ ਸ਼੍ਰੋਮਣੀ ਕਮੇਟੀ ਨੇ ਮਿਲ ਕੇ ਤੇ ਸਾਨੂੰ ਏਦਾਂ ਦਾ ਬਣਾਤਾ। ਦੇਖੋ ਹੁਣ ਵੀਰ ਜੀ ਨੇ ਦੱਸਿਆ ਕਿ ਏਡੀ ਬੜੀ ਬੇਅਦਬੀ ਗੁਰੂ ਮਹਾਰਾਜ ਦੀ ਹੋਈ ਤੇ ਉਹਨਾਂ ਨੇ ਨੇੜੇ ਦੇ ਗੁਰਦੁਆਰਾ ਨੇ 500 ਰੁਪਏ ਹੋਰ ਦਿੱਤੇ, ਹੋਰ ਲੈ ਜਾਓ ਕੋਈ ਗੱਲ ਨੀ। ਹਾਂਜੀ ਹਨਾ, ਤੇ ਇਹ ਜਿਹੜਾ ਸਾਡੇ ਕੌਮੀ ਅਵੇਸਲਾਪਣ ਆਇਆ ਹੈਗਾ ਇਹਦੇ ਕੋਈ ਇੱਕ ਪੱਖ ਨੀ ਗਏ, ਇਹਦੇ ਬਹੁਤ ਸਾਰੇ ਪੱਖ ਹੈ। ਜਿੱਦਾਂ ਹੁਣ ਵੀਰ ਜੀ ਨੇ ਸਾਰੀ ਘਟਨਾ ਬਿਆਨ ਕੀਤੀ ਆ ਜੀ, ਤੇ ਉੱਥੇ ਹੋਰ ਜਥੇਬੰਦੀਆਂ ਦਾ ਇੰਡੀਵਿਜੁਅਲ ਨਾਂ ਦਾ ਵੀਰ ਜੀ ਨੇ ਲਿਆ ਹੈਗਾ, ਪਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਹਲਕੇ ਦਾ ਮੈਂਬਰ ਹੈ, ਸਭ ਤੋਂ ਮੁੱਢਲੀ ਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਉਹਦੀ ਬਣਦੀ ਆ। ਦੂਸਰੇ ਨੰਬਰ ਤੇ ਗੱਲ ਹੈ ਕਿ ਸਾਡੇ 5 ਤਖ਼ਤ ਆ, 5 ਤਖ਼ਤ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਆ ਜੀ, ਔਰ ਉਹ ਸਿਰਫ ਤਖ਼ਤ ਇਸ ਕਰਕੇ ਬਣੇ ਹੋਏ ਸੀਗੇ ਕਿ ਜਿਹੜੀ ਸਿੱਖ ਪਬਲਿਕ ਆ, ਸਿੱਖ ਭਰਾ ਹੈਗੇ ਆ, ਉਹਨਾਂ ਨੂੰ ਇੱਕ ਛਤਰ ਛਾਇਆ ਮਿਲਦੀ ਰਹੇ ਹਰ ਤਰ੍ਹਾਂ ਦੇ ਪ੍ਰੋਟੈਕਸ਼ਨ ਦੀ। ਹਾਂਜੀ, ਜਿਹੜਾ ਨੇੜਲੇ ਦਾ ਤਖ਼ਤ ਦਾ ਜਥੇਦਾਰ ਆ ਉਹਦਾ ਫਰਜ਼ ਬਣਦਾ ਹੈ ਕਿ ਉਹ ਸਭ ਤੋਂ ਪਹਿਲਾਂ ਆਪਣੇ ਨਾਲ ਦੇ ਸਿੰਘ ਲੈ ਕੇ ਉਹ ਸੰਬੰਧਿਤ ਪਿੰਡ ਵਿੱਚ ਜਾਂਦਾ ਤੇ ਉੱਥੇ ਉਹਦਾ ਤਹਿਕੀਕਾਤ ਕਰਦਾ ਤੇ ਉਹਨੂੰ ਸਰਕਾਰ ਦੇ ਕੰਨਾਂ ਤੱਕ ਇਸ ਗੱਲ ਨੂੰ ਪਹੁੰਚਾਉਂਦਾ ਜੀ। ਤੇ ਦੂਜੇ ਨੰਬਰ ਤੇ ਗੱਲ ਹੈਗੀ ਇਹ ਕਿ ਤੁਸੀਂ ਹੁਣ ਥੋੜੇ ਦਿਨ ਹੋਏ ਦੇਖਿਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਜਸਵੀਰ ਸਿੰਘ ਅਹਲੂਵਾਲੀਆ ਉੱਤੇ ਗੋਲੀ ਚੱਲੀ ਜੀ, 24 ਘੰਟਿਆਂ ਦੇ ਵਿੱਚ ਪੁਲਿਸ ਨੇ ਉੱਥੇ ਉਹ ਬੰਦਾ ਫੜ ਲਿਆ ਜਾ ਕੇ ਜੀ ਜੀ ਜੀ, ਤੇ ਕਿੰਨੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਉਹ ਕਾਰ ਕਿੱਥੋਂ ਖਰੀਦੀ, ਪਿੰਟੋ ਕਾਰ ਕਿੱਥੋਂ ਖਰੀਦੀ ਤੇ ਕਿੱਥੋਂ ਉਹ ਕੋਈ ਕਾਰ ਵਿਗੜੀ ਕਿੱਥੇ ਸੀ ਤੇ ਕਿਹਨੇ ਸਰਵਾਈ, ਕਿਹੜਾ ਮਿਸਤਰੀ, ਉਹ ਸਾਰੀ ਕਹਾਣੀ 24 ਘੰਟਿਆਂ ਦੇ ਵਿੱਚ ਵਿੱਚ ਹੱਲ ਹੋ ਗਈ ਜੀ ਜੀ ਜੀ। ਇਹਦਾ ਮਤਲਬ ਪੰਜਾਬ ਪ੍ਰਸ਼ਾਸਨ ਵਾਸਤੇ ਇੱਕ ਜਿਹੜਾ ਮੁੱਖ ਮੰਤਰੀ ਆ ਉਹਦਾ ਚਹੇਤਾ ਵੀ ਸੀ ਆ ਉਹਦੇ ਉੱਤੇ ਗੋਲੀ ਚਲਾਉਣੀ ਉਹਦੇ ਲਈ ਹੁਣ ਬਹੁਤ ਮਹੱਤਵਪੂਰਨ ਆ ਜੀ ਜੀ ਜੀ। ਲੇਕਿਨ ਇੱਕ ਤਖ਼ਤ ਸਾਹਿਬ ਦੇ ਨੇੜੇ ਔਰ ਇਤਿਹਾਸਕ ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਦੇ ਲਾਗੇ ਦੇ ਪਿੰਡ ਵਿੱਚ 5 ਸਰੂਪ ਕੋਈ ਵਿਅਕਤੀ ਸਿਰਫਰਾ ਬੇਵਕੂ ਪਾਗਲ ਗੁਰੂ ਗ੍ਰੰਥ ਸਾਹਿਬ ਨੂੰ ਬੇਹੁਰਮਤੀ ਕਰਦਾ ਤੇ ਉਹਨਾਂ ਵਾਸਤੇ ਉਹ ਗੱਲ ਕੋਈ ਮੈਂ ਨਹੀਂ ਦਿਖਾਉਂਦੀ ਜੀ 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 ਜੀ। ਜੀ ਇੱਦਾਂ ਗੱਲ ਹੈਗੀ ਆ ਕਿ ਕਹਿੰਦੇ ਸਿਰ ਪਰ ਹੈ ਨੀ ਕੁੰਡਾ ਹਾਥੀ ਫਿਰ ਲੁੰਡਾ ਜੀ 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 ਜੀ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ ਕਿਤੇ ਟੰਗਿਆ ਹੁੰਦਾ ਜੀ, ਪੰਜਾਬ ਪ੍ਰਸ਼ਾਸਨ ਇਸ ਗੱਲ ਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਜਾਂ ਕੋਈ ਇਹੋ ਜਿਹਾ ਬੰਨ ਨੂੰ ਬੰਨਿਆ ਹੁੰਦਾ ਤਾਂ ਏਦਾਂ ਦੀਆਂ ਘਟਨਾਵਾਂ ਕਿਸੇ ਦਾ ਹੀਰਾ ਨਾ ਪੈਂਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਉੱਤੇ ਏਦਾਂ ਦੀ ਬੇਹੁਰਮਤੀ ਕਰਦਾ, ਕਦੇ ਝਾੜੂ ਰੱਖਦਾ ਤੇ ਕਦੇ ਪੋਚਾ ਰੱਖਦਾ। ਇਹ ਸਭ ਤੋਂ ਵੱਡੀ ਗੱਲ ਕੌਮ ਦੀ ਅਵੇਸਲਾਪਣ ਆ। ਸਾਡੀ ਕੇਂਦਰੀ ਜਥੇਬੰਦੀਆਂ ਉੱਤੇ ਜਿਹੜੇ ਇਸ ਵੇਲੇ ਮਹੰਤ ਬਹਿ ਚੁੱਕੇ ਆ, ਇਹ ਮੈਨੂੰ ਇਸ ਗੱਲ ਦੀ ਵੀਰ ਮਾਫ਼ ਕਰ ਲੈ ਕਿ ਬਿਲਕੁਲ ਉਹ ਮਹੰਤ ਨਾਰਾਇਣ ਦਾਸ ਦੇ ਅਵਤਾਰ ਆ, ਉਹਨਾਂ 'ਚ ਕੋਈ ਚਿੰਤਾ ਫਿਕਰ ਦੀ ਕੌਮ ਦੀ ਹੈ ਨੀ। ਹੁਣ ਦੇਖੋ ਵੀਰ ਜੀ, ਜਿਸ ਸਵਾਲ ਤੋਂ ਉਹਨਾਂ ਨੇ ਦੱਸਿਆ ਹੈਗਾ ਵੀ ਜਿਹੜਾ ਹਲਕੇ ਦਾ ਮੈਂਬਰ ਆ, ਹੁਣ ਉਹ ਕਿਹੜਾ ਕਿਹੜਾ ਮੂੰਹ ਲੈ ਕੇ ਉਸ ਪਿੰਡ 'ਚ ਵੋਟਾਂ ਮੰਗਣ ਜਾਊਗਾ ਤੇ ਉਹ ਕੀ ਕਹੂਗਾ ਵੀ ਮੈਂ ਚੋਣ ਜਿੱਤ ਕੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣ ਕੇ ਤੇ ਤੁਹਾਡੀ ਮੈਂ ਕਿਹੜੀ ਸਿੱਖੀ ਸੇਵਾ ਕਰਨੀ ਆ। ਜੀ 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 ਤਰਲੋਚਨ ਸਤਪਾਲਪੁਰ ਜੀ, ਮੇਰਾ ਸਵਾਲ ਫਿਰ ਉਹੀ ਆ ਜਿਹੜੀ ਮੈਂ ਗੱਲਬਾਤ ਪਹਿਲੇ ਕੀਤੀ ਸੀ ਕਿ ਜਦੋਂ ਜਿਵੇਂ ਵੀਰ ਜੀ ਨੇ ਹੁਣੇ ਦੱਸਿਆ ਕਿ ਪਿੰਡ ਵਾਲਿਆਂ ਨੂੰ ਜਦੋਂ ਪੁੱਛਿਆ ਤਾਂ ਪਿੰਡ ਵਾਲੇ ਖੁਦ ਹੀ ਨਹੀਂ ਮੰਨੇ, ਸੋ ਪਿੰਡ ਵਾਲਿਆਂ ਨੂੰ ਇਹ ਚੀਜ਼ ਦਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਪਿੰਡ ਵਾਲਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਿੰਨਾ ਕਾ, ਕਿਉਂਕਿ 2 ਵਾਰੀ ਇਹ ਘਟਨਾ ਪਹਿਲਾਂ ਹੋ ਚੁੱਕੀ ਹੈ, 3rd ਵਾਰ ਇਹ ਘਟਨਾ ਹੋਈ ਆ। ਸੋ ਵੀਰ ਜੀ, ਤੁਸੀਂ ਵੀ ਸ਼ਾਇਦ ਕਦੇ ਪੰਜਾਬ ਦੇ ਪਿੰਡਾਂ ਤੋਂ ਰਹਿਣ ਦਾ ਮੌਕਾ ਮਿਲਿਆ ਹੋਊਗਾ, ਸੋਰੀ ਤੁਹਾਡੀ ਗੱਲ ਕੱਟ ਰਹੇ ਹਾਂ ਜੀ ਜੀ। ਅਸਲ ਵਿੱਚ ਨਾ ਉਹ ਮੁੜ ਕੇ ਉਹ ਗੱਲ ਸਾਡੇ ਤੇ ਆਉਂਦੀ ਹੈਗੀ ਆ ਕਿ ਅਸੀਂ ਸਮਾਧਾਂ ਦੇ ਪੁਜਾਰੀ ਹਾਂ ਜੀ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੁੜੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਦਾ ਤਾਂ ਅਸੀਂ ਸਿਰਫ ਇੱਕ ਢਕੌਸਲਾ ਬਣਾਇਆ ਹੋਇਆ ਵੀ ਸਾਡਾ ਸ਼ਬਦ ਗੁਰੂ ਸਾਡਾ ਸ਼ਬਦ ਗੁਰੂ ਆ, ਲੇਕਿਨ ਜਦੋਂ ਸਾਡਾ ਅੰਦਰ ਫਰੋਲੀਏ, ਅੰਦਰ ਅਸੀਂ ਕਿਸੇ ਡੇਰੇ ਦਾ ਨਾਲ ਜੁੜੇ ਹੁੰਦੇ ਹਾਂ। ਔਰ ਆਮ ਅਸੀਂ ਪਿੰਡਾਂ 'ਚ ਪੰਜਾਬ 'ਚ ਤੁਸੀਂ ਦੇਖ ਲਓ ਕਿ ਜਿਸ ਪਿੰਡ ਜਿਹੜਾ ਨਾ ਸਿੰਘ ਸਭਾ ਗੁਰਦੁਆਰਾ ਸਾਂਝਾ ਗੁਰਦੁਆਰਾ ਜੀ, ਉਹਦੀ ਮਾਨਤਾ ਘੱਟ ਹੁੰਦੀ ਆ। ਜੇ ਪਿੰਡ 'ਚ ਕੋਈ ਸਮਾਧ ਆ, ਚਾਹੇ ਉਹ ਨਾਗੇ ਸਾਧੂ ਦੀ ਆ, ਚਾਹੇ ਬਿੰਗੇ ਸਾਧੂ ਦੀ ਆ, ਚਾਹੇ ਉਹ ਕਿਸੇ ਪਖੰਡੀ ਦੀ ਆ, ਉਸ ਸਾਧ ਦੀ ਮਾਨਤਾ ਜ਼ਿਆਦਾ ਹੁੰਦੀ ਆ ਤੇ ਉੱਥੇ ਡੇਰੇ 'ਚ ਲੋਕ ਪਿੰਡ ਦੇ ਅਖੰਡ ਪਾਠ ਵੀ ਜ਼ਿਆਦਾ ਬੜੀ ਸ਼ਰਧਾ ਨਾਲ ਰਖਾਉਂਦੇ ਆ। ਤੇ ਅੱਜ ਕੱਲ੍ਹ ਚੜਾਵੇ ਦਾ ਰੌਲਾ ਪੈਂਦਾ, ਇਹ ਸਾਰੀਆਂ ਬਿਮਾਰੀਆਂ ਉੱਥੋਂ ਹੀ ਪੈਦਾ ਹੁੰਦੀਆਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੇ ਤੌਰ 'ਤੇ ਨਹੀਂ ਮੰਨਦੇ। ਇਹਦਾ ਸਿਰਫ ਸਾਡੀਆਂ ਪਹਿਲਾਂ ਕਿ ਲਬੋ ਪੇ ਰੰਗ ਉਲਫਤ ਕੇ ਭਰੇ ਹੈ, ਦਿਲ ਕਦੂਰ ਸੇ ਖੁਦਾ ਕਾ ਨਾਮ ਲੇਤੇ ਹੈ, ਖੁਦਾ ਸੇ ਕੌਣ ਡਰਤਾ ਹੈ। ਜੀ 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 ਜੀ, ਜਿਹੜੀ ਗੱਲਾਂ ਉਹ ਸਾਡੇ ਵਿੱਚੋਂ ਬਹੁਤ ਸਾਰੀਆਂ, ਇਹ ਸਾਡੀ ਕੌਮ ਦੇ ਰਹਿਬਰਾਂ ਨੂੰ ਮੁੜ ਕੇ ਸੋਚਣਾ ਚਾਹੀਦਾ ਕਿ ਇਹਦਾ ਕੀ ਬੰਨ ਨੂੰ ਬੰਨੀ ਹੈ। ਤੇ ਉਹਨਾਂ ਦਾ ਹੀ ਆ ਇਸ ਕਰਕੇ ਹੌਸਲਾ ਇਸ ਕਰਕੇ ਪੈਂਦਾ ਸਾਰਾ ਡੇਰਿਆਂ ਦਾ, ਇਹਦੇ ਵਿੱਚੋਂ ਜ਼ਰੂਰ ਕੋਈ ਨਾ ਕੋਈ ਡੇਰੇਵਾਦੀ ਦੀ ਸ਼ਰਾਬ ਨਿਕਲਣੀ ਆ। ਔਰ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਉਹ ਜਿਹੜਾ ਬੰਦਾ ਫੜਿਆ ਨਾ, ਜਿਹੜਾ ਸ਼ਰਾਬੀ ਫੜਿਆ ਹੈਗਾ ਜੀ 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 ਲਖਵੀਰ ਸਿੰਘ, ਚਲੋ ਹਾਂ, ਜਦੋਂ ਉਹ 'ਤੇ ਐਕਸ਼ਨ ਲੈਣਾ, ਜੇ ਉਹਨੇ ਕਿਸੇ ਨਾ ਕਿਸੇ ਢੰਗ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਲ ਜਾਂ ਅਕਾਲੀ MLA ਤੋਂ
ਸਿਫਾਰਸ਼ ਪਵਾਤੀ ਨਾ ਤੇ ਉਹ ਵੱਡੀ ਸਿਫਾਰਸ਼ ਆ ਜਾਣੀ ਉਹਨੇ ਕਹਿੰਦਾ ਛੱਡੋ ਜੀ ਇਹ ਗੁਰਮੁਖ ਦੀ ਮਿੱਟੀ ਘਰ ਦੇਣੀ ਹੈ ਜੀ ਉਹ ਉਹਨੂੰ ਪਤਾ ਨਾ ਸੀ ਉਹ ਜੀ ਉਹ ਸ਼ਰਾਬੀ ਸੀਗਾ ਜੀ ਉਹ ਫਲਾਹ ਸੀ ਢਿੰਗਰਾ ਸੀਗਾ ਤੇ ਉਹਦੀ 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 ਬਚਾਅ ਕਰਨ ਵਾਸਤੇ ਵੀ ਉਹ ਲੋਕ ਆਉਣਗੇ ਜੀ 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 ਤਰਲੋਚਨ ਸਤਪਾਲਪੁਰ ਜੀ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ 100% ਮੈਂ ਉਹਦੇ ਨਾਲ ਸਹਿਮਤ ਹਾਂ ਤੁਹਾਡੀ ਗੱਲ 'ਤੇ ਜੀ ਅਸੀਂ ਕੁਛ ਸਮਾਂ ਪਹਿਲਾਂ ਜਿਹੜਾ ਡੇਰਾਵਾਦ ਦਾ ਵਿਵਾਦ ਖਾਸ ਤੌਰ 'ਤੇ ਜਿਹੜਾ ਸਿਰਸੇ ਵਾਲਾ ਡੇਰੇ ਦਾ ਵਿਵਾਦ ਸੀ ਉਹਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਕਾਫੀ ਨੌਜਵਾਨ ਅਤੇ ਬਜ਼ੁਰਗ ਵੀ ਖਾਸ ਤੌਰ 'ਤੇ ਜਦੋਂ ਪੰਜਾਬ ਦੀ ਗੱਲ ਕਰੀਏ ਲੁਧਿਆਣੇ ਕਾਂਡ ਦੀ ਮੈਂ ਖਾਸ ਤੌਰ 'ਤੇ ਗੱਲ ਕਰੂੰਗਾ ਦਰਸ਼ਨ ਸਿੰਘ ਲੋਹਾਰਾ ਦੀ ਉੱਥੇ ਸ਼ਹੀਦੀ ਹੋਈ ਉਹ ਤੋਂ ਵੀ ਗੱਲਬਾਤ ਕੋਈ ਨਹੀਂ ਹੋਈ ਅਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਲੋਕਾਂ ਦਾ ਜਿਹੜਾ ਇਸ ਚੀਜ਼ ਉੱਪਰ ਹੋਈ ਜਾਂਦਾ ਯਕੀਨ ਵਧੀ ਜਾਂਦਾ ਕਿ ਕੁਝ ਵੀ ਕਰ ਲਓ ਸਾਡੇ ਉੱਤੇ ਕੋਈ ਐਕਸ਼ਨ ਨਹੀਂ ਹੋਣਾ ਤੇ ਜੇ ਉੱਥੇ ਕੋਈ ਪ੍ਰੋਪਰ ਐਕਸ਼ਨ ਹੋਇਆ ਹੁੰਦਾ ਤੇ ਅੱਜ ਕਿਸੇ ਦੀ ਇਹ ਹਿੰਮਤ ਨਹੀਂ ਪੈਂਦੀ ਇਹ ਗੱਲ ਤੇ ਮੈਂ ਤੁਹਾਡੇ ਨਾਲ ਪੂਰੀ ਚੰਗੀ ਤਰ੍ਹਾਂ ਸਹਿਮਤ ਹੈਗਾ ਜੀ ਜੀ ਤੇ ਜੀ ਇੱਕ ਮਿਥਿਹਾਸਿਕ ਕਥਾ ਹੁੰਦੀ ਹੁੰਦੀ ਆ ਵੀ ਜਿਹੜਾ ਨੌਸ਼ੇਰਵਾਂ ਬਾਦਸ਼ਾਹ ਸੀਗਾ ਜੀ ਅੱਜ ਤੱਕ ਦੁਨੀਆਂ ਵਿੱਚ ਨੌਸ਼ੇਰਵਾਂ ਬਾਦਸ਼ਾਹ ਦਾ ਜਿਹੜਾ ਨਿਆਂ ਆ ਉਹ ਮੰਨਿਆ ਜਾਂਦਾ ਜੀ ਜੀ ਉਹਦਾ ਨਿਆਂਕਾਰ ਉਹਨੂੰ ਨਿਆਂਕਾਰੀ ਕਿਉਂ ਮੰਨਿਆ ਜਾਂਦਾ ਕਿਉਂਕਿ ਦੱਸਦੇ ਆ ਵੀ ਉਹਨੇ ਆਪਣੇ ਪੁੱਤ ਨੂੰ ਵੀ ਫਾਂਸੀ ਸਜ਼ਾ ਦਿੱਤੀ ਸੀ ਕਿਸੇ ਗੁਨਾਹ ਬਦਲੇ ਜੀ 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 ਉਹਦੇ ਪੁੱਤ ਨੂੰ ਫਾਂਸੀ ਦੇਣ ਤੋਂ ਬਾਅਦ ਕਹਿੰਦੇ ਉਹਦੇ ਰਾਜ ਵਿੱਚ ਕਦੇ ਗੁਨਾਹ ਹੋਇਆ ਹੀ ਨਹੀਂ ਸੀ ਉਹਨੂੰ ਲੋਕਾਂ ਨੂੰ ਪਤਾ ਲੱਗਿਆ ਵੀ ਜਿਹੜੇ ਆਪਣੇ ਪੁੱਤ ਨੂੰ ਵੀ ਨਹੀਂ ਬਖਸ਼ਿਆ ਜੀ ਇਹ ਸਾਡਾ ਕਦੇ ਨਿਆਂ ਕਰੂਗਾ ਬਿਲਕੁਲ ਬਿਲਕੁਲ ਜੀ 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 ਨਿਆਂ ਜਿਹੜਾ ਕਰਨਾ ਜਦੋਂ ਲੋਕਾਂ ਦਾ ਨਿਆਂ ਤੋਂ ਵਿਸ਼ਵਾਸ ਉੱਠਦਾ ਨਾ ਜੀ ਉਸ ਵੇਲੇ ਲੋਕ ਫਿਰ ਅਵੇਸਲੇ ਵੀ ਹੋ ਜਾਂਦੇ ਆ ਉਹਨਾਂ ਚ ਘਟੀਆਪਣ ਵੀ ਆ ਜਾਂਦਾ ਉਹ ਗੁਲਾਮੀ ਦੀ ਜਹਿਨੀਅਤ ਵਾਲੀ ਭਰ ਜਾਂਦੀ ਆ ਤੇ ਸਾਰਾ ਕੁਝ ਹੋ ਜਾਂਦਾ ਤੇ ਇਸੇ ਕਰਕੇ ਜਿਹੜੇ ਪਿੰਡ ਵਾਲੇ ਆ ਹੁਣ ਉਹ ਡਰਦੇ ਹੋਣੇ ਆ ਵੀ ਜੀ ਸਾਡੇ ਫਲਾਣਾ ਐਮ ਐਲ ਏ ਹਾਲਾਂਕਿ ਦੇਖ ਲਓ ਉੱਥੇ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਿਆ ਸਾਹਿਬ ਉਹ ਬੈਠਾ ਤੇ ਇੱਕ ਉਹ ਮੋਰਿੰਡੇ ਦੇ ਕੋਲ ਗਿਣਨੇ ਕੀ ਆ ਤੁਸੀਂ ਮੋਰਿੰਡੇ ਦੇ ਲਾਗੇ ਜਾ ਕੇ ਕਰ ਲਓ 25 ਤੁਹਾਨੂੰ ਡੇਰੇ ਮਿਲ ਜਾਣੇ ਆ ਜਿਹੜੇ ਸੰਤ ਬਾਬੇ ਕਹਿੰਦੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਆ ਅਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਇਸ਼ਟ ਆ ਜਿਹੜੇ ਤੁਹਾਨੂੰ ਆਲੇ ਦੁਆਲੇ ਮਿਲ ਜਾਣੇ ਤੇ ਉਹਦਾ ਉਹ ਡੇਰਿਆਂ ਨੂੰ ਕਿਸੇ ਨਹੀਂ ਹੋਣਾ ਤੇ ਕਾਰ ਸੇਵਾ ਕਰਨ ਤੱਕ ਹੁਣ ਇੱਥੇ ਉਹ ਪਿੱਛੇ ਜਾ ਕੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁਸ਼ਿਆਰਪੁਰ ਦਾ ਆਇਆ ਸੀਗਾ ਤੇ ਉਹ ਇਸ ਉਹਨੇ ਇਸ ਕਰਕੇ ਨੀ ਦੱਸਿਆ ਵੀ ਲੋਕਾਂ ਨੂੰ ਵੀ ਮੇਰੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਮੈਂ ਆਪਣੇ ਹਲਕੇ 'ਚ ਕੰਮ ਕੀ ਕੀਤਾ ਉਹ ਇਹੀ ਕਹੀ ਗਿਆ ਮਨਪ੍ਰੀਤ ਨੇ ਦਾੜੀ ਕੱਟੀ ਹੋਆ ਜੀ ਇਹ ਫਲਾਂ ਆ ਜੀ ਇਹ ਢਿਮਕੜਾ ਜੀ ਯਾਨੀ ਉਹਨੂੰ ਮਨਪ੍ਰੀਤ ਦਾੜੀ ਹੁਣ ਕੱਟੀ ਅੱਜ ਦੱਸਣ ਲੱਗੀ ਆ 4 ਸਾਲਾਂ ਬਾਅਦ ਤੇ ਉਹਨਾਂ ਨੇ ਇਹ ਨੀ ਦੱਸਿਆ ਕਿ ਸਾਡੇ ਮੇਰੇ ਹਲਕੇ ਵਿੱਚ ਕਿੰਨੇ ਡੇਰੇ ਆ ਕਿੰਨੇ ਸਿੱਖ ਵਿਰੋਧੀ ਆ ਤੇ ਕਿੰਨੇ ਡੇਰੇ ਸਿੱਖੀ ਦਾ ਪ੍ਰਚਾਰ ਕਰਦੇ ਆ ਕਿੰਨੇ ਬਾਬੇ ਆ ਕੰਮ ਤਾਂ ਉਹਨੂੰ ਇਹ ਚਾਹੀਦਾ ਲੇਕਿਨ ਉਹ ਉਹ ਸਿਆਸੀ ਗੱਲਾਂ ਪਿੱਛੇ ਪਏ ਹੋਏ ਆ ਜੀ ਜੀ ਵਧੀਆ ਜੀ 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 ਸੋ ਤਰਲੋਚਨ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਪਤਾ ਤੁਹਾਡੇ ਕੋਲ ਸਮਾਂ ਬਹੁਤ ਥੋੜਾ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਕੀਮਤੀ ਸਮੇਂ ਚੋਂ ਜੀ ਤੁਹਾਡਾ ਵੀ ਧੰਨਵਾਦ ਜੀ ਕਿ ਤੁਸੀਂ ਇਹ ਕੌਮ ਦਾ ਮਸਲਾ ਏਡੀ ਦੂਰ ਬੈਠਣ ਲਿਆ ਔਰ ਮੈਂ ਜਿਹੜੇ ਫਤਿਹ ਮਲਟੀਮੀਡੀਆ ਵਾਲੇ ਵੀਰ ਜੀ ਸਤਪਾਲ ਸਿੰਘ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਕੌਮ ਦੇ ਵਿੱਚ ਚੇਤਨਾ ਪੈਦਾ ਕਰ ਰਹੇ ਆ ਵੀਰ ਜੀ ਤੁਸੀਂ ਚੜ੍ਹਦੀ ਕਲਾ ਨਾਲ ਪੰਜਾਬ 'ਚ ਢੋਡੋਰਾ ਪਿੱਟੋ ਔਰ ਕੌਮ ਨੂੰ ਜਗਾਓ ਤੁਹਾਡਾ ਫਰਜ਼ ਜ਼ਰੂਰ ਸਤਿਗੁਰ ਸੱਚੇ ਪਾਤਸ਼ਾਹ ਵਿੱਚ ਪੂਰੀ ਪੂਰਨਤਾ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਤਰਲੋਚਨ ਸਤਪਾਲਪੁਰ ਜੋ ਕਿ ਸਾਬਕਾ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੇਂ ਸਮੇਂ ਨਾਲ ਪੰਥਕ ਮਸਲਿਆਂ ਦੇ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਆਪਣੇ ਵਿਚਾਰ ਦਿੰਦੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇਹਨਾਂ ਕੋਲ ਸਮਾਂ ਤਾਂ ਬਹੁਤ ਥੋੜ੍ਹਾ ਹੁੰਦਾ ਪਰ ਸਾਨੂੰ ਇਹਨਾਂ ਕਦੇ ਵੀ ਜਿਸ ਤਰ੍ਹਾਂ ਨਾ ਨਹੀਂ ਕੀਤੀ ਸੋ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ ਸੋ ਜੀ 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 ਸਤਪਾਲ ਸਿੰਘ ਜੀ ਜਿੱਦਾਂ ਇੱਕ ਕੁਛ ਇੱਕ ਹੋਰ ਜਿੱਦਾਂ ਗੱਲ ਸਾਹਮਣੇ ਆ ਰਹੀ ਸੀ ਵੀ ਜਿਹੜੇ ਗੁਰਦੁਆਰੇ ਸਾਹਿਬ ਦਾ ਜਿਹੜਾ ਤਾਲਾ ਹੈ ਉਹ ਤੋੜਿਆ ਨਹੀਂ ਗਿਆ ਸੀ ਉਹ ਖੋਲਿਆ ਗਿਆ ਸੀ ਅਤੇ ਨਾਲ ਇਹ ਉਹਦੇ ਵਿੱਚ ਸੁਣਨ ਦੇ ਵਿੱਚ ਆਇਆ ਸੀ ਵੀ ਉਸ ਤਾਲੇ ਦੀਆਂ ਚਾਬੀਆਂ ਸਿਰਫ ਜਾਂ ਤਾਂ ਗ੍ਰੰਥੀ ਸਿੰਘ ਕੋਲ ਸੀਗੀਆਂ ਜਾਂ ਸਰਪੰਚ ਕੋਲ ਸੀਗੀਆਂ ਇਸ ਦੇ ਬਾਰੇ ਕੀ ਕੀ ਇਹਦੇ ਬਾਰੇ ਕਿੰਨਾ ਕੁ ਸੱਚ ਆ ਤੇ ਕੀ ਇਹ ਸਿਰਫ ਜਾਂ ਵੈਸੇ ਹੀ ਲੱਗਦਾ ਇਹਦੇ ਬਾਰੇ ਨਾ ਸਟੇਟਮੈਂਟ ਭਾਜੀ ਸਾਰਿਆਂ ਦੀ ਚੇਂਜ ਹੁੰਦੀ ਰਹੀ ਆ ਬਾਰ ਬਾਰ ਜੀ ਕਿਉਂਕਿ ਗ੍ਰੰਥੀ ਸਿੰਘ ਕਹਿੰਦਾ ਕਿ ਮੈਂ ਰਾਤ ਨੂੰ ਤਾਲਾ ਜਦੋਂ ਬੰਦ ਕਰਕੇ ਚਾਬੀਆਂ ਇੱਕ ਉੱਥੇ ਭੈਣ ਜੀ ਹੈਗੇ ਨੇ ਉਹ ਸਵੇਰੇ ਸੇਵਾ ਕਰਨ ਆਉਂਦੇ ਨੇ ਉਹਨਾਂ ਨੂੰ ਫੜਾ ਕੇ ਜਾਣਾ ਜੀ ਤੇ ਨੈਕਸਟ ਪਤਾ ਚੱਲਿਆ ਕਿ ਉਹ ਕਹਿੰਦੇ ਕਿ ਜੀ ਉਸ ਦਿਨ ਚਾਬੀਆਂ ਸਾਡੇ ਕੋਲੋਂ ਮਿਲੀਆਂ ਨੀ ਤੇ ਅਸੀਂ ਪ੍ਰਧਾਨ ਜੀ ਕੋਲੋਂ ਚਾਬੀਆਂ ਲੈਣ ਗਏ ਸੀਗੇ ਜੀ ਤੇ ਫਿਰ ਇੱਕ ਸਟੇਟਮੈਂਟ ਆਇਆ ਪਤਾ ਚੱਲੀ ਜੀ ਕਿ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤੇ ਪਹਿਲਾਂ ਹੀ ਤਾਲਾ ਦਿੱਤਾ ਪਿਆ ਸੀਗਾ ਜੀ ਤੇ ਫਿਰ ਜਦੋਂ ਕਹਿੰਦੇ ਅਸੀਂ ਫਿਰ ਲੋਕ ਬੰਦ ਕੀਤਾ ਤੇ ਜਦੋਂ ਅਸੀਂ ਪ੍ਰਧਾਨ ਜੀ ਨੂੰ ਬੁਲਾਉਣ ਗਏ ਆ ਤੇ ਵਾਪਸੀ ਆਇਆ ਫਿਰ ਪ੍ਰਧਾਨ ਜੀ ਕੋਲ ਚਾਬੀਆਂ ਵੀ ਸੀਗੀਆਂ ਸਟੇਟਮੈਂਟ ਇਹਦੇ ਚ ਉਹਨਾਂ ਨੇ ਇੱਕ ਦਿੱਤੀ ਨੀ ਨਾ ਜੀ ਤਿੰਨ ਚਾਰ ਵਾਰੀ ਜਿਹੜੀ ਸਟੇਟਮੈਂਟ ਚੇਂਜ ਕੀਤੀ ਸਿਰਫ ਚਾਬੀਆਂ ਤੇ ਬਿਲਕੁਲ ਬਿਲਕੁਲ ਤੇ ਇੱਥੋਂ ਇਹੀ ਕੁਛ ਜਿੱਦਾਂ ਕਹਿ ਲਓ ਵੀ ਇਹਨਾਂ ਦੀਆਂ ਗੱਲਾਂ ਤੋਂ ਇਹੀ ਕੁਛ ਸਾਹਮਣੇ ਆ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਉਹਦੇ ਵਿੱਚ ਜ਼ਰੂਰ ਸ਼ਾਮਿਲ ਰਿਹਾ ਉਸ ਪਿੰਡ ਦੇ ਵਿੱਚੋਂ ਜੀ ਮਿਲੀ ਭੁਗਤ ਨਾਲ ਤੇ ਸਤਪਾਲ ਸਿੰਘ ਜੀ ਸਾਡੇ ਨਾਲ ਕਾਲਰ ਜਿਹੜੇ ਆ ਕਾਫੀ ਸਮੇਂ ਤੋਂ ਲਾਈਨਸ ਦੇ ਉੱਪਰ ਨੇ ਆਪਾਂ ਕਿਉਂਕਿ ਉਹਨਾਂ ਦੀ ਆਪਾਂ ਕਾਲ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਐਸਏ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਸਤਿ ਸ਼੍ਰੀ ਅਕਾਲ ਜੀ
ਕੁਛ ਦੱਸਣਾ ਚਾਹੁੰਦਾ ਪਰ ਵਾਹਿਗੁਰੂ ਤੋਂ ਡਰ ਕੇ ਗੱਲ ਕਰਦੀ ਹਾਂ। ਜੀ ਜੀ ਜੀ। ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਇਹ ਮੈਨੂੰ ਝੂਠੀ ਗੱਲ ਲੱਗਦੀ ਹੈ ਵੀ ਇਹ ਗੱਲ ਨਹੀਂ ਹੋ ਸਕਦੀ। जी 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 बीबी जी ਤੁਸੀਂ ਜੇ ਤੁਹਾਡਾ ਆਨਲਾਈਨ ਇੰਟਰਨੈਟ ਤੇ ਅਕਾਊਂਟ ਹੈਗਾ ਤੁਸੀਂ ਇਹਦੀ ਜਿਹੜੀ ਪ੍ਰੋਪਰ ਆ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਤੁਸੀਂ ਇਹਦੀ ਪਿਕਚਰਸ ਦੇਖ ਸਕਦੇ ਹੋ ਤੇ ਨਾਲੇ ਆਪਾਂ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਜਿਹੜੇ ਉਸ ਪਿੰਡ ਦੇ ਵਿੱਚ ਖੁਦ ਜਾ ਕੇ ਆਏ ਆ ਉਸ ਖੂਹ ਨੂੰ ਦੇਖ ਕੇ ਆਏ ਆ ਉੱਥੋਂ ਦੀ ਉਹਨਾਂ ਨੇ ਵੀਡੀਓ ਬਣਾਈ ਆ ਗੁਰਦੁਆਰਾ ਸਾਹਿਬ ਦੀ ਉਸ ਖੂਹ ਦੀ ਜਿੱਥੇ ਇਹ ਜਿਹੜਾ ਆ ਕਾਂਡ ਉੱਥੇ ਜਿੱਥੇ ਵਾਪਰਿਆ ਆ ਤੇ ਉਹ ਆਪ ਉਹਨਾਂ ਦੇ ਵਿੱਚ ਜਾ ਕੇ ਆਏ ਆ ਤੇ ਉਹ ਪੁਲਿਸ ਵਾਲਿਆਂ ਦੇ ਨਾਲ ਗੱਲ ਕਰਕੇ ਆਏ ਆ ਪ੍ਰਧਾਨ ਦੇ ਨਾਲ ਗੱਲ ਕਰਕੇ ਆਏ ਆ। ਸੋ ਰਾਜਕਰਨ ਇਹਦੇ ਵਿੱਚ ਇੱਕ ਗੱਲ ਮੈਂ ਹੋਰ ਸੋਚਣਾ ਕਿ ਆਮ ਤੌਰ 'ਤੇ ਇੱਕ ਜਿਹੜੀ ਪਹਿਲੀ ਜਿਹੜੀ ਬੰਦਾ ਦੇ ਪਹਿਲਾ ਜਿਹੜਾ ਰਿਐਕਸ਼ਨ ਹੁੰਦਾ ਬੰਦੇ ਦਾ ਉਹ ਇਹੀ ਹੁੰਦਾ ਕਿ ਇਹ ਗੱਲ ਕਿੱਦਾਂ ਹੋ ਸਕਦੀ ਪੰਜਾਬ ਦੇ ਵਿੱਚ ਇਹ ਗੱਲ ਕਿੱਦਾਂ ਹੋ ਸਕਦੀ ਕਿੱਦਾਂ ਹੋ ਸਕਦੀ ਅਤੇ ਜਿੱਦਾਂ ਭਾਅ ਜੀ ਨੇ ਦੱਸਿਆ ਵੀ ਇਹ ਉੱਥੇ ਜਿਹੜੀ ਸਤਪਾਲ ਜੀ ਨੇ ਦੱਸਿਆ ਸਾਨੂੰ ਵੀ ਪਹਿਲਾਂ ਹੀ ਦੋ ਤਿੰਨ ਵਾਰ ਜਿਹੜੀਆਂ ਘਨੌਨੀ ਘਟਨਾ ਕੁਛ ਖੇਤਰਾਂ ਦੀ ਜਿੱਦਾਂ ਝਾੜੂ ਰੱਖਿਆ ਹੋਇਆ ਪੋਚਾ ਰੱਖਿਆ ਹੋਇਆ ਮਿਲਿਆ ਆ ਅਤੇ ਇਹ ਜ਼ਰੂਰ ਕੁਛ ਨਾ ਕੁਛ ਉੱਥੇ ਦੇ ਜਾਂ ਤਾਂ ਬਛਿੰਦਿਆਂ ਦੇ ਵਿੱਚ ਦਿਮਾਗ ਦੇ ਵਿੱਚ ਕੁਛ ਫਰਕ ਜਾਪਦਾ ਆ ਜੋ ਉੱਥੇ ਉਹਨਾਂ ਦਾ ਸਤਿਕਾਰ ਇੰਨਾ ਘੱਟ ਕਰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤੇ ਜ਼ਰੂਰ ਇੱਦਾਂ ਦੀ ਘਟਨਾ ਸਾਨੂੰ ਪਹਿਲਾਂ ਵੀ ਹਰਵਿੰਦਰ ਜੀ ਕਾਫੀ ਆਫ ਦਾ ਯਾਰ ਕਾਲ ਆਈਆਂ ਉਹ ਕਹਿੰਦੇ ਵੀ ਇਹ ਸਿਰਫ ਇੱਕ ਅਫਵਾਹ ਆ ਅਤੇ ਤੁਸੀਂ ਕਿਉਂ ਇੱਦਾਂ ਕਹਿ ਰਹੇ ਹੋ ਅਤੇ ਅਸੀਂ ਕਿਹਾ ਜੀ ਨਹੀਂ ਜੀ ਅਫਵਾਹ ਨਹੀਂ ਆ ਅਸੀਂ ਬਿਲਕੁਲ ਉਹਨਾਂ ਸਰੋਤਾਂ ਤੋਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਹੜੇ ਆਪ ਉੱਥੇ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਏ ਆ ਖੁਦ ਗੱਲਾਂ ਬਾਤਾਂ ਕਰਦੇ ਰਾਜਕਰਨ ਨਾਲ ਦੇ ਨਾਲ ਜੀ ਨਾਲ ਨਾਲ ਜਿਹੜੇ ਜਿਹੜੇ ਵੀ ਜਿਨ੍ਹਾਂ ਨੂੰ ਲੱਗਦਾ ਹੋਵੇ ਨਾ ਅਫਵਾਹ ਜੀ ਜੀ ਉਹ ਸਿੱਧਾ ਜਾ ਕੇ ਪਤਾ ਕਰ ਸਕਦੇ ਆ ਕਿ ਪੰਜਾਬ ਵਿੱਚ ਉਹਨਾਂ ਦੇ ਕੋਈ ਰਿਸ਼ਤੇਦਾਰ ਰਹਿੰਦੇ ਹੋਣਗੇ ਉਹਨਾਂ ਦੇ ਨੇੜੇ ਤੇੜੇ ਕੋਈ ਸੱਚੀ ਸੰਬੰਧੀ ਹੋਣਗੇ ਜੀ ਉਹਨਾਂ ਨੂੰ ਕਹੋ ਮਰਿੰਡੇ ਦੇ ਵਿੱਚ ਪਿੰਡ ਪੈਂਦਾ ਹੈ ਜੀ ਸਿਰਫ ਤੇ ਆਪਣਾ 5 ਕਿਲੋਮੀਟਰ ਅੰਦਰ ਹਟ ਕੇ ਉਧਮਪੁਰ ਨੱਲਾ ਜੀ ਕੋਈ ਅੰਦਰ ਬਹੁਤਾ ਜਾਣ ਦੀ ਲੋੜ ਨਹੀਂ ਪਿੰਡ ਤੁਹਾਨੂੰ ਬਾਹਰੋਂ ਬਾਹਰ ਨਜ਼ਰ ਆ ਜਾਣਾ ਉੱਥੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ 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 ਪੂਰਾ ਜੋ ਵੀ ਉੱਥੇ ਪਿਛਲੇ ਇੱਕ ਹਫਤੇ ਤੋਂ ਜੋ ਜੋ ਹੁੰਦਾ ਆ ਰਿਹਾ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ 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 ਨਾਲ ਵੀਰ ਜੀ ਨਾਲ ਗੱਲਬਾਤ ਇਹ ਵੀ ਹੈਗੀ ਹੈ ਕਿਉਂਕਿ ਕਿਸੇ ਮੀਡੀਆ ਨੇ ਉਹਨੂੰ ਕਵਰ ਨਹੀਂ ਕੀਤਾ ਜਿਹੜੀ ਵੱਡੀ ਗੱਲ ਮੈਂ ਪਹਿਲਾਂ ਵੀ ਆਪਾਂ ਕਰ ਰਹੇ ਸੀ ਸਭ ਤੋਂ ਵੱਡੀ ਗੱਲ ਨਾ ਪਬਲਿਕ ਦੇ ਵਿੱਚ ਡਬਲ ਮਾਈਂਡਡ ਦੀ ਜਿਹੜੀ ਗੱਲ ਵਾ ਉਹ ਗੱਲ ਵੀ ਤਾਂ ਹੀ ਆ ਰਹੀ ਹੈ ਵੀ ਤੁਸੀਂ ਤਾਂ ਗੱਲਾਂ ਕਰ ਰਹੇ ਹੋ ਅਸੀਂ ਤੁਸੀਂ ਹੋ ਗਏ ਸਾਰੇ ਮਿਲ ਕੇ ਲੱਗੇ ਹੋਏ ਆ ਜੀ 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 ਮੀਡੀਆ ਨੇ ਤਾਂ ਗੱਲ ਕੀਤੀ ਨੀ ਪਬਲਿਕ ਇਸ ਕਰਕੇ ਥੋੜਾ ਜਿਹਾ ਝਿਜਕਦੀ ਆ ਵੀ ਸ਼ਾਇਦ ਗੱਲ ਝੂਠੀ ਨਾ ਹੋਵੇ ਕਿਤੇ ਜੀ 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 ਕਿ ਇਹਦੇ ਚ ਮੀਡੀਆ ਦਾ ਰੋਲ ਬਹੁਤ ਜ਼ਰੂਰੀ ਬਣਦਾ ਸੀ ਵੀ ਸਾਰੀਆਂ ਜਿੰਨੀਆਂ ਅਖਬਾਰਾਂ ਹੈਗੀਆਂ ਨੇ 5 ਅਖਬਾਰਾਂ ਆਪਣੇ ਆਪ ਨੂੰ ਕਹਿਣ ਵਾਲੀਆਂ ਜੀ ਜੀ ਘੱਟੋ ਘੱਟ ਉਹ ਤਾਂ ਇਸ ਖਬਰ ਨੂੰ ਪੂਰੇ ਤਰੀਕੇ ਨਾਲ ਦੱਸਦੀਆਂ ਵੀ ਆਹ ਕੁਛ ਹੋਇਆ ਉੱਥੇ ਤੇ ਇਸ ਵੇਲੇ ਆਹ ਸਿੱਟਾ ਨੂੰ ਕਰਕੇ ਆ ਰਿਹਾ ਇਹਦੇ ਵਿੱਚ ਆਹ ਪੱਖ ਰੱਖੇ ਜਾ ਰਹੇ ਨੇ ਤੇ ਆਹ ਪੱਖ ਤੇ ਗੱਲ ਹੋਣੀ ਚਾਹੀਦੀ ਹੈ ਜੀ 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 ਵੀਰ ਜੀ ਆਪਾਂ ਜੀ ਜੀ ਮੈਂ ਜਿਹੜਾ ਰੋਲ ਪਲੇ ਕਰਨਾ ਚਾਹੀਦਾ ਜੀ 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 ਮੈਂ ਤੁਹਾਡੀ ਗੱਲ ਨੂੰ ਸੋਰੀ ਇੰਟਰਪਟ ਕਰ ਰਿਹਾ ਕਿਉਂਕਿ ਕਾਲਰ ਸਾਡੇ ਨਾਲ ਕਾਫੀ ਜ਼ਿਆਦਾ ਲਾਈਨ ਤੇ ਨੇ ਸਾਰੀਆਂ ਲਾਈਨਾਂ ਜਿੱਦਾਂ ਆਪਣੀਆਂ ਬਿਜ਼ੀ ਚੱਲ ਰਹੀਆਂ ਆਪਾਂ ਸਾਰੇ ਸਰੋਤਿਆਂ ਨੂੰ ਨਾਲੇ ਅਪੀਲ ਕਰਦੇ ਹਾਂ ਵੀ ਤੁਸੀਂ ਆਪਣੀ ਜਿਹੜੀ ਗੱਲ ਆ ਕੋਸ਼ਿਸ਼ ਕਰੋ ਕਿ ਸੰਖੇਪ ਦੇ ਵਿੱਚ ਕਰਿਓ ਕਿਉਂਕਿ ਆਪਾਂ ਬਾਕੀ ਹੋਰਾਂ ਦੀ ਵੀ ਵਿਚਾਰ ਸੁਣਨਾ ਚਾਹਾਂਗੇ ਤੇ ਹਰਵਿੰਦਰ ਜੀ ਆਪਾਂ ਚੱਲਦੇ ਹਾਂ ਆਪਣੇ ਕਾਲਰਸ ਦੇ ਵੱਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਕੇਵਲ ਸਿੰਘ ਬੋਲਿਆ ਬੇਕਰ ਛੇੜਦਾ ਹਾਂਜੀ ਕੇਵਲ ਸਿੰਘ ਜੀ ਕੀ ਕਹਿਣਾ ਚਾਹੋਗੇ ਚੱਲਦੇ ਮਸਲੇ ਦੇ ਉੱਤੇ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਸਾਡੀ ਜਿਹੜੀ ਇੱਥੋਂ ਦੀ ਕਮੇਟੀ ਬਣੀ ਹੋਇਆ ਜਿੱਦਾਂ ਬੈਂਸ ਸਾਹਿਬ ਹੈਗੇ ਆ ਜੀ ਉਹ ਵੀ ਹੋ ਗਿਆ ਜੀ ਆਪਾਂ ਜਸਪ੍ਰੀਤ ਹੋ ਗਿਆ ਜੀ ਇਹਨਾਂ ਦੇ ਅੱਗੇ ਮੇਰੀ ਬੇਨਤੀ ਹੈ ਜੇ ਸੁਣਦੇ ਹੋਣ ਹਾਂਜੀ ਇਹਨਾਂ ਨੂੰ ਇਹ ਕੇਸ ਪਾ ਕੇ ਫਾਰਵਰਡ ਕਰਨਾ ਚਾਹੀਦਾ ਕੀ ਕੁਛ ਹੋ ਰਿਹਾ ਇਹਨਾਂ ਨੇ ਇਨਕੁਆਇਰੀ ਲੈਣੀ ਚਾਹੀਦੀ ਹੈ ਜੀ 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 ਸੋ ਕਿਉਂਕਿ ਇਹ ਛੋਟੀ ਜਿਹੀ ਗੱਲ ਨਹੀਂ ਹੈ ਸਿਰਮੌਰ ਜਥੇਬੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਨੀ ਇਹਨਾਂ ਦੀ ਖਬਰ ਲੈ ਰਹੀ ਤੇ ਇਹਨਾਂ ਦੇ ਕਿਹਾ ਉਹਨਾਂ ਨੇ ਪਤਾ ਨੀ ਕੀ ਕਰਨਾ ਹੈ ਜਿਹੜੀ ਪੰਥਕ ਸਰਕਾਰ ਆ ਪੰਥਕ ਜਥੇਬੰਦੀਆਂ ਅਖਵਾਉਣ ਨੂੰ ਤੇ ਜਿਹਨਾਂ ਦੇ ਪਿੱਛੇ ਲੁੱਕ ਕੇ ਘਨੌਣੇ ਰਾਕਸ਼ਸ ਬੈਠੇ ਆ ਮਾਇਆ ਦੇ ਲੋਭੀ ਬੈਠੇ ਆ ਤੇ ਉਹਨਾਂ ਨੇ ਕੀ ਕਰਨਾ ਹੈ ਆਪਣੇ ਇਸ ਗੁਰੂ ਬਾਰੇ ਜੋ ਸਿਰਫ ਵੋਟਾਂ ਦੇ ਚੱਕਰ ਦੇ ਵਿੱਚ ਲੋਕਾਂ ਕੋਲ ਤੁਰੇ ਹੋਏ ਆ ਤੇ ਪਤਾ ਨਹੀਂ ਕੀ ਕੀ ਕਰਦੇ ਆ ਵੋਟਾਂ ਲੈਣ ਦੇ ਲਈ ਤੇ ਬਿਲਕੁਲ ਅਸੀਂ ਤੁਹਾਡੇ ਗੱਲ ਨਾਲ ਸਹਿਮਤ ਹਾਂ ਤੇ ਬਹੁਤ ਬਹੁਤ ਧੰਨਵਾਦ ਕੇਵਲ ਸਿੰਘ ਜੀ ਕਾਲ ਕਰਨ ਲਈ ਥੈਂਕ ਯੂ ਚੱਲਦੇ ਆਪਾਂ ਆਪਣੇ ਨੈਕਸਟ ਕਾਲਰ ਵੱਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨ ਸਤਿ ਸ਼੍ਰੀ ਅਕਾਲ ਜੀ ਬਹੁਤ ਹੁੰਦਾ ਪੁੱਤ ਗੱਲਾਂ ਸੁਣ ਕੇ ਜੀ ਜੀ ਕੁਛ ਨਹੀਂ ਕਰ ਸਕਦੇ ਜਿਹੜਾ ਕਹਿੰਦੇ ਕੋਈ ਗੱਲ ਹੁੰਦੀ ਪੁੱਤ ਫੇਰ ਉਹ ਗੱਲ ਉੱਠਦੀ ਹੈ ਨਾ ਜੀ ਹਾਂਜੀ ਜੀ 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 ਤੁਸੀਂ ਦੱਸੋਗੇ ਕਿਹੜੀ ਵੈਬਸਾਈਟ ਤੇ ਪਾਇਆ ਤੁਸੀਂ ਉਹ ਕੰਪਿਊਟਰ ਤੇ ਕਾਕਾ ਦੇਖਦਾ ਆ ਹਾਂਜੀ ਸਾਡੀ ਵੈਬਸਾਈਟ punjabiradiousa.com ਤੇ ਚਲੇ ਜਿਓ ਜਾਂ ਸਾਡੇ ਮਿੰਟ ਮੈਂ ਕਾਕੇ ਨਾਲ ਗੱਲ ਕਰਾਉਣੀ ਹੈ ਤੁਸੀਂ ਹੋਲਡ ਕਰ ਲਿਓ ਤੁਹਾਨੂੰ ਦੂਜੇ ਪਾਸੋਂ ਤੁਹਾਨੂੰ ਦੱਸ ਦਿੰਦੇ ਆ ਤੇ ਇੱਕ ਮਿੰਟ ਕਾਕੇ ਨਾਲ ਗੱਲ ਕਰਿਓ ਤੁਸੀਂ
ਉਹਨਾਂ ਨੂੰ ਆਫ ਦੀ ਏਅਰ ਹੈ ਜਿਹੜੀ ਗੱਲਬਾਤ ਆ ਉਹ ਦੱਸਣਗੇ। ਚੱਲਦੇ ਆਪਾਂ ਮੀਨਵਾਈਲ ਨੈਕਸਟ ਕਾਲਰ ਵੱਲ। ਸਤਿ ਸ਼੍ਰੀ ਅਕਾਲ ਜੀ ਬਾਬਾ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਲ ਬੇਨਤੀ ਕਰ ਰਿਹਾ ਫਰੀ ਮਾਉਣ ਤੋਂ ਜੀ। ਸਭ ਤੋਂ ਪਹਿਲੀ ਗੱਲ ਤੇ ਹੈਗੀ ਆ ਕਿ ਦੀਪਾਲਪੁਰ ਸਾਹਿਬ ਨੇ ਬਹੁਤ ਵਧੀਆ ਦੱਸਿਆ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੈਂਬਰ ਨੇਗੇ। ਲੇਕਿਨ ਜੋ ਮੇਰੀ ਸੋਚ ਹੈਗੀ ਆ, ਇੱਕ ਪਗੜੀ ਧਾਰੀ ਹਿੰਦੂ ਨੂੰ ਗੁਰੂ ਗ੍ਰੰਥ ਸਾਹਿਬ ਦਾ ਕੀ ਸਤਿਕਾਰ ਹੋ ਸਕਦਾ ਹੈ ਜੀ। ਇਹ ਸਾਰੀ ਜਿੰਨੀ ਉਹਦੀ ਐਸ ਸੀ ਪੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜੋ ਦੇ ਨੁਮਾਇੰਦੇ ਹੈਗੇ ਆ, ਸਾਰੇ ਪਗੜੀ ਧਾਰੀ ਹਿੰਦੂ ਨੇ, ਕੋਈ ਸਿੱਖ ਨੀ ਹੈਗਾ। ਗੁਰੂ ਗ੍ਰੰਥ ਸਾਹਿਬ ਦਾ ਜੇ ਸਤਿਕਾਰ ਜਾਂ ਦੁੱਖ ਹੈ ਤੇ ਉਹ ਕਿਸ ਸਿੱਖ ਨੂੰ ਹੈ ਜਿਹੜਾ ਗੁਰੂ ਦਾ ਸਿੱਖ ਜੀ। ਇਸ ਕਰਕੇ ਆਪਾਂ ਉਹਨਾਂ ਕੋਲ ਕੀ ਆਸ ਰੱਖਦੇ ਹਾਂ? ਆਪਾਂ ਨੂੰ ਜਿੰਨੀਆਂ ਮਰਜ਼ੀ ਇਹਨਾਂ ਨੂੰ ਜਿੰਨੇ ਕਿ ਉਹਨੇ ਆਪਣੇ ਚਿਮਟੇ ਛੱਡੇ ਹੈਗੇ ਆ ਅਮਰੀਕਾ ਦੇ ਸਾਰੇ ਬੈਂਸ ਵਰਗੇ ਸਾਰੇ ਜਿਹੜੇ ਹੁਣ ਭਾਈ ਸਾਹਿਬ ਬੇਨਤੀ ਕਰਨ ਦੇ ਹੈਗੇ, ਇਹ ਕੀ ਕਹਿਣਗੇ ਉਹਨੂੰ? ਕਿਉਂਕਿ ਆਪ ਉਹਨਾਂ ਦੇ ਪੇੜ ਬੰਦੇ ਨੇਗੇ ਸਾਰੇ ਹੀ। ਇੱਕ ਫੇਰ ਬੰਦਾ ਮਾਲਕ ਨੂੰ ਕੀ ਕਿਹਾ ਹੈ ਕਿ ਨੌਕਰ ਵੀ ਤੂੰ ਆਹ ਨੀ ਕਰ ਸਲਾਹ ਕਰ ਪਈ ਜੀ ਜੀ ਜੀ। ਮੇਰੀ ਬੇਨਤੀ ਹੈਗੀ ਆ ਵੀ ਜੇ ਆਪਾਂ ਜੁਡੀਸ਼ਰੀ ਅੱਜ ਕੱਲ੍ਹ ਬੜੀ ਜਾਗੀ ਹੋਈ ਹੈ ਹਿੰਦੁਸਤਾਨ ਵਿੱਚ ਜੀ, ਜੇ ਆਪਾਂ ਇੱਥੋਂ ਇੰਨੇ ਆਪਣੇ ਕੋਲ ਇੰਨੇ ਆਪਣੇ ਸੋਰਸਿਸ ਹੈਗੇ ਨੇ ਸਾਰਾ ਕੁਛ, ਜੇ ਆਪਾਂ ਚੰਗੇ ਵਕੀਲ ਆਪਾਂ ਕਿਹੋ ਜਿਹੀ ਗੱਲ ਕੋਈ ਕਰੀਏ ਵੀ ਆਹ ਸਾਡੇ ਨਾਲ ਕਿਉਂ ਦੁਰਘਟਨਾ ਵਾਪਰੀ ਹੈਗੀ ਆ, ਮੈਂ ਸਭ ਨਾਲ ਸ਼ਾਇਦ ਆਪਾਂ ਇਹਨਾਂ ਨੂੰ ਚੰਗੇ ਨਤੀਜੇ ਕੱਢ ਸਕੀਏ ਜਿਹੜੇ ਆਪਾਂ ਇਹ ਕਰ ਰਹੇ ਹੈਗੇ ਹਾਂ। ਕਿਉਂਕਿ ਜਿਹੜੀ ਆਸ ਆਪਾਂ ਉੱਥੋਂ ਰੱਖਦੇ ਨਾ ਗਵਰਨਮੈਂਟ ਕੋਲੋਂ ਜਾਂ ਐਸ ਜੀ ਪੀ ਸੀ ਤੇ ਬੰਦਿਆਂ ਕੋਲੋਂ ਜੀ, ਬਿਲਕੁਲ ਨਿਰਮੂਲ ਹੈ, ਉਹ ਨਹੀਂ ਕਰਨਗੇ, ਕੋਈ ਨਹੀਂ ਕਰੇਗਾ, ਕਿਉਂਕਿ ਸਾਰਾ ਉਹਨਾਂ ਦੀ ਸ਼ਹਿਣਾ ਹੋ ਰਿਹਾ ਹੈਗਾ, ਮੀਡੀਆ ਸਾਰਾ ਉਹਨੇ ਥੱਲੇ ਹੈਗਾ। ਆਪਾਂ ਸਾਰੇ ਕਹਿੰਦੇ ਮੀਡੀਆ ਨੇ ਕਿਉਂ ਨਹੀਂ ਕਵਰ ਕੀਤਾ? ਕਿਉਂ ਮੀਡੀਆ ਕਵਰ ਕਰੇਗਾ ਬਈ, ਜਦੋਂ ਉੱਥੇ ਸੁਖਬੀਰ ਸਿੰਘ ਬਾਦਲ ਬੈਠਾ, ਮੀਡੀਆ ਸਾਰੇ ਦਾ ਪਿਓ ਜੀ 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 ਜੀ। ਇਸ ਕਰਕੇ ਮੇਰੀ ਬੇਨਤੀ ਹੋਈ ਆ ਵੀ ਆਪਾਂ ਨੂੰ ਕੋਈ ਐਸਾ ਸਿਸਟਮ ਲੱਭਣਾ ਚਾਹੀਦਾ ਜਿਹੜਾ ਜੁਡੀਸ਼ੀ ਮਤ ਆਪਾਂ ਜਾਈਏ, ਕਿਉਂਕਿ ਹੁਣੇ ਵੇਖ ਲਓ ਤੁਸੀਂ ਉਹਨਾਂ ਨੇ ਉਹ ਐਨਏ ਹਰਾਜੇ ਨੂੰ ਕਿਹਾ ਹੈਗਾ, ਬੜਾ ਜਾ ਸੁਪਰੀਮ ਕੋਰਟ ਨੇ ਮਾਰਿਆ, ਉੱਥੇ ਜਾ ਕੇ ਉਹਨੂੰ ਕਹਿੰਦੇ ਠੀਕ ਆ ਵੀ ਆ ਜਾ ਤੂੰ ਰੱਖ ਲਾ ਭੁੱਖ ਦਾ ਵੀ ਰੱਖ ਲਾ ਸਾਰਾ ਕੁਛ ਜੀ ਜੀ। ਸਾਨੂੰ ਇਹਦੇ ਇਸ ਕਰਕੇ ਇਹੋ ਜਿਹਾ ਪੈਨਲ ਬਣਾਉਣਾ ਚਾਹੀਦਾ ਹੈਗਾ ਜਿਹੜਾ ਸਾਡੇ ਉੱਥੋਂ ਦੇ ਸਿੱਖਾਂ ਦੇ ਜੋ ਸਾਡਾ ਧੱਕਾ ਹੋ ਰਿਹਾ ਹੈਗਾ ਉਹਦਾ ਕੋਈ ਨਾ ਕੋਈ ਜਿਹੜਾ ਹੈਗਾ ਨਾ ਡਿਫੈਂਸ ਕਰ ਸਕੇ ਸਾਡੀ। ਬਾਕੀ ਜੇ ਆਪਾਂ ਆਸ ਰੱਖਾਂਗੇ ਉੱਥੋਂ ਦੇ ਨੇਤਾ ਉੱਤੇ, ਨੇਤਾ ਕਿਸੇ ਨੇ ਕੁਛ ਨੀ ਕਰਨਾ ਜੀ ਜੀ ਜੀ। ਵੇਖ ਰਹੇ ਹੋ ਐਸ ਜੀ ਪੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇਗੀਆਂ, ਸਾਰੇ ਰੌਲੀ ਪਾਉਂਦੇ ਬਲ ਨੂੰ ਮਾਰੋ ਬਲ ਨੂੰ ਮਾਰੋ, ਤੇ ਹਰ ਬੰਦਾ ਆਪਣੀ ਡੁੱਬੀ ਵਿਆਜ ਚਲਾ ਜਾਂਦਾ, ਮੇਰੇ ਬੰਦੇ ਹੋਣ ਜੇ ਮੇਰੇ ਬੰਦੇ ਹੋਣਗੇ, ਆ ਜਿੰਨੇ ਮੋਰਚੇ ਜਿੰਨੇ ਆ ਸਾਰੇ ਆਪਣੀ ਸਾਰੀ ਸੀਗੀ, ਜੇ ਇਕੱਠੀ ਹੋ ਕੇ ਲੜਦੀ ਸ਼ਾਇਦ ਉਹਨੂੰ ਸੁਧਰ ਭਰਦੇ ਨਹੀਂ ਕੱਢ ਸਕਦੇ, ਕਿਉਂਕਿ ਸਾਡੀ ਹੋਮੇ ਸਾਨੂੰ ਅੱਗੇ ਤੋਰੀ ਫਿਰਦੀ ਆ। ਮੈਂ ਅੱਗੇ ਹੋਣਾ ਚਾਹੀਦਾ, ਬਾਕੀ ਭਾਵੇਂ ਕੰਮ ਕਿਹੜੇ ਹੋਈ, ਕੌਮ ਦਾ ਕੋਈ ਸਮਝਾ ਉੱਥੇ ਕੋਈ ਨੀਗਾ, ਕੌਮ ਦਾ ਨੁਕਸਾਨ ਹੋਵੇ ਹੋਵੇ, ਮੇਰਾ ਕੋਈ ਨਾ ਹੋਣਾ ਚਾਹੀਦਾ ਜਾਂ ਮੇਰਾ ਮੁੰਡਾ ਅੱਗੇ ਹੋਣਾ ਚਾਹੀਦਾ ਹੈਗਾ ਜੀ 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 ਜੀ। ਜੇ ਤੁਸੀਂ ਬਾਹਰ ਵਾਲੇ ਬੰਦੇ ਬੈਠੇ ਇੱਥੇ ਇਹਨਾਂ ਦੇਸ਼ਾਂ 'ਚ ਬੈਠੇ ਹੋ, ਇੰਨਾ ਤੁਹਾਡੇ ਕੋਲ ਸਰਮਾਇਆ ਹੈਗਾ, ਜਿੱਥੋਂ ਵੀ ਚੰਗੀ ਟੀਮ ਉੱਥੋਂ ਵਕੀਲਾਂ ਦੀ ਖੜੀ ਕਰ ਸਕੋ, ਜੋ ਸਾਡੇ ਇਹੋ ਜਿਹੀ ਕੋਈ ਦੁਰਘਟਨਾ ਹੁੰਦੀ ਆ ਆਪਾਂ ਨੂੰ ਉਸੇ ਵੇਲੇ ਜਾ ਕੇ ਹਾਈਕੋਰਟ ਵਿੱਚ ਜਾ ਕੇ ਫਿੱਟ ਕਰੀਏ ਜੀ ਜੀ ਜੀ, ਸਾਨੂੰ ਸ਼ਾਇਦ ਅਗਲੇ ਰਿਜ਼ਲਟ ਕੋਲੋਂ ਕੋਲ ਮਿਲ ਜਾਵੇ ਜੀ 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 ਜੀ। ਸੋ ਮਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋ ਗੱਲਾਂ ਰਾਜਕਰਨ ਅਤੇ ਵੀਰ ਸਤਪਾਲ ਸਿੰਘ ਜੀ ਇਹਨਾਂ ਕੀਤੀਆਂ ਜੋ ਬਹੁਤ ਹੀ ਮੈਂ ਸੋਚਦਾ ਮਹੱਤਵਪੂਰਨ ਆ। ਪਹਿਲੀ ਗੱਲ ਤਾਂ ਮੀਡੀਆ ਦੀ ਇਹਨਾਂ ਕੀਤੀ, ਅਤੇ ਮੀਡੀਆ ਅਸੀਂ ਕਿਉਂਕਿ ਪਿਛਲੇ ਤੋਂ ਪਿਛਲੇ ਵੀਕਸ ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੀ ਆਪਣੀ ਗੱਲਬਾਤ ਕੀਤੀ ਸੀ ਉਹਦੇ ਵਿੱਚ ਵੀ ਇਹ ਗੱਲ ਅਸੀਂ ਡਿਸਕਸ ਕੀਤੀ ਕਿ ਪੰਜਾਬ ਦਾ ਜਿਹੜਾ ਮੀਡੀਆ ਹੈਗਾ ਉਹ ਕਾਫੀ ਜ਼ਿਆਦਾ ਕੰਟਰੋਲਡ ਆ, ਕੰਟਰੋਲ ਕਿਸੇ ਇੱਕ ਪਰਿਵਾਰ ਦੇ ਹੇਠਾਂ। ਸੋ ਨਾਲ ਦੀ ਨਾਲ ਜਿਹੜੀ ਦੂਸਰੀ ਗੱਲ ਉਹ ਇਹੀ ਆ ਕਿ ਇਹਨਾਂ ਅੰਨਾ ਹਜ਼ਾਰੇ ਦੀ ਗੱਲ ਕੀਤੀ, ਅਤੇ ਮੈਂ ਉਸ ਕੇਸ ਦੀ ਥੋੜ੍ਹੀ ਇਹ ਗੱਲ ਕਰੂੰਗਾ ਕਿ ਲੋਕ ਕਿੰਨੇ ਪਿੱਛੇ ਆ, ਇੱਕਜੁੱਟਤਾ ਕਿੰਨੀ ਆ ਉਹਨਾਂ ਦੇ ਵਿੱਚ ਕੋਈ ਵੀ ਗੱਲਬਾਤ ਕਰਨ ਦੇ ਵਿੱਚ। ਅਤੇ ਇੱਥੇ ਤੁਸੀਂ ਇੱਕਜੁੱਟਤਾ ਦਾ ਹਿਸਾਬ ਇਹ ਲਿਖ ਦਿਓ ਵੀ ਪਲੀਜ਼ ਆਉਂਦੀ ਹੈ ਵੈਰੀਫਿਕੇਸ਼ਨ ਕਰਨ ਦੇ ਲਈ, ਤਾਂ ਲੋਕ ਕਹਿੰਦੇ ਜੀ ਸਾਨੂੰ ਨਹੀਂ ਪਤਾ, ਈਵਨ ਕਿ ਚਾਬੀ ਦਾ ਮਸਲਾ ਨਹੀਂ, ਤਿੰਨ ਚਾਰ ਸਟੇਟਮੈਂਟਸ ਉਹਦੀਆਂ ਬਦਲ ਗਈਆਂ। ਸੋ ਆਪਾਂ ਜਿਹੜੀ ਆਪਾਂ ਕਿੱਥੇ ਖੜੇ ਹਾਂ ਇਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ ਜੀ। ਇੱਕਜੁੱਟਤਾ ਬਿਲਕੁਲ ਹੈਗੀ ਆ ਜੀ, ਬਿਲਕੁਲ ਪੰਥ ਦੇ ਖਿਲਾਫ ਇਹਨਾਂ ਦੀ ਇੱਕਜੁੱਟਤਾ ਆ ਜਿਹੜੇ ਉੱਥੇ ਦੇ ਬੰਦਿਆਂ ਦੀ ਉਹ ਉੱਥੇ ਦੇਖਣ ਨੂੰ ਮਿਲ ਰਹੀ ਆ, ਪੰਥ ਵਾਸਤੇ ਜਿਹੜੀ ਇੱਕਜੁੱਟਤਾ ਆ ਉਹ ਦੇਖਣ ਨੂੰ ਬਹੁਤ ਘੱਟ ਮਿਲ ਰਹੀ ਆ ਜੀ। ਇਹਦੇ ਨਾਲ ਹੀ ਚੱਲਦੇ ਆਪਾਂ ਆਪਣੇ ਨੈਕਸਟ ਕਾਲਰ ਦੇ ਵੱਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ? ਮੈਂ ਮਜੀਦ ਬੋਲਦੀ ਹਾਂ ਜੀ, ਫ੍ਰਿਜਨੋ ਤੋਂ। ਜੀ ਜੀ ਜੀ। ਹਾਂਜੀ, ਮੈਂ ਸੁਣ ਰਹੀ ਹਾਂ ਅੱਜ ਸਵੇਰ ਦੀ ਬਹੁਤ ਦੁੱਖ ਦੀ ਗੱਲ ਹੋਈ ਆ ਜੀ। ਮੈਂ ਇਹੀ ਬੇਨਤੀ ਕਰਦੀ ਹਾਂ ਕਿ ਸਾਰੇ ਜਾਣੇ ਇਹੀ ਇੱਕ ਕਾਰਨ ਵੀ ਜਿਹਨੇ ਇਹੋ ਜਿਹਾ ਕੰਮ ਕਰਾਉਣਾ ਕਰਿਆ ਉਹਦੇ ਹੱਥ ਵੱਡੇ ਜਾਣ ਜੀ ਜੀ। ਤੇ ਉਸ ਜ਼ਿੰਦਗੀ ਦੇ ਵਿੱਚ ਜਿਹਨੂੰ ਮਿਲੂਗਾ ਉਹਨੂੰ ਦੱਸੂਗਾ ਵੀ ਹਾਂ ਮੈਂ ਇਹ ਕੰਮ ਕਰਿਆ ਸੀ ਤਾਂ ਕਰਕੇ ਮੇਰੇ ਇਸ ਤਰ੍ਹਾਂ ਹੋ ਗਿਆ। ਤੇ ਅੱਗੇ ਵਾਸਤੇ ਮੈਂ ਪੱਕੀ ਲਕੀਰ ਕਰਦੀ ਹਾਂ ਗੁਰੂ ਨੂੰ ਯਾਦ ਕਰਕੇ ਜੇ ਕੋਈ ਇਹੋ ਜਿਹਾ ਘਰੋਣੀ ਗੱਲ ਕਰ ਦੇਵੇ ਜੀ 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 ਜੀ, ਉਹਦੇ ਹੱਥ ਵੀ ਵੱਡੇ ਜਾਣ, ਕਿਉਂਕਿ ਹੁਣ ਜੇਬ ਭਰ ਦੇਣੀ ਆ ਉਹਨਾਂ ਦੀ ਤੇ ਕਿਸੇ ਨੇ ਕਹਿਣਾ ਨਹੀਂ ਜੀ ਬਸ ਇਹ ਆਏ ਸੀ, ਦੂਜਾ ਕਹਿੰਦਾ ਆਏ ਸੀ, ਜਿਹੜੇ ਤੁਸੀਂ ਕਹਿੰਦੇ ਹੋ ਵੀ ਪਿੰਡ ਵਾਲੇ ਨਹੀਂ ਦੱਸਦੇ ਉਹਨਾਂ ਨੇ ਜੇਬਾਂ ਭਰੀਆਂ ਉਹ ਕਿਉਂ ਦੱਸਣ?
ਸੋ ਜੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਕੋਲ ਅੱਗੇ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਸਤਪਾਲ ਸਿੰਘ ਜੀ ਜਿਹੜੀ ਗੱਲ ਪਹਿਲਾਂ ਵੀ ਕੀਤੀ ਸੀ ਗੱਲ ਉਹੀ ਆ ਦੁਬਾਰੇ ਕਿ ਜੇ ਪਹਿਲਾਂ ਦੀ ਜਿਹੜੀ ਗੱਲਾਂ ਬਾਤਾਂ ਹੋਈਆਂ ਸਪੈਸ਼ਲੀ ਜਦੋਂ ਅਸੀਂ ਗੱਲ ਕਰਦੇ ਹਾਂ ਲੁਧਿਆਣੇ ਕਾਂਡ ਦੀ ਜਾਂ ਹੋਰ ਡੇਰਾ ਅਤੇ ਸਿੱਖ ਜਥੇਬੰਦੀ ਦੇ ਟਕਰਾਅ ਦੀ ਗੱਲ ਕਰਦੇ ਹਾਂ ਜਦੋਂ ਉਦੋਂ ਹੀ ਕੋਈ ਵਧੀਆ ਸਜ਼ਾਵਾਂ ਦਿੱਤੀਆਂ ਹੁੰਦੀਆਂ ਅਤੇ ਅੱਜ ਸ਼ਾਇਦ ਆਹ ਦਿਨ ਸਾਨੂੰ ਦੇਖਣ ਨੂੰ ਨਾ ਮਿਲਦੇ ਬਿਲਕੁਲ ਬਿਲਕੁਲ ਵੀਰ ਜੀ ਸਿਚੁਏਸ਼ਨ ਕ੍ਰੀਏਟ ਹੀ ਤਾਂ ਕੀਤੀ ਜਾਂਦੀ ਹੈ ਕਿ ਤੁਹਾਨੂੰ ਉਲਝਾਇਆ ਜਾਵੇ ਤੁਹਾਨੂੰ ਅਹਿਸਾਸ ਕਰਾਇਆ ਜਾਵੇ ਵੀ ਤੁਸੀਂ ਅੱਜ ਤੱਕ ਆਪਣੇ ਫੈਸਲੇ ਆਪ ਨਹੀਂ ਲੈ ਸਕਦੇ ਤੁਹਾਨੂੰ ਫੈਸਲਿਆਂ ਵਾਸਤੇ ਸਾਡੇ ਮੂੰਹ ਵੱਲ ਝਾਕ ਰੱਖਣੀ ਪੈਣੀ ਹੈ ਇਹਨਾਂ ਨੇ ਖੁਦ ਇਹੋ ਜਿਹੇ ਬੰਦੇ ਇਨਵੋਲਵ ਕੀਤੇ ਹੁੰਦੇ ਨੇ ਜਿਹੜਾ ਬਣਿਆ ਬਣਾਇਆ ਪ੍ਰੋਗਰਾਮ ਆ ਕੇ ਹਾਈਜੈਕ ਕਰ ਲੈਂਦੇ ਨੇ ਮੁੜ ਕੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਉੱਥੇ ਬਸ ਇਹਨਾਂ ਨੇ ਪਨੀਰ ਤੇ ਕੁਲਚਿਆਂ ਦੇ ਲੰਗਰ ਲਵਾ ਕੇ ਸੰਗਤ ਸੁਸਤ ਕਰਵਾ ਕੇ ਤੇ ਗੋਲੀਆਂ ਮਰਵਾ ਕੇ ਮੁੰਡੇ ਵਾਪਿਸ ਭੇਜ ਦਿੰਦੇ ਨੇ ਇਹਨਾਂ ਨੇ ਇਹਨਾਂ ਤੋਂ ਕਿਹੜੀਆਂ ਆਸਾਂ ਰੱਖਦੇ ਹੋ ਸਾਨੂੰ ਆਪ ਇੱਕ ਪਲੇਟਫਾਰਮ ਤੇ ਆਉਣਾ ਪੈਣਾ ਹੈ ਜਿਵੇਂ ਵੀਰ ਜੀ ਨੇ ਵੀ ਕਿਹਾ ਪਹਿਲਾਂ ਵੀ ਵੀਰਾਂ ਨੇ ਸੁਝਾਅ ਦਿੱਤਾ ਕਿ ਆਪਣੀ ਹੋਮੇ ਛੱਡਣੀ ਪੈਣੀ ਹੈ ਜੀ ਲਗਾਤਾਰ ਬਥੇਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਵੀ ਕਰ ਰਹੇ ਹਾਂ ਘਰ ਘਰ ਚ ਹੋਕਾ ਵੀ ਦੇ ਰਹੇ ਹਾਂ ਵੀ ਘੱਟੋ ਘੱਟ ਆਪਾਂ ਇੱਕ ਹੋਈਏ ਜਿੰਨੇ ਕੁ ਆਪਾਂ ਸੋਚ ਵਿਚਾਰ ਵਾਲੇ ਹੈਗੇ ਹਾਂ ਇੱਕ ਸੋਚ ਵਿਚਾਰ ਵਾਲੇ ਜੀ ਉਹ ਚਲੋ ਬਾਕੀਆਂ ਦੀ ਗੱਲ ਛੱਡੋ ਜਿਹੜੇ ਨਹੀਂ ਆਉਣਾ ਚਾਹੁੰਦੇ ਵਾਹ ਭਲੀ ਮੁਬਾਰਕ ਹੈ ਉਹਨਾਂ ਨੂੰ ਕਹੋ ਭਰਾ ਤੁਸੀਂ ਆਪਣੀ ਡਫਲੀ ਵਜਾਈ ਜੋ ਜੀ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਦਾ ਬੇੜਾ ਗਰਕ ਕਰਵਾਉਣਾ ਤਾਂ ਕਰਵਾਓ ਮੁਬਾਰਕ ਹੈ ਤੁਹਾਨੂੰ ਉੱਪਰ ਘੱਟੋ ਘੱਟ ਜਿਹੜੇ ਆਪਾਂ ਇੱਕ ਸੋਚ ਵਿਚਾਰ ਵਾਲੇ ਹਾਂ ਆਪਾਂ ਨੂੰ ਤੇ ਚਾਹੀਦਾ ਵੀ ਕਿ ਆਪਾਂ ਕੋਈ ਇਹੋ ਜਿਹਾ ਸਟੈਂਡ ਲਈਏ ਜਿਹਦੇ ਨਾਲ ਕੱਲ ਨੂੰ ਆਪਾਂ ਇੱਕ ਸੇਫ ਸਟੈਪ ਚੱਕ ਸਕੀਏ ਕਹਿ ਸਕੀਏ ਕਿ ਵੀ ਅਸੀਂ ਸੇਫ ਆ ਹੁਣ ਅਸੀਂ ਆਪਣੇ ਫੈਸਲੇ ਲੈ ਸਕਦੇ ਹਾਂ ਸਾਡੇ ਉੱਪਰ ਅਗਰ ਕੋਈ ਕਿੰਤੂ ਪਰੰਤੂ ਕਰਦਾ ਤੇ ਆਪਾਂ ਨੂੰ ਬੜੇ ਮੁਕੰਮਲ ਤਰੀਕੇ ਨਾਲ ਘੇਰ ਸਕਦੇ ਹਾਂ ਕੋਈ ਬੂਟ ਹਰਿਆ ਰਹੀ ਹੋ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਇਸ ਚੀਜ਼ ਦੇ ਉੱਪਰ ਕਿਉਂਕਿ ਵਿਚਾਰ ਕਰ ਰਹੇ ਮਾਹੌਲ ਹੌਲੀ ਹੌਲੀ ਜੀ ਜੀ ਮਾਹੌਲ ਹੌਲੀ ਹੌਲੀ ਬਣ ਵੀ ਰਿਹਾ ਸਾਰੇ ਸਾਰੇ ਲੱਗੇ ਹੋਏ ਆ ਜਿਵੇਂ ਆਪ ਸਭ ਵੀਰ ਵੀ ਇੱਥੋਂ ਬਹੁਤ ਹੌਸਲਾ ਦੇ ਰਹੇ ਹੋ ਬੜਾ ਦ੍ਰਿੜਤਾ ਨਾਲ ਕੰਮ ਕਰ ਰਹੇ ਹੋ ਇੱਧਰ ਅਸੀਂ ਵੀ ਦਿਨ ਰਾਤ ਲੱਗ ਕੇ ਕੋਸ਼ਿਸ਼ ਕਰਕੇ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਚ ਜਿੰਨੀ ਕੁ ਹੋ ਸਕਦੀ ਹੈ ਜਿੰਨੀ ਕੁ ਮਾਲਕ ਹਿੰਮਤ ਦਿੰਦਾ ਹਾਂਜੀ ਭਾਜੀ ਇੰਦਰ ਸੁਖਰਾਜ ਸਿੰਘ ਬੋਲ ਰਿਹਾ ਜੀ ਆਸਟ੍ਰੇਲੀਆ ਪਰਥ ਤੋਂ ਜੀ ਜੀ ਇੰਦਰ ਸੁਖਰਾਜ ਸਿੰਘ ਜੀ ਕੀ ਤੁਸੀਂ ਵਿਚਾਰ ਆਪਣੇ ਪੇਸ਼ ਕਰੋਗੇ ਇਸ ਚੱਲਦੇ ਮਸਲੇ ਤੇ ਹਾਂਜੀ ਭਾਜੀ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਆਫ ਦੀ ਏਅਰ ਵੀ ਦੱਸਿਆ ਸੀ ਦੇਖੋ ਇਹ ਮਤਲਬ ਚਲੋ ਮੈਂ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹੋ ਮੈਂ ਵੀ ਸਾਰੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਦੇਖੋ ਜੀ ਮੇਰਾ ਖੁਦ ਦਾ ਪਿੰਡ ਉਸ ਪਿੰਡ ਤੋਂ 12 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਤੇ ਇਹ 12 ਤਰੀਕ ਨੂੰ ਇਹ ਘਟਨਾ ਹੋਈ ਹੈ ਕੋਈ ਮਤਲਬ ਕਿਸੇ ਨੂੰ ਵੀ ਆਪਾਂ ਸਿੱਖ ਕੌਮ ਨੂੰ ਬਿਲੋਂਗ ਕਰਦੇ ਹਾਂ ਜੀ ਸਾਨੂੰ ਕੋਈ ਸ਼ੌਂਕ ਨਹੀਂ ਚੜਿਆ ਵੀ ਅਸੀਂ ਆਪਣੇ ਗੁਰੂ ਮਹਾਰਾਜ ਦੀ ਉਸ ਆਪਣੇ ਪਿਓ ਦੀ ਪੱਗ ਨੂੰ ਉਛਾਲੀਏ ਲੋਕਾਂ ਦੇ ਵਿੱਚ ਤੇ ਅਸੀਂ ਕਹੀਏ ਵੀ ਜੀ ਹਾਂ ਇਹ ਘਟਨਾ ਹੋਈ ਹੈ ਇਹ ਸੱਚੀ ਘਟਨਾ ਜੀ ਕੋਈ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਤੇ ਸਿਰਫ ਇਹ ਬਸ ਜਿਹੜਾ ਵੀ ਉੱਥੇ ਡਾਕੂ ਬੈਠੇ ਨੇ ਲੁੱਟਣ ਨੂੰ ਕੌਮ ਨੂੰ ਜੀ ਉਹ ਚੋਰ ਬੈਠੇ ਨੇ ਸਿਰਫ ਉਹਨਾਂ ਦੀ ਵਜ੍ਹਾ ਕਰਕੇ ਇਹ ਨਿਧਾਰ ਵੱਲ ਨੂੰ ਜਾ ਰਹੇ ਹਾਂ ਜੀ ਆਪਾਂ ਤੇ ਇਹ ਮੀਡੀਆ ਦੇ ਵਿੱਚ ਨਹੀਂ ਆਈ ਕਿਉਂਕਿ ਉਹਨਾਂ ਦਾ ਬੋਲਬਾਲ ਆ ਤੇ ਬਲਕਿ ਜਿਵੇਂ ਭਾਈ ਸਤਪਾਲ ਸਿੰਘ ਜੀ ਦੁੱਕਰੀ ਉਹਨਾਂ ਨੇ ਕਿਹਾ ਇਹਨਾਂ ਦਾ ਬਹੁਤ ਵਧੀਆ ਐਫਰਟ ਆ ਜੀ ਇਹ ਕਰ ਰਹੇ ਨੇ ਤੇ ਮਤਲਬ ਚਲੋ ਸਾਰੇ ਆਪਾਂ ਜੁੜੇ ਹੋਏ ਆ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਜੀ ਤਿੰਨ ਕੇ ਨਾਲ ਉਹ ਹੋਏਗਾ ਤੇ ਆਪਾਂ ਲੱਗੇ ਹੋਏ ਆ ਸਾਰੇ ਹੋਏ ਠੀਕ ਹੋਏਗਾ ਤੇ ਬਾਕੀ ਜਿਹੜੀ ਇਹਨਾਂ ਨੇ ਗੱਲਾਂ ਦੱਸੀਆਂ ਨੇ ਜੀ ਬਿਲਕੁਲ ਸਹੀ ਨੇ ਤੇ ਉਹ ਪਿੰਡ ਦੇ ਵਿੱਚ ਭਨਿਆਰੇ ਵਾਲੇ ਦਾ ਵੀ ਬਹੁਤ ਚੋਰ ਹੈ ਜੀ ਰਾਧਾ ਸਵਾਮੀਆਂ ਦਾ ਵੀ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਜੀ ਮੋਰਿੰਡੇ ਤੋਂ ਜਦੋਂ ਚਮਕੌਰ ਸਾਹਿਬ ਨੂੰ ਜਾਂਦੇ ਆ ਜੀ ਉਹ ਇੱਕ ਸੜਕ ਤੋਂ 2 ਕਿਲੋਮੀਟਰ ਦੀ ਹਟਵਾਂ ਪਿੰਡ ਹੈਗਾ ਜੀ ਇਹ ਤੇ ਜੀ 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 ਹਾਂਜੀ ਜੀ 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 ਇੰਦਰ ਸੁਖਰਾਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਸਟ੍ਰੇਲੀਆ ਤੋਂ ਸਾਨੂੰ ਕਾਲ ਕਰਕੇ ਸਾਡੇ ਨਾਲ ਜੁੜੇ ਅਤੇ ਆਪਣੇ ਵਿਚਾਰ ਰੱਖੇ ਸੀ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਦੱਸਣੀ ਚਾਹਾਂਗਾ ਕਿ ਫੇਸਬੁੱਕ ਉੱਪਰ ਗੁਰਪ੍ਰੀਤ ਭਿੰਡਰ ਹੋਣਾ ਨੇ ਸਾਨੂੰ ਦੱਸਿਆ ਕਿ ਪੰਜਾਬ ਦੇ ਅੱਜ ਦੇ ਦਿਨ ਪੰਜਾਬ ਦੇ ਕਿਸੇ ਵੀ ਨਿਊਜ਼ ਪੇਪਰ ਨੇ ਇਹ ਜਿਹੜੀ ਹੈ ਨਿਊਜ਼ ਕਵਰ ਨਹੀਂ ਕੀਤੀ ਅਜੇ ਤੱਕ ਨਹੀਂ ਕੀਤੀ ਇਹ ਜਿਹੜੀ ਸਭ ਤੋਂ ਮੰਦਭਾਗੀ ਜਿਹੜੀ ਜਿੱਦਾਂ ਕਹਿ ਲਓ ਵੀ ਇੱਕ ਉਹਨਾਂ ਦੇ ਲਈ ਸ਼ਰਮਨਾਕ ਹੋਣ ਵਾਲੀ ਜਿਹੜੀ ਘਟਨਾ ਆ ਵੀ ਉੱਥੇ ਦੇ ਮੀਡੀਏ ਵਾਸਤੇ ਇੰਨਾ ਰੌਲਾ ਪੈ ਰਿਹਾ ਆਪਾਂ ਇੱਥੇ ਬੈਠੇ ਗੱਲ ਕਰ ਰਹੇ ਹਾਂ ਉੱਥੇ ਯੂਰਪ ਦੇ ਵਿੱਚ ਜਿਹੜੇ ਟੀ ਵੀ ਉਹਨਾਂ ਨੇ ਉੱਤੇ ਇੰਨੀ ਗੱਲਬਾਤ ਕੀਤੀ ਆ ਇੱਦਾਂ ਦੇ ਹੋ ਨਹੀਂ ਸਕਦਾ ਵੀ ਉਹ ਬੋਲੇ ਹੋਣ ਜਾਂ ਅੰਨੇ ਹੋਣ ਪਰ ਫਿਰ ਵੀ ਉਹਨਾਂ ਨੇ ਉਹੀ ਚੀਜ਼ ਦਿਖਾਈ ਆ ਗਾਂਧੀ ਦੇ ਉਹ ਦੋ ਬਾਂਦਰਾਂ ਵਾਲੀ ਕੰਮ ਕਰ ਰਹੇ ਆ ਨਾ ਇਹਨਾਂ ਨੇ ਬੋਲਣਾ ਨਾ ਇਹਨਾਂ ਨੇ ਕੁਛ ਸੁਣਨਾ ਨਾ ਇਹਨਾਂ ਨੇ ਕੁਛ ਕਰਨਾ ਜੀ ਜੀ ਸੋ ਇੰਦਰ ਜੀ ਜੀ ਇੰਦਰ ਸੁਖਰਾਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਜੀ
ਨਹੀਂ ਭਾਜੀ ਹਾਂਜੀ ਬਿਲਕੁਲ ਜੀ, ਮੇਰੇ ਕੋਲ ਮੈਂ ਆਪਣੇ ਫਾਦਰ ਸਾਹਿਬ ਨੂੰ ਸਪੈਸ਼ਲ ਅੱਜ ਭੇਜਿਆ, ਡੈਡੀ ਮੇਰੇ ਫਾਦਰ ਸਾਹਿਬ ਉੱਥੇ ਗਏ ਸੀਗੇ ਜੀ ਸਵੇਰੇ, ਹੁਣੇ ਮੇਰੀ ਦੁਬਾਰਾ ਫੇਰ ਗੱਲ ਹੋਈ ਆ ਉਹਨਾਂ ਦੇ ਨਾਲ, ਤੇ ਕਿਸੇ ਅਖਬਾਰ ਵਿੱਚ ਨਹੀਂ ਹੈ, ਕੁਛ ਨਹੀਂ ਹੈ, ਈਵਨ ਪਿੰਡ ਵਾਲੇ ਕੁਛ ਨਹੀਂ ਬਿਆਨ ਦਿੰਦੇ, ਅਗਰ ਤੁਸੀਂ ਕਿਸੇ ਅਕਾਲੀ ਲੀਡਰ ਨਾਲ ਜਾਂ ਕਿਸੇ ਹੋਰ ਨਾਲ ਵੀ ਗੱਲ ਕਰੋ, ਸਾਰਿਆਂ ਨੇ ਇਸ ਤਰ੍ਹਾਂ ਕਹਿ ਕੇ ਚੁੱਪ ਵੱਟੀ ਹੋਈ ਹੈ ਵੀ ਜੀ ਵੋਟਾਂ ਦਾ ਸਮਾਂ ਜੀ, ਨੋਟੀਫਿਕੇਸ਼ਨ ਜਾਰੀ ਹੋਈ ਹੋਈ ਹੈ, ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ ਇਸ ਬਾਰੇ। ਇਹ ਤਾਂ ਉਹ ਗੱਲ ਹੋ ਗਈ ਜੀ, ਇਹਨਾਂ ਨੇ ਆਪਣੇ ਗੁਰੂ ਨੂੰ ਚੋਣਾਂ ਨੂੰ ਗੁਰੂ ਤੋਂ ਉੱਤੇ ਰੱਖ ਲਿਆ ਹੈ, ਵੀ ਜਿਹੜਾ ਗੁਰੂ ਦੀ ਜਿਹੜੀ ਇੰਨੀ ਜ਼ਿਆਦਾ ਬੇਅਦਬੀ ਹੋਈ ਆ, ਜਿਹਦੇ ਕਰਕੇ ਆਪਾਂ ਜਿਹਦੇ ਸਿੱਖ ਖਵਾਉਂਦੇ ਹਾਂ, ਸਰਦਾਰ ਖਵਾਉਂਦੇ ਹਾਂ, ਜਿਹਦੇ ਕਰਕੇ ਤੁਸੀਂ ਇੰਨਾ ਕੁਛ ਕਰ ਰਹੇ ਹੋ, ਜੇ ਤੁਸੀਂ ਉਹਦੀ ਇੱਜ਼ਤ ਲਈ ਨਹੀਂ ਤੁਸੀਂ ਕੁਛ ਕਰ ਸਕਦੇ, ਤਾਂ ਫਿਰ ਤੁਹਾਨੂੰ ਸੱਚੀ ਹੀ ਡੁੱਬ ਕੇ ਮਰ ਜਾਣਾ ਚਾਹੀਦਾ। ਸੋ ਬਿਲਕੁਲ ਭਾਜੀ, ਸੋ ਬਹੁਤ ਬਹੁਤ ਧੰਨਵਾਦ ਦਿੰਦਾ ਸੁਖਰਾਜ ਜੀ, ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਜੀ। ਸੋ ਚੱਲਦੇ ਆਪਾਂ ਆਪਣੇ ਨੈਕਸਟ ਕਾਲਰ ਵੱਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਐਸ ਏ ਤੇ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਮਹਿੰਦਰ ਸਿੰਘ ਬੋਲ ਰਿਹਾ ਸੈਕਰਾਮੈਂਟੋ ਤੋਂ। ਹਾਂਜੀ ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਵੀਰ ਜੀ, ਬਹੁਤ ਸ਼ਰਮ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਦੇ ਲਈ ਜੀ। ਪਹਿਲੀ ਤਾਂ ਜ਼ਿਆਦਾ ਸ਼ਰਮ ਵਾਲੀ ਗੱਲ ਸਾਡੀ ਸਰਕਾਰ ਲਈ ਹੈ ਜਿਹਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ ਜੀ। ਜੀ, ਅਸੀਂ ਸਾਡੇ ਲੋਕ ਸੋਚਦੇ ਆ ਵੀ ਸਾਡੀ ਸਿੱਖਾਂ ਦੀ ਸਰਕਾਰ ਹੈ, ਪਰ ਇਹ ਸਿੱਖਾਂ ਦੀ ਨਹੀਂ। ਮੈਂ ਤਾਂ ਕਹਿੰਦਾ ਇਹਦੇ ਨਾਲੋਂ ਤਾਂ ਮੱਥੇ ਰੰਗੜ ਦੀ ਸਰਕਾਰ ਵਧੀਆ ਸੀ ਜੀ। ਜੀ 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 ਜੀ, ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੇ ਲੀਡਰਾਂ ਨੂੰ ਸਾਰਿਆਂ ਨੂੰ, ਕਿਉਂਕਿ ਇਹਨਾਂ ਦੇ ਹੁੰਦਿਆਂ ਇੰਨਾ ਕੁਛ ਹੋ ਰਿਹਾ, ਹਲੇ ਤੱਕ ਉਹ ਮੁਜਰਮਾਂ ਨੂੰ ਨਹੀਂ ਫੜ ਸਕੇ। ਜੀ ਜੀ ਜੀ, ਸੋ ਵੀਰ ਜੀ ਜਿਹੜੀ ਗੱਲਬਾਤ ਅਸੀਂ ਪਹਿਲਾਂ ਕੀਤੀ, ਗੱਲ ਉਹੀ ਆ ਕਿ ਜਿਸ ਤਰ੍ਹਾਂ ਸਾਡੇ ਇੱਕ ਕਾਲਰ ਨੇ ਵੀ ਸਾਨੂੰ ਕਿਹਾ ਸੀ ਕਿ ਜਦੋਂ ਇਹੀ ਲੀਡਰ ਜਦੋਂ ਸਾਡੇ ਇੱਥੇ US ਕੈਨੇਡਾ ਦੇ ਵਿੱਚ ਆਉਂਦੇ ਆ, ਆਪਣੀ ਗੱਲਾਂ ਬਾਤਾਂ ਕਰਦੇ ਆ, ਸਾਨੂੰ ਇਹ ਜਵਾਬਦੇਹ ਹੁੰਦੇ ਆ, ਬੜੇ ਈਜ਼ੀਲੀ ਜਵਾਬਦੇਹ ਹੁੰਦੇ ਆ, ਤਾਂ ਸਾਨੂੰ ਚਾਹੀਦਾ ਉਸ ਸਮੇਂ ਤੇ ਆ ਕੇ ਇਹਨਾਂ ਨੂੰ ਸਵਾਲ ਕਰਨੇ। ਹਾਂਜੀ, ਮੈਂ ਤੁਹਾਨੂੰ ਉਹੀ ਅੱਗੇ ਦੱਸਣ ਲੱਗਿਆ ਸੀ ਜੀ, ਜਦੋਂ ਵੀ ਕੋਈ ਲੀਡਰ ਸਾਡੇ ਅਮਰੀਕਾ ਦੇ ਵਿੱਚ ਆਉਂਦਾ ਸਾਡੇ ਲੋਕਾਂ ਕੋਲ, ਹਾਂਜੀ, ਤਾਂ ਸਾਨੂੰ ਕਾਲੀਆਂ ਪੱਗਾਂ ਬੰਨ ਕੇ ਕਾਲੇ ਬਿੱਲੇ ਜਿੱਦਾਂ ਪਹਿਲਾਂ ਕੀਤਾ ਸੀ ਨਾ ਸਾਈਮਨ ਕਮਿਸ਼ਨ, ਗੋ ਬੈਕ, ਇਹਨਾਂ ਨੂੰ ਇਹੋ ਹੀ ਕਹਿਣਾ ਚਾਹੀਦਾ, ਗੋ ਬੈਕ ਗੋ ਬੈਕ ਗੋ ਬੈਕ ਇੰਡੀਆ। ਜੀ ਜੀ ਜੀ, ਬਿਲਕੁਲ ਬਿਲਕੁਲ। ਨਹੀਂ 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 ਭਾਜੀ, ਇੱਕ ਮਿੰਟ ਜੀ, ਸਤਪਾਲ ਸਿੰਘ ਜੀ, ਆਪਣੇ ਕਾਲਰ ਨੇ ਇੱਕ ਜਿਹੜੇ ਕਾਲਰ ਨੇ ਆਪਣੇ, ਮੈਂ ਸੁਝਾਅ ਦੇਣਾ ਚਾਹਨਾ, ਬੇਨਤੀ ਕਰਨਾ ਚਾਹਨਾ, ਇਹਨਾਂ ਨੂੰ ਗੋ ਬੈਕ ਵਾਲਾ ਕੰਮ ਨਾ ਕਰੋ, ਇਹਨਾਂ ਨੂੰ ਕਹੋ ਆਓ ਬਿਠਾਓ ਇਹਨਾਂ ਨੂੰ, ਆਪਣੇ ਤਾਂ ਤੁਸੀਂ ਕੀ ਕਾਲੀਆਂ ਪੱਗਾਂ ਤੇ ਕਾਲੇ ਬਿੱਲੇ ਲਗਾ ਕੇ ਤੁਸੀਂ ਇਹਨਾਂ ਨੂੰ ਨਾ ਕਰੋ, ਤੁਸੀਂ ਇਹਨਾਂ ਦਾ ਮੂੰਹ ਕਾਲਾ ਕਰੋ ਉੱਥੇ ਬਿਠਾ ਕੇ, ਜੋ ਇਹਨਾਂ ਦੇ ਕੰਮ ਕਾਲੀਆਂ ਕਰਤੂਤਾਂ ਕਰ ਕਰਕੇ ਇਹਨਾਂ ਨੇ ਬੇੜਾ ਗਰਕ ਕੀਤਾ ਨਾ, ਇਹਨਾਂ ਨੂੰ ਘੇਰੋ ਉੱਥੇ ਜੀ, ਜਿਹੜੇ ਦੋ ਦਾ ਕਾਲਾ ਹੋ ਗਿਆ ਮੁੜ ਕੇ ਆਉਣਗੇ ਨਹੀਂ ਤੁਹਾਡੇ ਕੋਲ। ਜੀ 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 ਜੀ, ਸੋ ਵੀਰ ਜੀ ਬਹੁਤ ਬਹੁਤ ਭਾਈ ਸਾਹਿਬ ਕਹਿੰਦੇ ਇਹਨਾਂ ਦਾ ਬਿਲਕੁਲ ਇੱਥੇ ਆਇਆ ਦਾ ਮੂੰਹ ਕਾਲਾ ਕਰਨਾ ਚਾਹੀਦਾ ਸਾਨੂੰ, ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਇੱਥੇ ਆਇਆਂ ਨੂੰ। ਬਿਲਕੁਲ ਜੀ, ਬਿਲਕੁਲ ਜੀ ਜੀ ਵੀਰ ਜੀ, ਬਹੁਤ ਬਹੁਤ ਨਹੀਂ ਕਰ ਸਕਦੇ ਹੁਣ ਤੱਕ, ਜੇ ਫੜਨਾ ਚਾਹੁੰਦੇ ਬੰਦੇ ਨੂੰ ਫੜ ਕੇ ਹੁਣ ਤੱਕ ਤਾਂ ਉਹਨੂੰ ਫਾਂਸੀ ਵੀ ਦੇ ਦਿੰਦੇ ਜੇ ਜੋ ਕੁਛ ਉਹਨੇ ਕੀਤਾ। ਜੀ ਜੀ ਜੀ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਮਹਿੰਦਰ ਜੀ। ਉਹਨਾਂ ਬੰਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਵੀ ਜਿਹੜੇ ਆਉਂਦੇ ਆ ਜਾ ਕੇ ਹਾਰ ਪਾਉਂਦੇ ਆ, ਘਰੇ ਬਿਠਾਉਂਦੇ ਆ, ਰੋਟੀ ਖਵਾਉਂਦੇ ਆ, ਤੇ ਫਿਰ ਪੈਸੇ ਦੇ ਕੇ ਫਿਰ ਵਾਪਸ ਤੋਰ ਦਿੰਦੇ ਆ, ਤੇ ਉਹੀ ਬੰਦਾ ਜੇ ਅੱਜ ਇੱਕ ਪਾਰਟੀ ਦਾ ਆਇਆ ਉਹਦੇ ਨਾਲ ਵੀ ਹੁੰਦਾ ਆ, ਉਹੀ ਬੰਦਾ ਅਗਲੇ ਦਿਨ ਦੂਜੀ ਪਾਰਟੀ ਦਾ ਆਇਆ ਹੁੰਦਾ ਉਹਦੇ ਨਾਲ ਵੀ ਹੁੰਦਾ ਆ, ਤੇ ਉਹਨੂੰ ਆਪ ਨੂੰ ਇੰਨੀ ਸ਼ਰਮ ਨਹੀਂ ਹੁੰਦੀ, ਉਹ ਸਿਰਫ ਜੀ ਇੱਕ ਫੋਟੋ ਮਾਫੀਆ ਬਣ ਕੇ ਰਹਿ ਗਏ ਆ ਇੱਥੇ ਦੇ ਬੰਦੇ, ਸਿਰਫ ਅਖਬਾਰ ਦੇ ਵਿੱਚ ਆਪਣੀ ਫੋਟੋ ਦੇਖਣੀ ਚਾਹੁੰਦੇ ਆ, ਚਾਹੇ ਉਹ ਕਿਸੇ ਦੇ ਨਾਲ ਹੋ, ਚਾਹੇ ਉਹ ਗਧੇ ਦੇ ਨਾਲ ਕਿਉਂ ਨਾ ਹੋਵੇ। ਜੀ ਜੀ ਜੀ, ਸੋ ਰਾਜਕਰਨ ਆਪਾਂ ਚੱਲੀਏ ਆਪਣੇ ਕਾਲਰ, ਕਿਉਂਕਿ ਤਕਰੀਬਨ 10-15 ਮਿੰਟ ਤੋਂ ਸਾਡੇ ਨਾਲ ਹੋਲਡ ਤੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਐਸ ਏ ਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ? ਮੈਂ ਜੀ ਬਲਦੇਵ ਸਿੰਘ ਬੋਲਦਾ, ਮੈਂ ਸਵੇਰੇ ਵੀ ਥੋੜਾ ਜਿਹਾ ਹਿੱਸਾ ਲਿਆ ਸੀ, ਮੇਰੀ ਗੱਲ ਵਿੱਚ ਰਹਿ ਗਈ ਸੀ। ਜੀ ਜੀ, ਮੈਂ ਹੁਣ ਵੀ ਇਹੀ ਗੱਲ ਦੱਸਣਾ ਚਾਹੁੰਦਾ ਆ। ਅਸਲ ਗੱਲ ਜਿਹੜੀ ਇਹ ਹੈਗੀ ਆ, ਤੁਹਾਨੂੰ ਸ਼ਾਇਦ ਪਤਾ ਹੋਊਗਾ, ਸਾਡੇ ਜਥੇਦਾਰਾਂ ਨੇ ਇੱਕ ਵਾਰੀ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਜੀ, ਕਿਸੇ ਵੀ ਮੜੀ ਤੇ ਕਿਸੇ ਵੀ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਜਾ ਸਕਦੀ। ਜੀ 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 ਜੀ, ਉਹ ਮੁੜ ਕੇ ਪੋਲੀਟੀਕਲ ਬੰਦਿਆਂ ਨੇ ਵਾਪਸ ਕਰਵਾਇਆ। ਜੀ ਜੀ ਜੀ, ਉਹਦੀ ਘਟਨਾ ਇੱਕ ਮੇਰੇ ਆਪਣੇ ਪਿੰਡ, ਮੇਰਾ ਪਿੰਡ ਲਿਤਰਾ ਆ, ਨਕੋਦਰ ਸੀਲ ਚ ਪੈਂਦਾ, ਉੱਥੇ ਵੀ ਇੱਕ ਮੜੀ ਸੀ, ਉਹ ਫਿਰ ਮੜੀ ਅਸੀਂ ਢੁਆਈ ਵੀ ਢਾ ਵੀ ਦਿੱਤੀ ਆ, ਹੁਣ ਉਹਦਾ ਨਾਂ ਨੀ ਮੱਠ ਸਾਹਿਬ ਗੁਰਦੁਆਰਾ ਰੱਖਿਆ। ਉੱਥੇ ਮਹਾਰਾਜ ਦੀਆਂ ਬੀੜਾਂ ਜਾਣੀਆਂ ਵੀ ਬੰਦ ਹੋ ਗਈਆਂ ਸੀ, ਮੁੜ ਕੇ ਉੱਥੇ ਇੱਕ ਮਿਨਿਸਟਰ ਨੇ ਵਿੱਚ ਦਖਲ ਦੇ ਕੇ ਉੱਥੇ SGPEC ਤੋਂ ਜਾ ਕੇ ਉਹਨਾਂ ਨੂੰ ਮਹਾਰਾਜ ਦੀ ਬੀੜ ਲੈ ਕੇ ਦਿੱਤੀ, ਤੇ ਉੱਥੇ ਹੁਣ ਫਿਰ ਉਹੀ ਕੰਮ ਹੁੰਦਾ। ਜੀ 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 ਜੀ, ਹੁਣ ਆਪਾਂ ਇਹ ਕਰੀਏ ਨਾ, ਕੁਛ ਨੀ, ਇਹ ਜਿੰਨਾ ਚਿਰ ਜਿਹੜਾ ਸੁਧਾਰ ਆ SGPEC ਨੇ ਕਰਨਾ, ਜਿੰਨਾ ਚਿਰ SGPEC ਸਿਆਸਤ ਦੇ ਅੰਡਰ ਆ ਉਨਾ ਚਿਰ ਕੁਛ ਨੀ ਹੋ ਸਕਣਾ। ਸਿਆਸੀ ਬੰਦਿਆਂ ਨੂੰ ਕੱਢਣਾ ਪਊਗਾ ਧਰਮ ਦੀ, ਉੱਥੇ ਜਿੰਨਾ ਚਿਰ ਡੰਡਾ ਨੀ ਸਿਆਸਤ ਦੇ ਉੱਪਰ ਆਉਂਦਾ ਤੁਹਾਡਾ ਧਰਮ ਨੀ ਚੱਲ ਸਕਦਾ, ਤੁਹਾਡੇ ਗੁਰੂ ਮਹਾਰਾਜ ਦੀ ਬੇਇੱਜ਼ਤੀ ਹੋਣੀ ਹੋਣੀ ਆ। ਇਹ ਹੁਣ ਤੋਂ ਨੀ ਹੁੰਦੀ, ਇਹ ਹੁੰਦੀ ਆਈ ਆ, ਇਹ ਕਰਦੇ ਆਏ ਆ।
ਜੇ ਤੁਸੀਂ ਬਚਾਉਣਾ ਤੇ ਸਿਰਫ ਇਹੀ ਗੱਲ ਕਰੋ ਵੀ ਉੱਥੇ ਕਿਸੇ ਵੀ ਤਰ੍ਹਾਂ ਜਿਹੜਾ ਇਹ ਸਿਆਸੀ ਦਖਲ ਆ ਇਹਨੂੰ ਬੰਦ ਕਰਾਓ। ਜੀ 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 ਸੋ ਇਹ 1925 ਦੀ ਐਸ ਜੀ ਪੀ ਸੀ ਬਣੀ ਆ, ਇਹਨਾਂ ਨੇ ਕਦੀ ਵੀ ਕਿਸੇ ਨੇ ਪ੍ਰਚਾਰ ਨਹੀਂ ਕੀਤਾ ਕਿਸੇ ਸਾਡੇ ਪਿੰਡ ਵਿੱਚ, ਕਿਸੇ ਵੀ 12,400 ਕੁਛ ਪਿੰਡ ਆ, ਕਿਤੇ ਇਹਨਾਂ ਨੇ ਆਪਣਾ ਪ੍ਰਚਾਰਕ ਨਹੀਂ ਭੇਜਿਆ, ਕਿਤੇ ਇਹਨੀ ਗਰੰਟੀ ਨਹੀਂ ਭੇਜਿਆ, ਕੋਈ ਸਾਨੂੰ ਮਰਿਆਦਾ ਨਹੀਂ ਦੱਸਦੇ ਕਿ ਕਿੱਦਾਂ ਸਾਡਾ ਧਰਮ ਕਿੱਦਾਂ ਤਰੱਕੀ ਕਰੂ, ਸਾਨੂੰ ਗੁਰੂ ਬਾਰੇ ਪਤਾ ਕਿੱਦਾਂ ਲੱਗੂਗਾ। ਜੀ 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 ਜਿਹੜੇ ਲੋਕੀ ਅੱਜ ਲੜਨ ਲਈ ਇਕੱਠੇ ਹੋਏ ਆ, ਜਿਹੜੇ ਕਹਿੰਦੇ ਅਸੀਂ ਧਰਮ ਦੀ ਰਾਖੀ ਕਰਨੇ ਆ, ਤੁਸੀਂ ਅੱਜ ਦੀ ਖ਼ਬਰ ਇੱਕ ਹੋਰ ਵੀ ਪੜ੍ਹੀ ਹੋਣੀ ਆ ਵੀ ਆਪਣੇ ਜਥੇਦਾਰ ਨੰਦ ਸਿੰਘ ਹੁਣੀ ਜਿਹੜੇ ਹੈਗੇ ਨੰਦਗੜ੍ਹ ਵਾਲੇ, ਜੀ ਬਲਵੰਤ ਸਿੰਘ ਨੰਦਗੜ੍ਹ, ਜੀ ਨੰਦਗੜ੍ਹ ਜਿਹੜੇ ਆ ਉਹਨਾਂ ਨੇ ਬਾਦਲ ਸਾਹਿਬ ਦੇ ਭਾਣਜੇ ਨੂੰ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਜੀ, ਤੇ ਉਦੋਂ ਸਰੋਪਾ ਜਿਹੜਾ ਉਹਨਾਂ ਨੇ ਜ਼ਬਰਦਸਤੀ ਉੱਥੇ ਦੇ ਮੈਨੇਜਰ ਤੋਂ ਦਵਾਇਆ ਔਰ ਸਾਰਿਆਂ ਦੇ ਸਰੋਪੇ ਪਾਏ, ਉਹ ਵੀ ਟੀਵੀ ਤੇ ਤੁਸੀਂ ਅੱਜ ਦੇਖੋ। ਜੀ 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 ਤੇ ਜੇ ਹੁਣ ਜਿਹੜੀਆਂ ਮਤਲਬ ਦਾੜੀਆਂ ਕੱਟੀਆਂ ਵਾਲਿਆਂ ਨੂੰ ਜਦੋਂ ਇਹਨੀ ਟਿਕਟਾਂ ਦੇਣੀਆਂ ਆ ਤੇ ਜੋ ਅੱਜ ਅੰਮ੍ਰਿਤ ਛੱਕ ਲੈਂਦੇ ਆ ਤੇ ਉਹ ਕੱਲ ਨੂੰ ਅੰਮ੍ਰਿਤ ਛੱਡ ਵੀ ਸਕਦੇ ਆ। ਬਿਲਕੁਲ ਜੀ ਬਿਲਕੁਲ, ਜਿਹਨਾਂ ਨੇ ਟਿਕਟ ਇਸ ਕਰਕੇ ਲਈ ਹੈਗੀ ਆ ਵੀ ਅਸੀਂ ਐਸ ਜੀ ਪੀ ਸੀ ਦੇ ਮੈਂਬਰ ਬਣਨਾ ਤੇ ਤਾਂ ਅਸੀਂ ਛੱਕਣਾ, ਅਦਰਵਾਈਜ਼ ਤਾਂ ਉਹਨਾਂ ਨੇ ਛੱਕਣਾ ਹੀ ਨਹੀਂ ਸੀ। ਜੀ 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 ਤੇ ਜਦੋਂ ਸਾਡਾ ਜਿਹੜਾ ਮੁਖੀ ਹੈਗਾ ਉਹੀ ਡੇਰਿਆਂ ਤੇ ਜਾਂਦਾ, ਉਹੀ ਡੇਰਿਆਂ ਤੇ ਜਾ ਕੇ ਪੂਜਾ ਕਰਾਉਂਦਾ ਹੈਗਾ, ਤਿਲਕ ਲਵਾਉਂਦਾ ਹੈਗਾ, ਤੇ ਫਿਰ ਸਾਡੇ ਜਿਹੜੇ ਲੋਕੀ ਆ ਉਹ ਕਿਉਂ ਨਾ ਜਾਣਗੇ। ਜੀ 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 ਬਿਲਕੁਲ ਸਹੀ ਗੱਲ, ਤੁਸੀਂ ਜਿਹੜੀ ਗੱਲ ਹੈਗੀ ਆ, ਐਸ ਜੀ ਪੀ ਸੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ, ਜ਼ਮੀਰ ਵਾਲੇ ਬੰਦੇ ਜਾਣੇ ਚਾਹੀਦੇ ਆ ਜਿਹਨਾਂ 'ਚ ਆਪਣੀ ਸੱਤਿਆ ਹੋਵੇ, ਜੇ ਉਹਨਾਂ 'ਚ ਸੱਤਿਆ ਹੁੰਦੀ ਤਾਂ ਲਿਫਾਫੇ ਵਿੱਚੋਂ ਕਦੀ ਪ੍ਰਧਾਨ ਨਾ ਨਿਕਲਦਾ। ਜੀ ਜੀ ਬਿਲਕੁਲ, ਕਿਉਂਕਿ ਉਹ ਪਤਾ ਇੱਕ ਡੈੱਡ ਬੋਡੀ ਦਾ, ਜਿੰਨੇ ਐਸ ਜੀ ਪੀ ਸੀ ਦੇ ਮੈਂਬਰ ਆ ਚਾਹੇ ਉਹ ਹੁਣ ਦੇ ਆ ਚਾਹੇ ਉਹ ਪਹਿਲੇ ਆ, ਜੀ ਸਾਰਿਆਂ ਦੇ ਵੇਲੇ ਇਹ ਹੁੰਦਾ ਆ ਔਰ ਇਹ ਸਾਰੇ ਡੈੱਡ ਬੋਡੀਜ਼ ਹੈਗੀਆਂ। ਜੀ 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 ਜੀ, ਡੈੱਡ ਬੋਡੀਜ਼ ਨਾ ਹੋਣ, ਇਹ ਮਹੰਤਾਂ ਦੇ ਨਾਂ ਰਲੇ ਆ, ਇਹ ਤਾਂ ਆਪ ਮਸੰਦ ਆ, ਇਹ ਸਾਰੇ ਆਪ ਉੱਥੋਂ ਪੈਸੇ ਲੈ ਕੇ ਗੱਡੀਆਂ ਇਹਨਾਂ ਸਾਰਿਆਂ ਲਈਆਂ, ਉਦੋਂ ਬਾਦਲ ਨੇ ਕੱਲੇ ਕੱਲੇ ਨੂੰ ਗੱਡੀਆਂ ਲੈ ਕੇ ਦਿੱਤੀਆਂ ਫੰਡ ਦੇ ਵਿੱਚੋਂ। ਜੀ 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 ਜੀ, ਸੋ ਫੰਡੇ ਖਾਈ ਜਾਂਦੇ ਆ। ਜੀ ਜੀ ਜੀ, ਸੋ ਬਹੁਤ ਬਹੁਤ ਇਹਨਾਂ ਤੋਂ ਅਸੀਂ ਇਹਨਾਂ ਤੋਂ ਭਾਜੀ ਆਸ ਨਹੀਂ ਰੱਖ ਸਕਦੇ, ਜੇ ਆਸ ਰੱਖਣੀ ਆ ਹੁਣ ਆਪਣੇ ਇੱਥੇ ਵੀ ਗੁਰਦੁਆਰੇ ਆ, ਤੁਸੀਂ ਇੱਥੇ ਵੀ ਦੇਖੋ, ਤੁਸੀਂ ਕਹਿੰਦੇ ਵੀ ਉੱਥੇ ਕਿੱਦਾਂ ਬੋਲਾਂਗੇ, ਗੁਰਦੁਆਰੇ ਤਾਂ ਕਿਸੇ ਨੂੰ 5 ਮਿੰਟ ਦਾ ਟਾਈਮ ਹੀ ਨਹੀਂ ਦਿੰਦੇ ਬੋਲਣ ਦਾ, ਹੋਰ ਕਿਸੇ ਨੂੰ। ਜੀ ਜੀ ਜੀ, ਸੋ ਮੈਂ ਵੀਰ ਜੀ ਮੈਂ ਮਾਫੀ ਚਾਹੁੰਦਾ, ਮੈਂ ਤੁਹਾਡੀ ਗੱਲ ਜਿਹੜੀ ਆ ਇੱਥੇ ਕੱਟ ਰਿਹਾ ਕਿਉਂਕਿ ਸਾਡੇ ਨਾਲ ਕਾਫੀ ਜ਼ਿਆਦਾ ਹੋਰ ਵੀ ਕਾਲਰਸ ਆ ਉਹ ਸਾਡੇ ਨਾਲ ਲਾਈਨ 'ਤੇ, ਆਪਾਂ ਚਾਹੁੰਦੇ ਵੀ ਥੋੜ੍ਹੀ ਥੋੜ੍ਹੀ ਗੱਲ ਆਪਾਂ ਸਾਰਿਆਂ ਨਾਲ ਹੀ ਕਰ ਲਈਏ। ਸੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਓਕੇ ਜੀ, ਓਕੇ ਜੀ, ਸੋ ਰਾਜਕਰਨ ਅਤੇ ਸਤਪਾਲ ਵੀਰ ਜੀ, ਇੱਕ ਗੱਲ ਇਹਦੇ ਵਿੱਚ ਸਾਡੇ ਲਈ ਕਹਿ ਲਓ ਦੁੱਖਦਾਈ ਆ, ਮੰਦਭਾਗੀ ਆ ਕਿ ਸਰਦਾਰ ਲਛਮਣ ਸਿੰਘ ਧਾਰੋਵਾਲੀ ਹੋਣਾ ਦੀ ਕੁਰਬਾਨੀਆਂ ਦੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ, ਉਹਨਾਂ ਇੱਕ ਸੁਪਨੇ ਲੈ ਕੇ ਘਰੋਂ ਅਰਦਾਸ ਕਰਕੇ ਤੁਰੇ ਸੀ ਅਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੇ ਲਈ, ਪਰ ਆਪਣਾ ਮੰਦਭਾਗੀ ਕਹਿ ਲਈ ਇਹ ਕਹਿ ਲਓ ਕਿ ਜਿਹੜੇ ਮਹੰਤਾਂ ਤੋਂ ਉਹਨਾਂ ਗੁਰਦੁਆਰੇ ਆਜ਼ਾਦ ਕਰਾਏ ਸੀ, ਅੱਜ ਉਹਨਾਂ ਦੇ ਹੋਰ ਹੀ ਤਰੀਕੇ ਦੇ ਪਰ ਮਹੰਤਾਂ ਦੇ ਕਬਜ਼ੇ ਵਿੱਚ ਆ ਗਿਆ। ਸੋ ਸਾਡੇ ਲਈ ਮੰਦਭਾਗੀ ਗੱਲ ਆ, ਸਾਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਮਿਲ ਕੇ ਸੋਚਣਾ ਚਾਹੀਦਾ ਇਸ ਤੋਂ ਅਸੀਂ ਕਿੱਦਾਂ ਨਿਜਾਤ ਪਾਉਣੀ ਆ ਇਹਦੇ ਨਾਲ ਹੀ। ਬਿਲਕੁਲ, ਜੀ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਘਰ ਦੇ 1 ਕਿਲੋਮੀਟਰ ਦਾਇਰੇ ਚ ਡੇਰਾ ਆਉਂਦਾ ਜੀ, ਡੇਰਾ ਕਰਤਾਰ ਦਾਸ ਜੀ, ਉੱਥੇ ਉੱਥੇ ਉਹ ਮੜੀਆਂ ਵੀ ਨੇ, ਭਭੂਤ ਵੀ ਦਿੰਦਾ, ਧੂਣੀਆਂ ਵੀ ਲਾਉਂਦਾ, ਤੇ ਉਹਨੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜੀ ਜੀ ਜੀ। ਅਸੀਂ 3 ਵਾਰੀ ਉੱਥੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲਿਆ ਚੁੱਕੇ ਹਾਂ, 2 ਵਾਰੀ ਉਹਨੂੰ ਬੜੇ ਪਿਆਰ ਨਾਲ ਸਮਝਾ ਕੇ ਕੀਤਾ, 3ਜੀ ਵਾਰੀ ਵੀ ਕੀਤਾ ਜੀ। ਜਦੋਂ 3ਜੀ ਵਾਰੀ ਲੈਣ ਗਏ ਤਾਂ ਉੱਥੇ ਡਿਸਪਿਊਟ ਹੋ ਗਿਆ ਜੀ, ਤੇ ਉੱਥੇ ਅਸੀਂ ਤਾਂ ਪਹਿਲਾਂ ਆਪਣਾ ਗੱਡੀ ਚ ਮਹਾਰਾਜ ਦਾ ਪ੍ਰਕਾਸ਼ ਰੱਖਿਆ ਤੇ ਅਸੀਂ 5 ਸਿੰਘ ਚਲੇ ਗਏ ਜੀ। ਪਿੱਛੋਂ ਕਿਤੇ ਸਾਡਾ ਇੱਕ ਬਜ਼ੁਰਗ ਵੀਰ ਆ ਰਿਹਾ ਸੀਗਾ, ਉਹਨਾਂ ਨੇ ਉਹਨੂੰ ਫੜ ਲਿਆ ਤੇ ਬਹੁਤ ਮਾਰਿਆ ਕੁੱਟਿਆ ਉਹ ਡੇਰੇ ਵਾਲਿਆਂ ਨੇ ਜੀ ਜੀ ਜੀ, ਤੇ ਪੁਲਿਸ ਨੇ ਵਿੱਚ ਇਨਵੋਲਵਮੈਂਟ ਕਰਕੇ ਉਸ ਸਿੰਘ ਨੂੰ ਬਚਾਇਆ ਤੇ ਥਾਣੇ ਲਿਆਏ, ਉਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਉਸ ਵੇਲੇ, ਇਹਨਾਂ ਨੇ ਇੰਨਾ ਕੁੱਟਿਆ ਜੀ। ਜਦੋਂ ਅਸੀਂ ਥਾਣੇ ਪਹੁੰਚੇ ਤੇ ਸਾਡੇ ਕੋਲੋਂ ਵੀ ਰਿਹਾ ਨਾ ਗਿਆ, ਤੇ ਮੈਂ ਉਹਨੂੰ ਫਿਰ ਥਾਣੇ ਚ ਫੜ ਕੇ ਕੁੱਟਿਆ ਕਰਤਾਰ ਦਾਸ ਨੂੰ ਉੱਥੇ ਮਾਡਲ ਟਾਊਨ ਚ ਜੀ। ਦੇਖਣ ਵਾਲੀ ਗੱਲ ਇਹ ਆਈ ਭਾਜੀ ਕਿ ਅਸੀਂ ਆਪਣੀਆਂ ਜਾਨਾਂ ਨੂੰ ਬਿਲਕੁਲ ਸਾਹਮਣੇ ਲਿਆ ਕੇ, ਬਿਲਕੁਲ ਤਲੀਆਂ ਤੇ ਰੱਖ ਕੇ ਜਾ ਕੇ ਸਾਰਾ ਜਿਹੜੇ ਮਿਲ ਜੁਲ ਕੇ ਕੰਮ ਕਰਦੇ ਆ, ਉਦਮੀ ਵੀਰ ਜਿੰਨੇ ਕ ਹੈਗੇ ਆ ਜੀ ਜੀ, ਤੇ ਦੂਜੇ ਦਿਨ ਉੱਪਰੋਂ ਆਰਡਰ ਆ ਜਾਂਦਾ ਵੀ ਕਿ ਡੇਰਾ ਕਰਤਾਰ ਦਾਸ ਤੋਂ ਕਿਸੇ ਨੂੰ ਕੋਈ ਹੱਕ ਨੀ ਹੈਗਾ ਗੁਰੂ ਸਾਹਿਬ ਦਾ ਸਰੂਪ ਚੱਕਣ ਦਾ, ਇਹ ਵੱਡੇ ਲੀਡਰ ਉੱਪਰੋਂ ਆਰਡਰ ਕਰ ਦਿੰਦੇ ਨੇ, ਦੱਸੋ ਉੱਥੇ ਕੀ ਕਰੇਗਾ ਬੰਦਾ ਜੀ 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 ਜੀ। ਵੀਰ ਜੀ ਗੱਲਬਾਤ ਤਾਂ ਫਿਰ ਆਪਣੇ ਅਸੀਂ ਆਪਣੀ ਜਿਹੜੀ ਬੀਤੀ ਹੋਈ ਤੁਹਾਨੂੰ ਦੱਸ ਰਹੇ ਹਾਂ ਕਿ 3 ਵਾਰੀ ਉੱਥੇ ਹੋ ਚੁੱਕਾ ਹੈ, ਤੇ 1 ਕਿਲੋਮੀਟਰ ਦਾਇਰੇ ਦੇ ਵਿੱਚ ਅਵਤਾਰ ਸਿੰਘ ਮੱਕੜ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਉਹਦਾ ਘਰ ਹੈ ਜੀ 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 ਜੀ। ਅਮਰਜੀਤ ਸਿੰਘ ਚਾਵਲਾ ਤੇ ਇਹਨਾਂ ਦੀ ਇਨਵੋਲਵਮੈਂਟ ਕਰਕੇ, ਇਹਨਾਂ ਦੀ ਰਜਾਮੰਦੀ ਦੇ ਕਰਕੇ ਉੱਥੇ ਹਰ ਵਾਰੀ ਗੁਰੂ ਸਾਹਿਬ ਦਾ ਸਰੂਪ ਰੱਖਿਆ ਜਾਂਦਾ ਤੇ ਰੱਜ ਕੇ ਨਿਰਾਦਰ ਹੁੰਦਾ ਜੀ, ਅੱਜ ਵੀ ਉੱਥੇ ਪਿਆ ਜੀ, ਅੱਜ ਵੀ
जी। हालात ने जी 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 बिल्कुल बहुत बुरे हाल हो जिदा तुम दसा भी अवतार सिंह मकड़ होना एक दो मील दे जड़े आ घेरे दे विच एक किलोमीटर जी एक किलोमीटर वध तो वध एक किलोमीटर जी ते बहुत उन्हां वास्ते ही एक शर्मनाक जिदा गल आ भी उन्हां दे विच होंदे हुए आ ते मैनू जिदा हुणे सतपाल वीर जी ते अपने हरविंदर भाजी जिहड़ी एक हुणे जिहड़ी ईमेल आई आ सानू हैड ग्रंथी श्री ननकाणा साहिब दे उत्थों दे हैड ग्रंथी जन्म सिंह होना दी उन्हां दी आई है कहिंदे जी अज असीं उत्थे प्रोटेस्ट करन जा रहे हां लाहौर दे विच ते इत्थे जिहड़ी इत्थे दी जथेबंदी आ उह कुछ नहीं कर रही ते लाहौर दे विच इस दी पीड़ सही जा रही है इस दी पीड़ मना रहे आ भी इन्ना बुरा हाल इन्ना माड़ा काम होया आ ते उत्थे दे विच जाके जिथे हैगा आ श्रोमणी गुरद्वारा प्रबंधक कमेटी वह कुछ नहीं कर रही एक ये भी बहुत बहुत ही एक जी दुखदाई जी एक जिदा कह लो सूचना एक घटना है जी वापर रही है जी जी जी। सो वीर जी आप ही चलते हैं अपना नैक्सट कॉलर के वाल सत श्रीकाल जी बहुत स्वागत पंजाबी रेडियो एसए ते हेलो सताल वीर जी हाँ जी सत श्रीकाल जी कौन बोल रहे मैं कुलदीप बोल जी जी कुलदीप जी मैं एक पहला बेनती करूंगा अपनी गलबात नु थोड़ा जे ब्रीफ रखियो ठीक है जी जी ओ देखो दसा पाशा में भी जग दी ज्योत गुरु ग्रंथ साहिब जी है ना जी ते साडे गुरु दा अज किसे शरारती आसन ने कत्ल कर दिता है ना जी ते उनां नु खुदा गया ते ए एक सच्ची गल है मैं अपने रिश्तेदारा नु पुछया इंडिया फोन करके उनां ने ए दसया वे हां ए सही गल है ते सरदार प्रकाश सिंह बादल उनां नु अकाली आगू और बाकी किन्ने सारे चहेते क्योंकि उन्हां दे घर दे विचों एक डेड बॉडी गई थी है ना जी जी ये नहीं पता कि असीं जिस गुरु तों सब कुछ मंगदे आ सानू ओह दिंदा आ ਅੱਜ ਉਹਨਾਂ ਨੂੰ ਉਹਨਾਂ ਬਾਰੇ ਕੁਛ ਨੀ ਪਤਾ ਹੈਗਾ ਕਿ ਅਸੀਂ ਉਹਨਾਂ ਦੇ ਪਿੱਛੇ ਵੀ ਜਾਣਾ ਆ ਅਸੀਂ ਉਹਨਾਂ ਦੀ ਵੀ ਦੇਖ ਰਹੀ ਕਰਨੀ ਜੀ 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 ਕੁਲਦੀਪ ਜੀ ਗੱਲ ਜੀ ਜੀ ਇੱਥੇ ਹਰਭਜਨ ਭਗਵੰਤ ਮਾਨ ਹੋਣੀ ਮਨਪ੍ਰੀਤ ਬਾਦਲ ਹੋਣੀ ਇੱਥੇ ਚੰਗੀ ਕਰਕੇ ਗਏ ਆ ਉਹਨਾਂ ਨੂੰ ਅੱਜ ਇੰਡੀਆ ਵਿੱਚ ਦਿਸਣਾ ਚਾਹੀਦਾ ਕਿ ਸਾਡੇ ਗੁਰੂ ਨਾਲ ਕੀ ਹੋਇਆ ਕਿ ਸਾਡੇ ਗੁਰੂ ਦਾ ਕਤਲ ਕੀਤਾ ਗਿਆ ਇੱਕ ਜੇ ਕਿਸੇ ਮਿਨਿਸਟਰ ਦਾ ਕਤਲ ਹੋ ਜਾਵੇ ਤਾਂ ਉਹਦੇ ਪਿੱਛੇ ਮਰਨ ਮਰਾਉਣ ਤੇ ਲੋਕੀ ਹੋ ਜਾਂਦੇ ਆ ਹਨਾ ਤੇ ਜਿਹੜੇ ਅੰਤਰਾਂ ਨੇ ਇਹ ਗੱਲ ਕੀਤੀ ਆ ਉਹਨਾਂ ਨੂੰ ਇਹ ਚਾਹੀਦਾ ਕਿ ਉਹਨਾਂ ਨੂੰ ਫੜ ਕੇ ਫਾਂਸੀ ਤੋਂ ਦਿੱਤੀ ਜਾਵੇ ਜਾਂ ਕਿ ਗਾਂ ਕੋਈ ਨਾ ਹੋਵੇ ਜੇ ਇਦਾਂ ਦੀ ਗੱਲਬਾਤ ਨਾ ਕਰੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡਾ ਪੰਜਾਬੀ ਰੇਡੀਓ ਤੇ ਸਾਂਝ ਪਾਈ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਗੱਲਬਾਤ ਘੁੜ ਮੁੜ ਕੇ ਉੱਥੇ ਆਉਂਦੀ ਆ ਕਿ ਜਿਹੜੇ ਆਪਣੇ ਜਿਹੜੇ ਜ਼ਿੰਮੇਵਾਰ ਸੱਜਣ ਹੈਗੇ ਉਹ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਨਹੀਂ ਸਮਝਦੇ ਨਹੀਂ ਤੇ ਸਾਨੂੰ ਇਸ ਸਿਸਟਮ ਦੇ ਵਿੱਚੋਂ ਅਸੀਂ ਕਿੱਦਾਂ ਨਿਕਲਣਾ ਤੇ ਸਾਨੂੰ ਇਸ ਬਾਰੇ ਸਾਰਿਆਂ ਨੂੰ ਇਕੱਠੇ ਹੋ ਕੇ ਸੋਚਣਾ ਪਏਗਾ ਬਿਲਕੁਲ ਬਿਲਕੁਲ ਸਭ ਤੋਂ ਪਹਿਲੀ ਗੱਲ ਇਹ ਆ ਜੀ ਆਪਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣਾ ਪੈਣਾ ਆ ਇਹਨਾਂ ਮਹੰਤਾਂ ਤੋਂ ਇਹਨਾਂ ਮਸੰਦਾਂ ਤੋਂ ਫਿਰ ਹੀ ਕੁਛ ਸ਼ਾਇਦ ਆਪਣੇ ਜਿਹੜਾ ਪੰਥ ਦਾ ਆ ਜਿਹੜਾ ਘਾਣ ਵੱਲ ਨੂੰ ਤੁਰਿਆ ਆ ਉਸ ਨੂੰ ਆਪਾਂ ਫਿਰ ਇੱਕ ਕਮਲ ਦੇ ਫੁੱਲਾਂ ਨੂੰ ਫਿਰ ਖਿਲਾ ਸਕਾਂਗੇ ਜੀ 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 ਸੋ ਚੱਲਦੇ ਹਾਂ ਆਪਾਂ ਆਪਣੇ ਨੈਕਸਟ ਕਾਲਰ ਦੇ ਵਾਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਮੈਂ ਪਰਮਿੰਦਰ ਸਿੰਘ ਬੋਲਦਾ ਜੀ ਹਾਂਜੀ ਪਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਚੱਲਦੇ ਵਿੱਚ ਹਾਂਜੀ ਮਤਲਬ ਇਹ ਬਹੁਤ ਹੀ ਇੱਕ ਦੁਖਦਾਈ ਘਟਨਾ ਤੇ ਜਿਹੜਾ ਹੈਗਾ ਭਾਜੀ ਸਤਪਾਲ ਸਿੰਘ ਜੀ ਹੋਣੀ ਉਸੋਂ ਇੰਨੀ ਨਿਰਭੈਤਾ ਦੇ ਨਾਲ ਇੰਨੀ ਨਿਡਰਤਾ ਦੇ ਨਾਲ ਜਿਹੜੀ ਸਾਡੇ ਨਾਲ ਗੱਲਬਾਤ ਕਰ ਰਹੇ ਆ ਇਹਦੇ ਤੇ ਇਹਨਾਂ ਦਾ ਮੈਂ ਬਹੁਤ ਰਿਣੀ ਹੈ ਜੀ ਜੀ ਕਿਉਂਕਿ ਇਹੋ ਜਿਹੇ ਸਮੇਂ ਦੇ ਉੱਤੇ ਜਿਹੋ ਜਿਹੀ ਗੱਲ ਚੱਲ ਰਹੀ ਆ ਮੇਰਾ ਤਾਂ ਖਿਆਲ ਉੱਥੋਂ ਦੇ ਜਿਹੜੇ ਲੋਕ ਆ ਪਿੰਡ ਦੇ ਜਾਂ ਆਸੇ ਪਾਸੇ ਦੇ ਉਹ ਵੀ ਭੈ ਖਾ ਰਹੇ ਆ ਜੀ ਤੇ ਮੈਂ ਇਹਨਾਂ ਦਾ ਬਹੁਤ ਰਿਣੀ ਜਿਹੜੀ ਇੰਨੀ ਨਿਰਭੈਤਾ ਦੇ ਨਾਲ ਇਹ ਗੱਲ ਕਰ ਰਹੇ ਆ ਸੋ ਇੱਕ ਹੋਰ ਗੱਲ ਇਹ ਹੈਗੀ ਆ ਕਿ ਇਹਨਾਂ ਦੇ ਜਿਹੜੇ ਹਾਲਾਤ ਆ ਇਹ ਤੇ ਗੁਰੂ ਸਾਹਿਬ ਦੇ ਟਾਈਮ ਤੇ ਵੀ ਜਿਹੜੇ ਇਹੋ ਜਿਹੇ ਲੋਕ ਸੀ ਉਹਨਾਂ ਨੇ ਸਤਿਗੁਰੂ ਦਾ ਸਾਥ ਨਹੀਂ ਦਿੱਤਾ ਕਿਉਂਕਿ ਜਿਹੜੇ ਸੱਚੇ ਪਾਤਸ਼ਾਹ ਦੇ ਨਾਲ ਗਰੀਬ ਸਿੱਖ ਸੀ ਉਹਨਾਂ ਨੇ ਹੀ ਜਿਹੜਾ ਸਾਥ ਸਤਿਗੁਰੂ ਦਾ ਦਿੱਤਾ ਸੀ ਹੁਣ ਵੀ ਜੇ ਆਪਾਂ ਇਹਨਾਂ ਤੋਂ ਤੇ ਆਸ ਬਿਲਕੁਲ ਲਾਹ ਦੇਣੀ ਸਾਨੂੰ ਚਾਹੀਦੀ ਆ ਤੇ ਇੱਕ ਹੋਰ ਜਿਹੜਾ ਦਿੜਵਾ ਹਲਕੇ ਦੇ ਉੱਤੋਂ ਕੋਈ ਸ਼ਰਾਬ ਦਾ ਠੇਕੇਦਾਰ ਆ ਉਹਨੂੰ ਸ਼੍ਰੋਮਣੀ ਕਮੇਟੀ ਦੀ ਟਿਕਟ ਦਿੱਤੀ ਹੋਈ ਆ ਅੱਜ ਦੀ ਆ ਜਿਹੜੀ ਹੈਗੀ ਆ ਨਿਊਜ਼ ਇੱਥੋਂ ਅਜੀਤ ਅਖਬਾਰ ਪੰਜਾਬ ਤੋਂ ਜਿਹੜੀ ਛਪਦੀ ਆ ਉਹਦੇ ਵਿੱਚ ਦਿੱਤਾ ਹੋਇਆ ਜੀ ਸੋ ਇਹੋ ਜਿਹੇ ਲੋਕਾਂ ਨੂੰ ਇਹ ਦੇ ਰਹੇ ਨੇ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਤੇ ਇਹੋ ਜਿਹੀ ਕਮੇਟੀ ਬਣ ਕੇ ਅੱਗੇ ਆਊਗੀ ਸੰਤ ਬਾਬਾ ਜਰਨੈਲ ਸਿੰਘ ਹੋਣਾ ਦੇ ਟਾਈਮ ਤੇ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਹੈ ਕਿ ਸਾਨੂੰ ਹੈਲਪ ਚਾਹੀਦੀ ਹੈ ਤੁਹਾਡੀ ਜਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਬਣਨ ਲੱਗੀ ਸੀ ਜੀ
ਉਹਨਾਂ ਦੀ ਇੱਕ ਸ਼ਰਤ ਸੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨੇ ਚਾਹੀਦੇ ਨੇ ਇਹ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ। ਜੀ ਜੀ, ਉਹ ਕਹਿੰਦੇ ਉਦੋਂ ਕਿ ਸਾਡੇ ਕੋਲ ਤੇ ਜੀ ਇੰਨੇ ਬੰਦੇ ਲੱਭਣੇ ਨੇ ਤੇ ਉਹਨਾਂ ਦਾ ਇੱਕ ਸਵਾਲ ਸੀ ਵੀ ਜਿੰਨੇ ਤੁਹਾਨੂੰ ਲੱਭਦੇ ਆ ਲੱਭੋ ਬਾਕੀ ਮੈਂ ਦੇ ਦੇਣਾ। ਜੀ 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 ਜੀ, ਤੇ ਫਿਰ ਇਹ ਕਹਿੰਦੇ ਸੀ ਕਮੇਟੀ ਤੇ ਤੁਹਾਡੀ ਬਣ ਗਈ ਤੇ ਉਹਨਾਂ ਦਾ ਇੱਕ ਗੱਲ ਕਹੀ ਵੀ ਕਮੇਟੀ ਗੁਰੂ ਰਾਮਦਾਸ ਦੇ ਦਰਬਾਰ ਦੀ ਬਣਨੀ ਆ, ਮੇਰੀ ਨੀ ਬਣਨੀ। ਜੀ ਜੀ, ਹੁਣ ਜੇ ਤੇ ਕਮੇਟੀ ਸਤਿਗੁਰੂ ਰਾਮਦਾਸ ਦੇ ਦਰਬਾਰ ਦੀ ਬਣੇ ਫਿਰ ਤੇ ਬੜੀ ਚੰਗੀ ਗੱਲ ਆ, ਤੇ ਜੇ ਇਹ ਬਾਦਲ ਹੋਣਾ ਦੀ ਬਣਦੀ ਆ ਤੇ ਫਿਰ ਤੇ ਇਸ ਤਰ੍ਹਾਂ ਦੀ ਹੋਣੀ ਹੈ। ਸਤਪਾਲ ਵੀਰ ਜੀ, ਜਿਹੜੀ ਗੱਲਬਾਤ ਇਹਨਾਂ ਕੀਤੀ ਆ ਥੋੜੇ ਸਮੇਂ ਦੇ ਵਿੱਚ, ਮੈਂ ਸੋਚਦਾ ਕਾਫੀ ਜਿਹੜੀ ਮੁੱਦੇ ਉੱਤੇ ਇਹਨਾਂ ਗੱਲ ਆਪਣੀ ਰੱਖੀ ਆ, ਚੋਟ ਮਾਰ ਕੇ ਗਏ, ਬਹੁਤ ਬਹੁਤ ਵਧੀਆ ਗੱਲ ਕੀਤੀ ਹੈ। ਤੇ ਇੱਥੋਂ ਨਾ ਸਾਨੂੰ ਸੇਧ ਲੈਣੀ ਚਾਹੀਦੀ ਸਾਰਿਆਂ ਨੂੰ ਜੀ, ਜਿੰਨੇ ਵੀ ਸਰੋਤੇ ਸੁਣਦੇ ਆ ਤੇ ਚਾਹੇ ਇੰਡੀਆ ਚ ਨੇ ਚਾਹੇ ਕਿਤੇ ਵੀ ਹੈਗੇ ਨੇ, ਉਹਨਾਂ ਸਾਰਿਆਂ ਨੂੰ ਇਸ ਜਿਹੜੀ ਜਾਣਕਾਰੀ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਪੁੱਛਣਾ ਚਾਹੀਦਾ ਵੀ ਤੁਸੀਂ ਕਮੇਟੀ ਬਣਾਉਣੀ ਕਿਹੜਾ ਚਾਹੁੰਦੇ ਹੋ। ਜੀ ਜੀ, ਆਪਣੇ ਘਰ ਦੀ ਕਮੇਟੀ ਬਣਾਉਣੀ ਹੈ, ਆਪਣੇ ਨਿੱਜੀ ਸਵਾਰਥਾਂ ਵਾਸਤੇ ਜਾਂ ਆਪਣੇ ਮਸਲਿਆਂ ਵਾਸਤੇ ਬਣਾਉਣੀ ਹੈ ਕਿ ਗੁਰੂ ਘਰ ਦੇ ਮਸਲਿਆਂ ਵਾਸਤੇ, ਗੁਰੂ ਘਰ ਦੇ ਪ੍ਰਚਾਰ ਵਾਸਤੇ ਕਮੇਟੀ ਬਣਾਉਣੀ ਹੈ ਜੀ। ਆਪ ਜਿਹੜਾ ਕਮੇਟੀ ਬਣਾਉਣ ਵਾਲਾ ਹੈ ਉਹਦੀ ਨਿਰਭੈਤਾ ਕੀ ਹੈ, ਉਹਦੀ ਅਡੋਲਤਾ ਕੀ ਹੈ, ਉਹਦਾ ਆਪਣਾ ਕਰੈਕਟਰ ਕੀ ਹੈ, ਇਸ ਗੱਲ ਨੂੰ ਬਹੁਤ ਜ਼ਰੂਰੀ ਵੇਖਣਾ ਵਾਚਣਾ ਤੇ ਪਰਖਣਾ ਚਾਹੀਦਾ। ਹਰ ਜਿਹੜਾ ਵੋਟਰ ਹੈ ਉਹਨੂੰ ਜ਼ਰੂਰੀ ਹੋ ਗਿਆ ਹੁਣ, ਜਿੱਥੇ ਤੱਕ ਮੈਸੇਜ ਪਹੁੰਚਦਾ ਜ਼ਰੂਰ ਪਹੁੰਚਾਇਆ ਜਾਵੇ। ਜੀ 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 ਜੀ, ਸੋ ਆਪਾਂ ਸੋ ਆਪਾਂ ਕੋਲ ਜਿਹੜਾ ਸਮਾਂ ਤਕਰੀਬਨ ਅਸੀਂ ਸਮੇਂ ਤੋਂ, ਕਿਉਂਕਿ ਕਾਲਰ ਸਾਨੂੰ ਕਾਫੀ ਜ਼ਿਆਦਾ ਕਾਲਜ ਆਈ ਸਮੇਂ ਤੋਂ ਤਕਰੀਬਨ ਅੱਧਾ ਘੰਟਾ ਉੱਪਰ ਜਾ ਰਹੇ ਹਾਂ, ਅਤੇ ਜਿਹੜੇ ਸਾਡੇ ਨਾਲ ਕਾਲਰ ਲਾਈਨ 'ਤੇ ਉਹਨਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਪਰ ਜਿਹੜੇ ਜਿਹੜੇ ਬਾਕੀ ਕਾਲਰਸ ਉਹਨਾਂ ਲਈ ਮੈਂ ਮਾਫੀ ਚਾਹੁੰਦਾ, ਹੱਥ ਦੋਵੇਂ ਹੱਥ ਜੋੜ ਕੇ ਉਹਨਾਂ ਨਾਲ ਮੈਂ ਅਸੀਂ ਗੱਲਬਾਤ ਹੋਰ ਅਸੀਂ ਕਾਲਸ ਨਹੀਂ ਲੈ ਸਕਦੇ, ਪਰ ਜਿਹੜੇ ਸਾਡੇ ਲਾਈਨ 'ਤੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ। ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ 'ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਮੈਂ ਫਰੈਸ਼ਨੋ ਤੋਂ ਬੋਲਦਾ, ਮੈਂ ਬਸ ਆਪਣੀ ਮਾੜੀ ਜਿਹੀ ਓਪੀਨੀਅਨ ਸ਼ੇਅਰ ਕਰਨੀ ਸੀ ਕਿ ਅੱਜ ਜਿੰਨੇ ਵੀ ਮੈਂ ਸਵੇਰ ਤੋਂ ਸੁਣਦਾ ਪਿਆ ਸਾਰੇ ਜਿੱਦਾਂ ਸਰਕਾਰ 'ਤੇ ਬਲੇਮ ਕਰੀ ਜਾਂਦੇ ਕਿ ਇਹ ਸਰਕਾਰ ਨਹੀਂ ਕੁਛ ਕਰਦੀ, ਅਤੇ ਆਪਾਂ ਵੀ ਤਾਂ ਉੱਥੇ ਜਾ ਕੇ ਕੁਛ ਕਰ ਹੀ ਸਕਦੇ ਹਾਂ। ਅਤੇ ਜੀ ਜੀ ਜੀ, ਹਾਂਜੀ, ਅਤੇ ਨਾਲੇ ਜਿੱਦਾਂ ਇਹ ਆਪਾਂ ਨੂੰ ਇੰਨਾ ਦੁੱਖ ਹੁੰਦਾ, ਅਤੇ ਜਿੱਦਾਂ ਆਪਣੇ ਗੁਰੂ ਜੀ ਨੂੰ ਇੱਦਾਂ ਕੁਛ ਕਿਹਾ, ਅਤੇ ਆਪਾਂ ਰੋਜ਼ ਜਿੱਦਾਂ ਬਾਰ ਬਾਰ ਜਾ ਕੇ ਆਪਦੇ ਜਦੋਂ ਵਾਕ ਕਟਾਉਂਦੇ ਹਾਂ ਤਾਂ ਉਦੋਂ ਵੀ ਗੁਰੂ ਨੂੰ ਓਨਾ ਹੀ ਦੁੱਖ ਲੱਗਦਾ, ਅਤੇ ਆਪਾਂ ਆਪਦੇ ਅੰਦਰੋਂ ਪਹਿਲਾਂ ਸਾਫ਼ ਕਿਉਂ ਨਹੀਂ ਹੁੰਦੇ, ਅਤੇ ਆਪਾਂ ਲੋਕਾਂ ਨੂੰ ਪਹਿਲਾਂ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਸਰਕਾਰ ਨਹੀਂ ਇਹ ਕਰਦੀ ਵੋ ਨਹੀਂ ਕਰਦੀ, ਅਤੇ ਆਪਾਂ ਆਪ ਨੂੰ ਵੀ ਆਪਣਾ ਹੋਣਾ ਚਾਹੀਦਾ ਆ ਕਿ ਵੀਰ ਜੀ, ਮੈਂ ਇੱਥੇ ਤੁਹਾਨੂੰ ਟੋਕਣਾ ਚਾਹੂੰਗਾ, ਇੱਥੇ ਅਸੀਂ ਉਹੀ ਬੰਦੇ ਬੈਠ ਕੇ ਗੱਲ ਕਰ ਰਹੇ ਹਾਂ ਜਿਹੜੇ ਇੱਕ ਗੁਰਸਿੱਖ ਦੇਖ ਵਾਲੇ ਆ, ਗੁਰਸਿੱਖ ਸੋਚ ਵਾਲੇ ਬੰਦੇ ਆ। ਜੇ ਤੁਸੀਂ ਆਪ ਵਾਲ ਕਟਾਉਂਦੇ ਹੋ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਹਰ ਕੋਈ ਵਾਲ ਕਟਾਉਂਦਾ ਹੋਊਗਾ। ਮੈਂ ਆਪਦੇ ਵਾਲ ਨਹੀਂ ਕਟਾਉਂਦੇ, ਮੈਂ ਆਪਦੇ ਵਾਲ ਰੱਖੇ ਹੋਏ ਆ ਜੀ। ਤੇ ਫਿਰ ਵੀਰ ਜੀ, ਤੁਹਾਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਤੁਸੀਂ ਵੀ ਸ਼ਾਇਦ ਜਦ ਦੇਖ ਲੈਂਦੇ, ਜਦ ਤੁਸੀਂ ਪੁੱਛ ਲੈਂਦੇ ਵੀ ਕੌਣ ਇੱਥੇ ਬੈਠ ਕੇ ਗੱਲ ਕਰ ਰਿਹਾ। ਤੇ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਜਿੰਨੇ ਵੀ ਕਾਲਰ ਕਰਦੇ ਇਹਨਾਂ 'ਚ ਘੱਟ ਤੋਂ ਘੱਟ 50% ਹੋਣੇ ਜਿਹੜੇ ਆਪਦੇ ਵਾਲ ਕਟਾਉਂਦੇ ਆ ਤੇ ਸਰਕਾਰ ਨੂੰ ਬਲੇਮ ਕਰੀ ਜਾਂਦੇ ਆ। ਜੀ 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 ਵੀਰ ਜੀ, ਅਸੀਂ ਨਾ ਸਾਰਿਆਂ ਨੂੰ ਇੱਕ ਮਾਧਿਅਮ ਰਾਹੀਂ ਬੇਨਤੀ ਕਰ ਸਕਦੇ ਹਾਂ ਕਿ ਜਿਹੜੇ ਵੀ ਕਾਲਰਸ ਹੈਗੇ ਨੇ ਜਾਂ ਜਿਹੜੇ ਜਿਹੜੇ ਚਲੋ ਸਾਡੇ ਵੀਰ ਇਹੋ ਜਿਹੀ ਜਿਹੜੀ ਆਪਣੇ ਕਰਦੇ ਨੇ ਕੇਸ ਕਤਲ ਕਰਾਉਂਦੇ ਨੇ ਜਾਂ ਪਤਿਤ ਹੋ ਗਏ ਨੇ, ਹਨਾ, ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਕਿ ਭਾਈ ਸਾਹਿਬ ਦੇਖੋ, ਜਿਵੇਂ ਤੁਹਾਡੇ ਵੀਰ ਨੇ ਇੱਕ ਤੁਹਾਨੂੰ ਸੁਜੈਸ਼ਨ ਦਿੱਤੀ ਹੈ ਬੜੇ ਪਿਆਰ ਨਾਲ ਕਿਹਾ ਵਾ ਕਿ ਘੱਟੋ ਘੱਟ ਅਸੀਂ ਆਪਣੇ ਧੁਰੇ ਨਾਲ ਜੁੜੀਏ, ਹਨਾ ਜੀ ਜੀ, ਤੇ ਉਹਨਾਂ ਨੂੰ ਆਪਾਂ ਇਹ ਜ਼ਰੂਰ ਬੇਨਤੀ ਕੀਤੀ ਜਾਣੀ ਚਾਹੀਦੀ ਔਰ ਕਰਾਂਗੇ ਵੀ ਜੀ, ਜ਼ਰੂਰ ਤੁਹਾਡੇ ਸੁਝਾਅ ਨੂੰ ਜ਼ਰੂਰ ਅਸੀਂ ਮੁੱਖ ਕਰਕੇ ਮੰਨਾਂਗੇ ਜੀ। ਮੈਂ ਇਹ ਕਹਿਣਾ ਹੈਗਾ ਕਿ ਆਪਾਂ ਜਦੋਂ ਦੂਜਿਆਂ ਨੂੰ ਬਲੇਮ ਕਰ ਦਿੰਦੇ ਬਹੁਤ ਆਸਾਨੀ ਨਾਲ, ਪਰ ਆਪਾਂ ਨੂੰ ਆਪਦੇ ਅੰਦਰ ਵੀ ਵੇਖਣਾ ਚਾਹੀਦਾ ਕਿ ਆਪਾਂ ਕੀ ਕਰਦੇ ਹਾਂ। ਜੀ 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 ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਰਾਜਕਰਨ ਕਹਿੰਦੇ ਚੈਰਿਟੀ ਸਟਾਰਟਸ ਐਟ ਹੋਮ, ਜਿਹੜੀ ਸਭ ਤੋਂ ਪਹਿਲੀ ਗੱਲਬਾਤ ਆ ਉਹ ਆਪਣੀ ਕਰਨੀ ਚਾਹੀਦੀ, ਅਤੇ ਜਿਹੜੀ ਇਹਨਾਂ ਪਹਿਲਾਂ ਵੀ ਗੱਲਬਾਤ ਕੀਤੀ ਆ ਕਿ ਅਸੀਂ ਬਲੇਮ ਕਰਨ ਦੇ ਨਾਲੋਂ ਅਸੀਂ ਆਪ ਕੀ ਕਰ ਰਹੇ ਹਾਂ ਜੀ। ਸੋ ਮੈਂ ਸੋਚਦਾ ਵੀ ਇਸ ਸਮੇਂ ਦੇ ਵਿੱਚ ਵੀਰ ਸਤਪਾਲ ਸਿੰਘ ਹੋਣੀ ਜੋ ਆਪਣਾ ਯੋਗਦਾਨ ਨਿਭਾ ਰਹੇ ਹੋ ਤਾਂ ਵਾਕਈ ਸ਼ਲਾਘਾਯੋਗ ਆ। ਸੋ ਇੱਕ ਚੀਜ਼ ਅਸੀਂ ਜਿਹੜਾ ਲੈਬਸ ਦੇਖ ਰਹੇ ਹੋ ਇਹ ਆ ਕਿ ਮੀਡੀਆ ਦੇ ਵਿੱਚ ਇਹ ਗੱਲਬਾਤ ਨਹੀਂ ਪਹੁੰਚ ਰਹੀ, ਪਰ ਅਸੀਂ ਕੀ ਕਰ ਸਕਦੇ। ਬੰਦਾ ਇਹ ਸੋਚਦਾ ਵੀ ਯਾਰ ਮੈਂ ਆਸਟ੍ਰੇਲੀਆ ਬੈਠਾ, ਮੈਂ ਯੂਰਪ ਦੇ ਵਿੱਚ ਬੈਠਾ, ਮੈਂ ਇੰਗਲੈਂਡ ਬੈਠਾ, ਕੈਨੇਡਾ ਬੈਠਾ, ਮੈਂ ਕੈਲੀਫੋਰਨੀਆ ਦੇ ਵਿੱਚ ਬੈਠਾ, ਮੈਂ ਕੀ ਕਰ ਸਕਦਾ ਇੱਥੇ ਬੈਠਾ। ਸੋ ਘੱਟੋ ਘੱਟ ਹੋਰ ਨਹੀਂ ਕੁਛ, ਤਾਂ ਜਿਹੜੀ ਇਹ ਗੱਲਬਾਤ ਆ ਤੁਸੀਂ 5-7 ਜਾਣੇ ਤੁਹਾਡੇ ਜਿਹੜੇ ਨੋਨ ਹੈਗੇ ਉਹਨਾਂ ਨਾਲ ਤੁਸੀਂ ਸ਼ੇਅਰ ਕਰੋ, ਤੁਸੀਂ ਜਿਹੜੀ ਇਹ ਜਿਹੜੇ ਤੁਹਾਡੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਆ, ਤੁਸੀਂ ਆਪਣੇ ਪਰਿਵਾਰ ਜਾਂ ਪਿੱਛੇ ਜਿਹੜੇ ਬੰਦੇ ਹੈਗੇ ਆ ਤੁਹਾਡੇ ਰਿਸ਼ਤੇਦਾਰ, ਤੁਸੀਂ ਉਹਨਾਂ ਨੂੰ ਕਹੋ ਕਿ ਸਿਰਫ ਉਹੀ ਬੰਦੇ ਚੁਣ ਕੇ ਤੁਸੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਵਿੱਚ ਭੇਜੋ, ਜਿਹੜੇ ਕਿ ਵਾਕਈ
ਯੋਗਤਾ ਵਾਲੇ ਨੇ, ਯੋਗਤਾ ਵਾਲੇ ਨੇ. ਸੋ ਵੇਖੋ ਜੀ, ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀ ਚੇਂਜ ਲਿਆਉਂਦੀਆਂ. ਚੇਂਜ, ਬਿਲਕੁਲ ਬਿਲਕੁਲ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਸਭ ਕੁਛ ਬਦਲ ਦਿੰਦੀਆਂ. ਸੋ ਮੈਂ ਬੇਨਤੀ ਕਰੂੰਗਾ ਕਿ ਕਦੇ ਇਹ ਨਾ ਸੋਚੋ ਕਿ ਅਸੀਂ ਆ ਇੱਥੇ ਬੈਠੇ ਹਾਂ ਆਪਾਂ ਕੀ ਕਰ ਸਕਦੇ ਹਾਂ. ਕਹਿੰਦੇ ਕਿ ਛੋਟੇ ਛੋਟੇ ਨਾਲਿਆਂ ਤੋਂ ਨਦੀਆਂ ਬਣਦੀਆਂ ਅਤੇ ਨਦੀਆਂ ਤੋਂ ਸਮੁੰਦਰ ਬਣਦੇ, ਸਮੁੰਦਰ ਬਣਦੇ. ਸੋ ਤੁਹਾਡਾ ਛੋਟਾ ਜਿਹਾ ਕੀਤਾ ਹੋਇਆ ਐਫਰਟ ਵੀ ਜਿਹੜਾ ਇਹ ਪਾਸਾ ਪੜ ਸਕਦਾ. ਸੋ ਸਾਡੇ ਨਾਲ ਜਿਹੜੇ ਕਾਲਰ ਹੋਲਡ 'ਤੇ ਨੇ ਆਪਾਂ ਉਹਨਾਂ ਨਾਲ ਉਹਨਾਂ ਵੱਲ ਚੱਲਦੇ, ਉਹਨਾਂ ਦੀ ਕਾਲ ਲੈਂਦੇ. ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ 'ਤੇ. ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸ਼ਿਕਾਗੋ ਤੋਂ ਬੋਲ ਰਿਹਾ ਸਰ. ਹਾਂਜੀ ਜੀ, ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਬਰੀਫਲੀ, ਹਾਂਜੀ, ਇੰਨੀ ਬਰੀਫ ਮੈਂ ਗੱਲ ਦੱਸਣਾ ਚਾਹੁੰਦਾ ਬਈ ਹਰ ਇੱਕ ਜਿਹੜਾ ਸਿੱਖ ਹੈ ਉਹ ਸਿੱਖ ਕੌਮ ਦਾ ਅੰਬੈਸਡਰ. ਜਿੱਦਾਂ ਵੀਰ ਨੇ ਕਿਹਾ, ਹਰ ਇੱਕ ਬੰਦੇ ਨੂੰ ਆਪਣੀ ਪਛਾਣ ਨਹੀਂ ਚਾਹੀਦੀ, ਮੇਰਾ ਫਰਜ਼ ਕੀ ਹੈ. ਜੀ ਜੀ, ਉਸ ਤੋਂ ਬਾਅਦ ਜੇ ਉਹ ਆਪਣੇ ਫਰਜ਼ 'ਤੇ ਪੂਰਾ ਉਤਰਦਾ ਹੈ, ਬਿਲਕੁਲ ਇਨਕਲਾਬ ਆਏਗਾ, ਤਾਂ ਹੀ ਆਏਗਾ ਜੇ ਹਰ ਇੱਕ ਬੰਦਾ ਆਪਣੇ ਆਪ ਨੂੰ ਸੁਧਾਰੇਗਾ. ਜੀ ਜੀ, ਜੇ ਆਪਾਂ ਕ੍ਰਿਸਚਨ 'ਤੇ ਆ ਜਾਈਏ ਫਿਰ ਗੱਲ ਨਹੀਂ ਬਣਦੀ. ਆਪਾਂ ਆਪ ਇਕੱਠੇ ਹੋਈਏ, ਇੱਕ ਧੁਰਾ ਬਣੀਏ, ਤੇ ਆਪਾਂ ਆਪ ਦੇਖੀਏ ਵੀ ਕੀ ਅਸੀਂ ਕਰ ਸਕਦੇ ਹਾਂ ਕੌਮ ਵਾਸਤੇ. ਜੀ ਜੀ ਜੀ, ਜਿਹੜੇ ਮਾੜੇ ਬੰਦੇ ਆਉਂਦੇ ਨੇ ਇੱਥੇ ਅਮਰੀਕਾ 'ਚ, ਕੈਨੇਡਾ 'ਚ, ਉਹਨਾਂ ਦੇ ਗਲਾਂ 'ਚ ਹਾਰ ਪਾਈਏ, ਇਸੇ ਤਰ੍ਹਾਂ ਉਹਨੂੰ ਵੈਲਕਮ ਨਾ ਕਰੀਏ, ਡਾਲਰ ਨਾ ਦਈਏ ਮੂਹਰੇ ਜਾ ਕੇ ਉਹਨਾਂ ਨੂੰ. ਜੀ ਜੀ ਜੀ, ਚੌਧਰ ਦੀ ਭੁੱਖ ਹੈ ਉਹ ਮਾਰ ਰਹੀ ਹੈ ਕੌਮ ਨੂੰ, ਇੱਕ ਏਕਤਾ ਨਹੀਂ ਹੈ, ਚੌਧਰ ਦੀ ਭੁੱਖ ਹੈ. ਜੀ ਜੀ ਜੀ, ਚੀਜ਼ਾਂ ਮਾਈਨਸ ਕਰੀਏ ਆਪਣੇ ਆਪ 'ਚੋਂ, ਫਿਰ ਬਿਲਕੁਲ ਕਾਮਯਾਬੀ ਮਿਲੇਗੀ. ਔਰ ਆਪਾਂ ਨੂੰ ਇੱਥੇ ਯੂ ਐਸ ਏ ਤੋਂ ਵੀ ਅੰਬੈਸੀਆਂ ਅੱਗੇ ਪ੍ਰੋਟੈਸਟ ਕਰਨਾ ਚਾਹੀਦਾ, ਇੰਡੀਅਨ ਮੈਸੇਜ ਅੱਗੇ ਆ ਕੇ. ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸ਼ਿਕਾਗੋ ਤੋਂ ਆਪਣੇ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਆਪਾਂ ਆਪਣੀ ਗੱਲਬਾਤ ਕਰੀਏ ਤੋਂ ਪਹਿਲਾਂ ਜਿਹੜਾ ਸਾਡਾ ਲਾਸਟ ਕਾਲਰ ਨੇ ਅੱਜ ਦੇ ਸਾਂਝੇ ਕੀਤੇ ਸੋ ਆਪਾ
ਮੈਂ ਮਨਦੀਪ ਬੋਲਦੀ ਫਰੈਜ਼ਲਾ ਤੋਂ। ਹਾਂਜੀ ਬਹੁਤ ਬਹੁਤ ਸਵਾਗਤ ਆ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪਹਿਲਾਂ ਤਾਂ ਤੁਸੀਂ ਇਹ ਗੱਲ ਹੀ ਨਹੀਂ ਕੀਤੀ ਆ ਕਿ ਪੰਜ ਸਰੂਪ ਮਹਾਰਾਜ ਦੇ ਹਨਾ ਉੱਥੇ ਨੀ ਸਿੱਟੇ ਆ ਜੀ, ਇੰਨੀ ਵਿਆਪੀ ਕੀਤੀ ਆ, ਪਰ ਉਹਨੇ ਦੁਬਾਰਾ ਹੁਣ ਫੇਰ ਉੱਥੇ ਇੱਕ ਸਰੂਪ ਹੋਰ ਰੱਖ ਲਿਆ ਆ, ਤੇ ਉਹਨਾਂ ਨੂੰ ਉੱਥੇ ਰੱਖਣ ਨਹੀਂ ਦੇਣਾ ਚਾਹੀਦਾ। ਜਿੰਨਾ ਚਿਰ ਉਹਨਾਂ ਦੇ ਕੋਲ ਜਦੋਂ ਉਹਨਾਂ ਦੀ ਪਿੰਡ ਦਾ ਇੰਨਾ ਇੱਕ ਆਇਆ ਕਿ ਉਹ ਦੱਸ ਨੀ ਰਿਹਾ ਵੀ ਕੀ ਹੋਇਆ ਕੀ ਨਹੀਂ, ਉਹਨੇ ਇੰਨੇ ਦਿਨ ਗੱਲ ਨੂੰ ਦਵਾਈ ਰੱਖਿਆ ਆ, ਤੇ ਉਹਨਾਂ ਚਿਰ ਉਹਨਾਂ ਨੂੰ ਮਹਾਰਾਜ ਦਾ ਸਰੂਪ ਹੋਰ ਵੀ ਨਹੀਂ ਦੇਣਾ ਚਾਹੀਦਾ ਜੀ, ਜੀ ਜੀ ਜੀ, ਕਿਉਂਕਿ ਜਦੋਂ ਉਹਨਾਂ ਨੂੰ ਰਿਸਪੈਕਟ ਦਾ ਨੀ ਪਤਾ ਹੈਗਾ ਤੇ ਉਹਨਾਂ ਚਿਰ ਉਹਨਾਂ ਨੂੰ ਉਹ ਸਰੂਪ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਦੇਣਾ ਚਾਹੀਦਾ। ਜੀ ਜੀ ਬਿਲਕੁਲ, ਆਪਣੇ ਸਤਪਾਲ ਵੀਰ ਜੀ ਨੇ ਗੱਲ ਸਭ ਤੋਂ ਪਹਿਲਾਂ ਛੋਹੀ ਸੀਗੀ ਵੀ ਉੱਥੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਪੰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੋਰ ਦੇ ਦਿੱਤੇ ਬਗੈਰ ਕੁਛ ਪੁੱਛ ਪੜਤਾਲ ਕੀਤੇ ਵੀ ਤੁਸੀਂ ਕਿਸ ਕੰਮ ਨੂੰ ਵਰਤਨੇ ਆ, ਪਹਿਲੇ ਕਿੱਥੇ ਗਏ ਆ। ਸੋ ਇਹ ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਆ ਵੀ ਜਦੋਂ ਤੁਸੀਂ ਕਿਸੇ ਚੀਜ਼ ਜੀ ਮੈਂ ਮੈਸੇਜ ਕਰ ਦੇਣਾ ਸ਼ੇਅਰ ਕਰ ਦੇਣਾ ਚਾਹੁੰਦਾ, ਪੰਜ ਸਰੂਪ ਨੀ ਇੱਕ ਸਰੂਪ ਲੈ ਕੇ ਆਏ ਨੇ ਉਹ ਫਤਿਹਗੜ੍ਹ ਸਾਹਿਬ ਤੋਂ, ਇੱਕ ਜੀ ਪੰਜ ਸਰੂਪ ਉੱਥੇ ਦੇ ਕੇ ਆਏ ਨੇ ਜਿਨ੍ਹਾਂ ਨੂੰ ਖੂਹ ਚ ਸੁੱਟਿਆ ਗਿਆ ਸੀ ਨਾ ਜੀ, ਪੰਜ ਸਰੂਪ ਬਹੁਤ ਮਾੜੀ ਹਾਲਤ ਵਿੱਚ ਉੱਥੇ ਦੇ ਕੇ ਆਏ ਨੇ ਤੇ ਉੱਥੋਂ ਇੱਕ ਨਾਲ ਦੀ ਨਾਲ ਲਿਆਏ ਨੇ, ਜਦਕਿ ਉਹਨਾਂ ਨੂੰ ਇੱਕ ਵੀ ਨੀ ਦੇਣਾ ਚਾਹੀਦਾ ਸੀਗਾ। ਮੈਂ ਬਿਲਕੁਲ ਸਹਿਮਤ ਹਾਂ ਭੈਣ ਜੀ ਤੁਹਾਡੇ ਨਾਲ, ਕਿਉਂਕਿ ਜੇ ਇੱਕ ਵਾਰੀ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਫਿਰ ਵੀ ਹੋ ਸਕਦੀ ਹੈ। ਅੱਜ ਆਪਾਂ ਇੰਨੇ ਦੁਖੀ ਹੋਏ ਆ ਸਾਰੇ ਹਨਾ, ਜਿਹੜੇ ਤੁਸੀਂ ਕਿਹਾ ਸੀ ਉੱਥੇ ਜਦੋਂ ਬੀਬੀਆਂ ਆ ਕਿ ਉਹ ਰੋਣ ਲੱਗ ਪਈਆਂ ਆ ਜਾਂ ਕੁਛ ਵੀ ਆ ਨਾ, ਚਲੋ ਮੈਂ ਮੰਨਦੀ ਹਾਂ ਇਹਨਾਂ ਨੂੰ ਦਰਦ ਹੋਊਗਾ, ਪਰ ਜਦੋਂ ਪੰਜ ਸਰੂਪਾਂ ਦਾ 12 ਤਰੀਕ ਦਾ ਇਹ ਹੈਪਨ ਹੋਇਆ, ਉਹਨੇ ਉਸ ਗੱਲ ਬਾਰੇ ਨੀ ਦੱਸਿਆ, ਤੇ ਹੁਣ ਜਦੋਂ ਇੱਕ ਉਹਨਾਂ ਨੂੰ ਫੇਰ ਦਿੱਤਾ ਗਿਆ, ਉਹਨਾਂ ਨੂੰ ਕੁਛ ਨਸੀਹਤ ਹੋਰ ਮਿਲਣੀ ਚਾਹੀਦੀ ਆ। ਅਸੀਂ ਸਮਝਦੇ ਹਾਂ ਕਿ ਜ਼ਿਆਦਾਤਰ ਦੋਸ਼ੀ ਨੇ ਪਰ ਸਾਰੇ ਨਹੀਂ, ਅਸੀਂ ਐਵੇਂ ਨੀ ਚਾਹੁੰਦੇ ਕਿ ਸਾਰੇ ਦੋਸ਼ੀ, ਜ਼ਿਆਦਾਤਰ ਦੋਸ਼ੀਆਂ ਦੇ ਹੋਣ ਦੇ ਨਾਲ ਜਿਹੜੇ ਥੋੜੇ ਜਿਹੇ ਪਰਿਵਾਰ ਨੇ ਉਹ ਜੇ ਗੁਰੂ ਘਰ ਨਾਲ ਜੁੜੇ ਆ, ਸੇਵਾ ਭਾਵਨਾ ਨਾਲ ਜੁੜਿਆ, ਕੱਲ ਨੂੰ ਕਿਸੇ ਡੇਰੇਦਾਰ ਨਾਲ ਜੁੜ ਜਾਣਗੇ ਉਹਦਾ ਕੋਈ ਫਾਇਦਾ ਨੀ ਹੈ। ਸਿਰਫ ਇਹ ਕੋਸ਼ਿਸ਼ ਕੀਤੀ ਹੈ ਕਿ ਚਲੋ ਉੱਥੇ ਦੇ ਪ੍ਰਬੰਧ ਜਿਹੜੇ ਸੁਚਾਰੂ ਢੰਗ ਨਾਲ ਚਲਾਏ ਜਾਣ, ਜੇ ਉਹ ਨਹੀਂ ਸਾਂਭਦੇ ਤਾਂ ਆਪਾਂ ਜਾ ਕੇ ਸਾਂਭਾਂਗੇ ਜੀ, ਕੋਈ ਪ੍ਰੋਬਲਮ ਨੀ ਹੈਗੀ, ਜਿੰਨਾ ਖੁੱਲ ਗਿਆ ਅਸੀਂ ਸਾਰੇ ਜ਼ਿੰਮੇਵਾਰੀਆਂ ਸਾਂਭਾਂਗੇ, ਜੇ ਨਹੀਂ ਸਾਂਭਦੇ ਤਾਂ ਆਪਾਂ ਕਿਸੇ ਦਾ ਮੂੰਹ ਤੇ ਝੱਕਣਾ, ਬਹੁਤ ਬਹੁਤ ਪੂਰੇ ਇਸ ਬਾਰੇ ਪੂਰੇ ਪ੍ਰਸ਼ਾਸਨ ਕੋਲੋਂ ਐਂਡ ਉੱਥੇ ਦੀ ਪੂਰੀ ਜਿਹੜੀ ਕਮੇਟੀ ਹੈ ਜਿਹੜੀ ਹੁਣ ਨਵੀਂ ਹੈ, ਪਿੰਡ ਕੋਲੋਂ ਲਿਖਤੀ ਸਟੇਟਮੈਂਟ ਲੈ ਲਈ ਗਈ ਹੈ
ਹੁਣ ਚਾਰ ਪਰਸਨ ਐਵਰੀ ਟਾਈਮ ਉੱਥੇ ਪਹਿਰੇ ਤੇ ਰਹਿਣਗੇ ਤੇ ਜਿਹੜਾ ਗ੍ਰੰਥੀ ਸਿੰਘ ਆ ਪਹਿਲਾਂ ਜਾਂਦਾ ਹੁੰਦਾ ਸੀਗਾ ਗ੍ਰੰਥੀ ਸਿੰਘ ਨਵਾਂ ਨਿਯੁਕਤ ਕਰਕੇ ਉਹਦੀ ਰਿਹਾਇਸ਼ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾਏਗੀ ਜੀ 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 ਸਭ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਵਿਚਾਰਨ ਦੀ ਸਾਂਝ ਪਾਈ ਜੀ ਅਤੇ ਬਿਲਕੁਲ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਸਾਨੂੰ ਈਮੇਲ ਆਈ ਸੀਗੀ ਵੀ ਜਨਮ ਸਿੰਘ ਜੀ ਦੀ ਸ਼੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ ਉਹਨਾਂ ਨੇ ਦੱਸਿਆ ਵੀ ਉਹ ਰੋਸ ਮੁਜ਼ਾਹਰਾ ਕਰ ਰਹੇ ਆ ਲਾਹੌਰ ਦੇ ਵਿੱਚ ਤਾਂ ਬਿਲਕੁਲ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਲਾਈਵ ਦੇ ਉੱਤੇ ਤਾਂ ਸਤਿ ਸ਼੍ਰੀ ਅਕਾਲ ਜਨਮ ਸਿੰਘ ਜੀ ਸਵਾਗਤ ਹੈ ਪੰਜਾਬੀ ਰੇਡੀਓ ਯੂ ਐਸ ਏ 'ਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਸਵੇਰ ਤੋਂ ਦਾਸ ਸੁਣ ਰਿਹਾ ਸੀ ਜੀ ਪ੍ਰੋਗਰਾਮ ਕੱਲ ਵੀ ਤੁਹਾਡੀ ਜਿਹੜੀ ਯੂਟਿਊਬ ਤੋਂ ਦੇਖੀ ਸੀ ਵੀਡੀਓ ਉੱਥੋਂ ਦੀ ਜਿਹੜੀ ਘਟਨਾ ਵਾਪਰੀ ਹੈ ਜੀ ਇਸ ਕਰਕੇ ਜਿਹੜੇ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਸੰਗਤਾਂ ਰਹਿ ਰਹੀਆਂ ਨੇ ਲਾਹੌਰ ਵਿੱਚ ਉਹਨਾਂ ਨੂੰ ਇਸ ਗੱਲ ਦਾ ਬੜਾ ਰੋਸ਼ ਹੈ ਜੀ ਕਿ ਜੇ ਕੋਈ ਛੋਟਾ ਜਿਹਾ ਮਸਲਾ ਇੱਥੇ ਹੋ ਜਾਂਦਾ ਹੈ ਤੇ ਇੰਡੀਆ ਦੀ ਸਰਕਾਰ ਵੀ ਤੇ ਉੱਥੋਂ ਦੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਹੋਰ ਲੋਕ ਵੀ ਰੋਲਾ ਰੱਪਾ ਪਾਉਣ ਲੱਗ ਪੈਂਦੇ ਨੇ ਜੀ ਜੇ ਉਹਨਾਂ ਦੇ ਪਿੰਡ ਚ ਉੱਥੇ ਕੋਈ ਘਟਨਾ ਵਾਪਰਦੀ ਹੈ ਤੇ ਬਿਲਕੁਲ ਚੁੱਪ ਰਹਿੰਦੇ ਨੇ ਮੈਂ ਸਵੇਰੇ ਸਾਰੀਆਂ ਅਖਬਾਰਾਂ ਦੇਖਦਾ ਪਿਆ ਸੀ ਕਿਤੇ ਕੋਈ ਵੀ ਜਿਹੜੀ ਹੈ ਉਹ ਖਬਰ ਨਹੀਂ ਲੱਗੀ ਹੈ ਜੀ 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 ਬਿਲਕੁਲ ਵੀਰ ਨੇ ਬੜੀ ਚੰਗੀ ਗੱਲ ਕੀਤੀ ਹੈ ਕਿ ਜਿਹੜੀਆਂ ਉੱਥੇ ਕੋਈ ਸਰਕਾਰੀ ਤੌਰ ਦੇ ਉੱਤੇ ਜਾਂ ਕੋਈ ਹੋਰ ਘਟਨਾਵਾਂ ਆਉਂਦੀਆਂ ਤੇ ਉਹਨੂੰ ਹਾਈਲਾਈਟ ਕੀਤਾ ਜਾਂਦਾ ਜੀ ਜੀ ਸਾਡੇ ਲਈ ਸ਼ਰਮ ਨਹੀਂ ਤੋਂ ਮਰਨ ਵਾਲੀ ਗੱਲ ਹੈ ਜੀ ਜੀ ਉਹ ਨਨਕਾਣਾ ਸਾਹਿਬ ਵਿਖੇ ਜਿੱਥੇ ਭਾਈ ਲਕਸ਼ਮਣ ਸਿੰਘ ਨੇ ਦਰਖਤ ਦੇ ਉੱਥੇ ਸ਼ਹੀਦੀ ਦਿੱਤੀ ਅਸੀਂ ਉੱਥੇ ਜਾ ਕੇ ਕੰਨੇ ਆ ਵੀ ਤੁਸੀਂ ਕੁਰਬਾਨੀਆਂ ਕਰਕੇ ਸਾਡੇ ਗੁਰਦੁਆਰੇ ਆਜ਼ਾਦ ਹੋਏ ਨੇ ਇਹ ਜੀ ਘਟਨਾ ਦਾ ਬੜਾ ਸਾਨੂੰ ਦੁੱਖ ਹੈ ਜੀ 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 ਅੱਜ 3 ਵਜੇ ਲਾਹੌਰ ਪ੍ਰੈਸ ਕਲੱਬ ਦੇ ਅੱਗੇ ਨਨਕਾਣਾ ਸਾਹਿਬ ਲਾਹੌਰ ਤੇ ਪੰਜਾਬ ਸਾਹਿਬ ਤੋਂ ਸੰਗਤਾਂ ਜਿਹੜੀਆਂ ਰੋਸ ਮੁਜ਼ਾਹਰਾ ਵੀ ਕਰ ਰਹੀਆਂ ਇਸ ਗੱਲ ਕਰਕੇ ਜੀ ਜੀ ਇਹ ਕੰਮ ਜਿਹੜਾ ਚਲੋ ਕਿਸੇ ਦੇ ਉੱਤੇ ਕੋਈ ਬੰਦਾ ਹੋਵੇ ਉਹਦੇ ਉੱਤੇ ਦੁਸ਼ਣਬਾਜ਼ੀ ਅਸੀਂ ਲਗਾਉਂਦੇ ਹਾਂ ਮੈਂ ਕਿਸੇ ਨੂੰ ਚੰਗਾ ਕਹਿੰਦਾ ਕੋਈ ਮੈਨੂੰ ਮਾੜਾ ਕਹਿੰਦਾ ਉਹ ਗੱਲ ਹੋ ਸਕਦੀ ਹੈ ਜੀ ਜੀ ਅਸੀਂ ਇਸ ਹੱਦ ਤੱਕ ਪਹੁੰਚ ਜਾਵਾਂਗੇ ਇਸ ਗਰਾਵਰ ਤੇ ਆ ਜਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਪੂਰੀ ਦੁਨੀਆਂ ਲਈ ਗਿਆਨ ਦਾ ਸਰੋਤ ਨੇ ਜੀ ਜੀ ਸਾਰੇ ਭਗਤਾਂ ਦੀ ਬਾਣੀ ਦਰਜ ਹੈ ਲਾਹੌਰ ਸ਼ਹਿਰ ਦੀ ਹਜ਼ਰਤ ਸਾਈਂ ਮੀਆਂ ਮੀਰ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਾ ਰੱਖਿਆ ਤੇ ਇਹੋ ਜਿਹੀਆਂ ਮਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੇ ਸਾਡਾ ਬੜਾ ਦਿਲ ਦੁਖਾਇਆ ਹੈ ਜੀ 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 ਤੇ ਆਪ ਜੀ ਦਾ ਪੰਜਾਬ ਰੇਡੀਓ ਦਾ ਸਵੇਰ ਦੇ ਮੇਰੇ ਨਾਲ 5-7 ਹੋਣੀ ਸਰਦਾਰ ਮਸਤਾਨ ਸਿੰਘ ਜੀ ਪ੍ਰਧਾਨ ਸਾਬਕਾ ਉਹ ਵੀ ਬੈਠੇ ਸਨ ਤੁਹਾਡਾ ਪ੍ਰੋਗਰਾਮ ਲਾਈਵ ਸੁਣ ਰਹੇ ਸਨ ਜੀ ਲਾਈਨ ਥੋੜੀ ਬਿਜ਼ੀ ਸੀ ਤਾਂ ਮੈਂ ਈਮੇਲ ਕੀਤੀ ਸੀ ਉਹ ਚਲੇ ਗਏ ਨੇ ਜੀ ਆਪ ਜੀ ਨਾਲ ਗੱਲ ਕਰਨਾ ਚਾਹੁੰਦੇ ਸਨ ਤੇ 3 ਵਜੇ ਜਦੋਂ ਲਾਹੌਰ ਜਾਵਾਂਗਾ ਜੀ ਮੈਂ ਸਾਡੇ ਬਹੁਤ ਸੁਭਾਗ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਉੱਥੋਂ ਸਾਨੂੰ ਸੁਭਾਗ ਮਿਲਦੇ ਆ ਵੀ ਅਸੀਂ ਉੱਥੋਂ ਕੁਛ ਚਿਰ ਪਹਿਲੋਂ ਜਦੋਂ ਉੱਥੋਂ ਅਸੀਂ ਲਾਈਵ ਪ੍ਰਸਤੁਤ ਕੀਤਾ ਸੀਗਾ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਜੀ ਅਗਲੀ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਇਸੇ ਤਰ੍ਹਾਂ ਸਾਥ ਮਿਲੂਗਾ ਤੇ ਅਗਲੀ ਵਾਰੀ ਫੇਰ ਸ਼੍ਰੀ ਨਨਕਾਣਾ ਸਾਹਿਬ ਤੋਂ ਇਸੇ ਤਰ੍ਹਾਂ ਅਸੀਂ ਲਾਈਵ ਪ੍ਰੋਗਰਾਮ ਆਪਣੇ ਸਰੋਤਿਆਂ ਦੀ ਜ਼ਰੂਰ ਲੈ ਕੇ ਆਵਾਂਗੇ ਸੋ ਤੁਸੀਂ ਜੋ ਵੀ ਅਪਡੇਟ ਹੋਈ ਉਹ ਸਾਨੂੰ ਤੁਸੀਂ ਜ਼ਰੂਰ ਦੱਸਿਓ ਅਸੀਂ ਤੁਹਾਡੇ ਨਾਲ ਜ਼ਰੂਰ ਰਾਬਤਾ ਕਾਇਮ ਰੱਖਾਂਗੇ ਸਭ ਜੀ ਪੰਜਾਬ ਰੇਡੀਓ ਲਈ ਨਨਕਾਣਾ ਸਾਹਿਬ ਵਿਖੇ ਅਸੀਂ ਅਰਦਾਸ ਵੀ ਕਰਾਂਗੇ ਜੀ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ 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 ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਤਾਂ ਦੇਖਣ ਵਾਲੀ ਗੱਲ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਬਾਹਰ ਜਿੱਦਾਂ ਕਹਿ ਲਓ ਵੀ ਆਪਾਂ ਅਮਰੀਕਾ ਦੇ ਵਿੱਚ ਬੈਠੇ ਹਾਂ ਕੁਛ ਆਪਣੇ ਮਿੱਤਰਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਕਾਲਾਂ ਕੀਤੀਆਂ ਸਾਡੇ UK ਦੇ ਮੀਡੀਏ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਬਹੁਤ ਇੱਕ ਸਾਹਮਣੇ ਲਿਆ ਕੇ ਰੱਖਿਆ ਵੀ ਕੀ ਗੱਲ ਹੋਈ ਕਿਉਂ ਹੋਈ ਅਤੇ ਉੱਥੇ ਦਾ ਜਿਹੜਾ ਮੀਡੀਆ ਆ ਅਜੇ ਵੀ ਸਰਕਾਰ ਦੇ ਬੁੱਕਲ ਦੇ ਵਿੱਚ ਬੈਠਾ ਆ ਅਤੇ ਉਹ ਉਸੇ ਤਰ੍ਹਾਂ ਉਹਦਾ ਨਿੱਘ ਮਾੜਨ ਦੀ ਕੋਸ਼ਿਸ਼ ਕਰ ਰਿਹਾ ਵੀ ਸ਼ਾਇਦ ਕੁਛ ਹੋ ਜੂਗਾ ਅਤੇ ਮੀਂਹ ਨਹੀਂ ਪਊਗਾ ਅਤੇ ਪਰ ਬਿਲਕੁਲ ਜਿੱਦਾਂ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਅਤੇ ਇਹ ਸਾਰਿਆਂ ਦੇ ਕੰਨਾਂ ਦੇ ਵਿੱਚ ਹੌਲੀ ਹੌਲੀ ਜਾ ਰਹੀ ਹੈ ਵੀ ਜਿਹੜਾ ਉੱਥੇ ਦਾ ਮੀਡੀਆ ਆ ਉਹ ਹੁਣ ਬਹੁਤ ਉਹਨਾਂ ਦੀ ਗਿਰਾਵਟ ਹੋ ਚੁੱਕੀ ਆ ਉਹ ਸਿਰਫ ਅਤੇ ਸਿਰਫ ਸਰਕਾਰ ਦੀ ਪੱਖ ਜਿਹਦੇ ਵਿੱਚ ਸਰਕਾਰ ਦਾ ਪੱਖ ਆ ਸਿਰਫ ਉਹੀ ਗੱਲ ਸਾਹਮਣੇ ਉਜਾਗਰ ਕਰਦਾ ਆ ਉਹੀ ਗੱਲ ਸਾਰਿਆਂ ਦੇ ਮੂਹਰੇ ਰੱਖਦਾ ਆ ਅਤੇ ਆਪਾਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਹੋਣਾ ਚਾਹੀਦਾ ਆ ਅਤੇ ਪੰਜਾਬੀ ਰੇਡੀਓ USA ਨੇ ਇਹ ਜਿਹੜੀ ਸਭ ਤੋਂ ਪਹਿਲਾਂ ਜਿਹੜੀਆਂ ਨਿਊਜ਼ ਇਹ ਬ੍ਰੇਕ ਕੀਤੀ ਸੀ ਸਭ ਤੋਂ ਪਹਿਲਾਂ ਸਾਰਿਆਂ ਇਹ ਵਿਸ਼ਵ ਦੇ ਵਿੱਚ ਇਹ ਕੀਤਾ ਸੀਗਾ ਅਤੇ ਭਾਈ ਸਤਪਾਲ ਸਿੰਘ ਜੀ ਵੀਰ ਜੀ ਸਤਪਾਲ ਸਿੰਘ ਜੀ ਦੀ ਬਦੌਲਤ ਜਿਨ੍ਹਾਂ ਨੇ ਸਾਨੂੰ ਟੈਲੀਫੋਨ ਕੀਤਾ ਇਹਨਾਂ ਨੇ ਅਸੀਂ ਇੰਟਰਨੈਟ ਦੇ ਉੱਤੇ ਪੜਿਆ ਬਾਅਦ ਇਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਸਾਨੂੰ ਪੂਰੀ ਜਾਣਕਾਰੀ ਮਿਲੀ ਅਤੇ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਸਾਰਿਆਂ ਤੱਕ ਇਹ ਪਹੁੰਚਾਈ ਆ ਅਤੇ ਪੰਜਾਬੀ ਰੇਡੀਓ USA ਦੇ ਅਦਾਰੇ ਨੂੰ ਵੀ ਅਸੀਂ ਸ਼ਲਾਘਾ ਕਰਦੇ ਹਾਂ ਵੀ ਉਹ ਬਿਲਕੁਲ ਨਿਡਰ ਹੋ ਕੇ ਜਿਹੜੀ ਸੱਚੀ ਅਤੇ ਸੱਚੀ ਘਟਨਾ ਆ ਉਹ ਬਿਲਕੁਲ ਸਾਰਿਆਂ ਦੇ ਮੂਹਰੇ ਰੱਖਦੇ ਆ ਕਿਸੇ ਦਾ ਵੀ ਕੋਈ ਇਨਫਲੂਐਂਸ ਉਹਨਾਂ ਦੇ ਉੱਤੇ ਨਹੀਂ ਹੋਣ ਦਿੱਤਾ ਕਿਸੇ ਦਾ ਵੀ ਜ਼ੋਰ ਨਹੀਂ ਚੱਲਣ ਦਿੰਦੇ ਅਤੇ ਉਹਨਾਂ ਦੀ ਵੀ ਅਸੀਂ ਬਹੁਤ ਬਹੁਤ ਸ਼ਲਾਘਾ ਕਰਦੇ ਹਾਂ ਸੋ ਇਹਦੇ ਨਾਲ ਜੀ ਜੀ
इस वास्ते तुसी वधाई दे पात्र हो ते यह बहुत जरूरी है कि हर जो मीडिया चैनल है या प्रेस है उन्होंने बखूबी जिम्मेवारी अपनी संभालनी चाहिए है समझनी चाहिए जिथे कि इनू एक थंब कहा जाता है भी एक ज्ञान का थंब है लोगों सच दिखाने असि जो सच की गल हों उदों तो आप बंद कमरे च वड़ के बह जाने मैं दसना चाहता कल शाम को मैंने तकरीबन तीन चार अपना प्रिंट मीडिया प्रेस की कॉल्स भी आई उन्होंने मेरे को सारी जानकारी भी ली इस बारे फतेहगढ़ साहब तो भी आई सी कॉल होर भी जी, मैं अज फिर बड़ी हैरानी हुई सारी तुम जानकारी भी लई जाने सब कुछ हो जाता है रात को बड़ी वधिया वधिया गल्लां भी करते दमगजे भी मारते भाजी असि तो पूरी स्टेटमेंट बना के लावांगे कुछ वापरिया उ सब कुछ दसांगे अज लगी फिर नहीं कहे जी, जी, पता जी, नहीं उपरों के दबा आ जाता उ फिर झग वो बह जाते कली बात दूसरी गल जी वीर जी ने कही सी अपनी लाहौर तो जिवे इन्हों का ना एक स्टंट वा है राजनीतिक स्टंट कह सकते हो जेड़ा काम इन्हों के हाथ च नहीं हों जिम्मे पाकिस्तान की गल वा या कि दुबई की गल या कि फ्रांस की गल वा उन्हों सारे चक लैन गए घरों बीबिया भी चक लैन गिया मुंडे भी चक लैन गए सारे सारे जथेदार आ जाएंगे फिर कहे जी असि तो पंथ हितेशी हाँ जी देखो दिन रात मेहनत कर रहे हैं पर साढ़े हाथ वस नहीं है पग का मसला फ्रांस की गल करी फिर देने चंडीगढ़ च पगा उतर दया ने जी 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 गल करते ने जी फलानी थां गुरु ग्रंथ साहब का इस तरह निरादर हो गया कंटेनर च लिजाए जा रहे हैं अपने इतने घर च खूह सुटते पे ने उथे तो कोई आके खड़ता नहीं उथे कोई बोलता नहीं उथे कोई नजर भी नहीं आता दावे करे फलाने फलाने देशों के यह बिलकुल जायज वा भाजी का कहना कि सिर्फ और सिर्फ एक स्टंट वा इन्हों का इमोशनल ब्लैकमेल करते ने भी लोग साडे नाल जुड़े रहन काफी समा हो गया है सारी चीज नू देखदे आं ते अज कुछ समा पहला साडे नाल संगत टीवी यूके वालिया ने उन्हां संपर्क कीता सी उन्हां नाल नाली सिख टीवी वालिया ने सिख टीवी वालिया संपर्क कीता सी इहदे नाल टोरंटो तो जिहड़े टोरंटो दे वैनकूवर दे कुछ रेडियो स्टेशन सी उन्हां भी संपर्क कीता सी साडे नाल ते आउण वाले कल दे दिन दे विच ओह भी इहदे बारे जिहड़ी जिहड़ी न्यूज़ आ ब्रॉडकास्ट करनगे सो जिहड़ी तुसीं चंडीगढ़ दे विच पग उतरन दी गल कीती ਸੀ ਤਾਂ ਪੰਜਾਬੀ ਰੇਡੀਓ ਯੂ ਐਸ ਏ ਉਦੋਂ ਵੀ ਪਹਿਲਾ ਰੇਡੀਓ ਸਟੇਸ਼ਨ ਸੀ ਜਿੰਨੇ ਗੱਲਬਾਤ ਬ੍ਰੌਡਕਾਸਟ ਕੀਤੀ ਸੀ 30 ਮਿੰਟਾਂ ਦੇ ਵਿੱਚ ਔਨ ਦਾ 에ਅਰ ਤੁਸੀਂ ਇਸੇ ਤਰ੍ਹਾਂ ਆਪਾਂ ਤੋਂ ਟਾਕ ਸ਼ੋ ਕਰ ਰਹੇ ਸੀਗੇ ਜਿੰਨੀ ਵੀ ਸਾਨੂੰ ਜਾਣਕਾਰੀ ਮਿਲੀ ਸੀ ਉਸੇ ਵੇਲੇ ਅਸੀਂ ਕੱਢਿਆ ਸੀਗਾ ਪਤਾ ਕਰਵਾਇਆ ਸੀਗਾ ਵੀ ਉਹ ਜਿਹੜਾ DSP ਇੱਕ ਨਿਰੰਕਾਰੀ ਬੰਦਾ ਸੀਗਾ ਜਿਸ ਨੇ ਇਹ ਹਦਾਇਤ ਜਿਸ ਦੇ ਕਹਿਣ ਦੇ ਉੱਤੇ ਹਦਾਇਤ ਦੇ ਉੱਤੇ ਉਹ ਜਿਹੜੀ ਪੱਗ ਉਤਾਰੀ ਗਈ ਸੀਗੀ ਸੋ ਵੀਰ ਜੀ ਸਤਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਨੂੰ ਪਤਾ ਤੁਹਾਡਾ ਸਮਾਂ ਬਹੁਤ ਜ਼ਰੂਰੀ ਹੈ ਤੁਹਾਨੂੰ ਹੋਰ ਵੀ ਰਜੇਵੇਂ ਹੁੰਦੇ ਆ ਸੋ ਪਰ ਅਸੀਂ ਤੁਹਾਡਾ ਤਹਿ ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਅਤੇ ਜਿਹੜੀ ਉੱਥੋਂ ਦੀ ਐਗਜੈਕਟ ਜੋ ਸਿਚੁਏਸ਼ਨ ਆ ਉਹ ਸਾਰਿਆਂ ਦੇ ਸਾਹਮਣੇ ਰੱਖੀ ਜੀ ਮੈਨੂੰ ਜੀ ਇਸ ਦੁੱਖ ਵਾਲੇ ਸਮੇਂ 'ਚ ਵੀ ਸਿਰਫ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਚਾਹੇ ਦੂਰ ਦੁਰਾਡੇ ਬੈਠੇ ਹਾਂ ਕਿਸੇ ਵੀ ਕੰਟਰੀ 'ਚ ਬੈਠੇ ਹਾਂ ਪਰ ਸਾਡੀ ਸੋਚ ਸਾਡੀ ਭਾਵਨਾ ਸਾਡਾ ਪਿਆਰ ਅਜੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਪੂਰਾ ਬਖੂਬੀ ਜੁੜਿਆ ਹੋਇਆ ਜੀ ਤੇ ਅਸੀਂ ਆਪਣੀ ਜਿਹੜੀ ਜ਼ਰੂਰਤ ਸਮਝਦੇ ਹਾਂ ਕਿ ਆਪਾਂ ਸਾਰੇ ਇੱਕਜੁੱਟ ਹੋ ਕੇ ਮਿਲ ਕੇ ਕੋਈ ਸਟੈਂਡ ਲਈਏ ਤਾਂ ਜੋ ਅੱਗੇ ਤੋਂ ਇਹੋ ਜਿਹੀਆਂ ਜਿਹੜੀਆਂ ਘਿਨੌਣੀਆਂ ਕਾਰਵਾਈਆਂ ਨਾ ਹੋਣ ਜੀ ਤੇ ਇੱਕ ਬੇਨਤੀ ਹੋਰ ਇੱਕ ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਕਿ ਅਗਲੀ ਵਾਰੀ ਘੱਟੋ ਘੱਟ ਜਿਹੜੇ ਇਹਨਾਂ ਦੇ ਕੋਈ ਲੀਡਰ ਨੇ ਜਾਂ ਜਿਹੜੇ ਪ੍ਰਬੰਧਕ ਨੇ ਜਾਂ ਚਾਹੇ ICPC ਦੇ ਪ੍ਰਧਾਨ ਨੇ ਉਹਨਾਂ ਨੂੰ ਨਾਲ ਲਾਈਨ ਤੇ ਲਓ ਘੱਟੋ ਘੱਟ ਉਹ ਪਬਲਿਕ ਜਿਹੜੀ ਦੁਖੀ ਹੈ ਉਹ ਆਪ ਇਹਨਾਂ ਕੋਲੋਂ ਕੁਐਸਚਨ ਪੁੱਛੇ ਤੇ ਇਹ ਜਵਾਬ ਦੇਣ ਦੀ ਇਹੋ ਜਿਹੀ ਕਾਰਵਾਈ ਕਿਉਂ ਤੇ ਬਿਲਕੁਲ ਭਾਜੀ ਤੁਹਾਨੂੰ ਕਾਲ ਕਰੀਏ ਜੀ ਜੀ ਅਸੀਂ ਵੀ ਇੱਕ ਪਬਲਿਕ ਵਾਂਗੂ ਤੁਹਾਨੂੰ ਕਾਲ ਕਰੀਏ ਤੇ ਅਸੀਂ ਵੀ ਆਪਣੇ ਜਿਹੜੇ ਦੁਖੀ ਦਿਲ ਦੀ ਜਿਹੜੀ ਗੱਲਬਾਤ ਸ਼ੇਅਰ ਕਰੀਏ अपने रजेवियां दा बहाना बारदे होए ਉਹ ਭੱਜ ਗਏ ਕਿਉਂਕਿ ਉਹਨਾਂ ਨੂੰ ਸੱਚਾਈ ਸਾਹਮਣੇ ਨਹੀਂ ਉਹ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ ਸੋ ਉਹ ਸਾਰਿਆਂ ਨੂੰ ਪਤਾ ਹੈ ਵੀ ਕਿੰਨੇ ਕੁ ਡਰਪੋਕ ਜਿਹੜੇ ਆ ਅਤੇ ਅੱਜ ਕੱਲ੍ਹ ਦੇ ਜਿਹੜੇ ਸਾਡੇ ਨੇਤਾ ਜਿਹੜੇ ਸਿਰਮੌਰ ਬਣੇ ਫਿਰਦੇ ਆ ਸਾਡੇ ਪੰਥ ਦੇ ਤੋ ਇੱਕ ਸ਼ਰਮ ਵਾਲੀ ਗੱਲ ਆ ਸਾਰਿਆਂ ਦੇ ਲਈ ਹੀ ਅਤੇ ਬਹੁਤ ਬਹੁਤ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਭਾਈ ਸਤਪਾਲ ਸਿੰਘ ਦੁਗਰੀ ਜੀ ਅਤੇ ਉਮੀਦ ਕਰਦੇ ਹਾਂ ਤੁਸੀਂ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਇੱਦਾਂ ਹੀ ਕੋਈ ਵੀ ਇੱਦਾਂ ਦੀ ਕੋਈ ਵੀ ਘਟਨਾ ਹੋਵੇ ਤਾਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਇਹਦੇ ਨਾਲ ਨਾਲ ਪੰਜਾਬੀ ਰੇਡੀਓ USA ਦਾ ਜਿਹੜਾ ਵੀ ਤੁਹਾਨੂੰ ਸਹਿਯੋਗ ਚਾਹੀਦਾ ਹੋਵੇ ਕਦੇ ਵੀ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਹਮੇਸ਼ਾ ਹੀ ਹਾਜ਼ਰ ਬਿਲਕੁਲ ਤੁਹਾਡੀ ਗੱਲ ਸਾਡੇ ਸਿਰ ਮੱਥੇ ਸਹਿਯੋਗ ਹੈ ਜੀ ਕਿ ਆਪਾਂ ਮਿਲ ਜੁਲ ਕੇ ਸਾਰੇ ਸੇਵਾ ਕਰਦੇ ਰਹੀਏ ਜੀ ਠੀਕ ਆ ਆਓ ਫਿਰ ਗੱਲ
ਸੋ ਇਹਦੇ ਨਾਲ ਹੀ ਬਹੁਤ ਅਸੀਂ ਚੱਲਦੇ ਹਾਂ ਜਿਹੜੇ ਆਪਣੇ ਰੈਗੂਲਰ ਪ੍ਰੋਗਰਾਮਸ ਆ ਉਹਨਾਂ ਜੀ ਜੀ ਅਤੇ ਉਸ ਤੋਂ ਪਹਿਲਾਂ ਹਰਵਿੰਦਰ ਸਿੰਘ ਜੀ ਆਪਾਂ ਜਾਣ ਤੋਂ ਪਹਿਲਾਂ ਮੈਂ ਆਪਣੇ ਪੰਜਾਬੀ ਰੇਡੀ USA ਦੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਜਿਹੜੀ ਕੱਲ੍ਹ ਦੀ ਜਿਹੜੀ ਅਸੀਂ ਇੰਟਰਵਿਊ ਕੀਤੀ ਸੀ ਵੀਰ ਸਤਪਾਲ ਸਿੰਘ ਹੁਣਾਂ ਦੇ ਨਾਲ ਉਹ ਵੀ ਅਸੀਂ ਆਪਣੇ ਫੇਸਬੁੱਕ ਫੈਨ ਪੇਜ ਦੇ ਉੱਤੇ ਵੀ ਰੱਖੀ ਹੋਈ ਆ, ਯੂਟਿਊਬ ਦੇ ਉੱਤੇ ਵੀ ਤੁਸੀਂ ਅਸੀਂ ਚਾੜੀ ਹੋਈ ਆ, ਅਤੇ ਤੁਸੀਂ ਇਸ ਨੂੰ ਜਦੋਂ ਮਰਜ਼ੀ ਤੁਸੀਂ ਸੁਣ ਸਕਦੇ ਹੋ ਅਤੇ ਬਿਲਕੁਲ। ਅਤੇ ਜਿਹੜੀ ਅੱਜ ਦੀ ਜਿਹੜੀ ਹੁਣ ਆਪਾਂ ਜਿਹੜੀ ਇੰਟਰਵਿਊ ਕੀਤੀ ਆ, ਜਿਹੜੀ ਇਹ ਗੱਲ ਕੀਤੀ ਆ, ਉਹ ਵੀ ਆਪਾਂ ਜ਼ਰੂਰ ਆਪਣੇ ਅਸੀਂ ਆਪਣੇ ਫੇਸਬੁੱਕ 'ਤੇ ਵੀ ਜਲਦੀ ਹੀ ਅਪਲੋਡ ਕਰਾਂਗੇ ਅਤੇ ਨਾਲ ਹੀ ਯੂਟਿਊਬ ਦੇ ਉੱਤੇ ਵੀ ਜਲਦੀ ਹੀ ਅਪਲੋਡ ਕਰਾਂਗੇ। ਅਤੇ ਤੁਸੀਂ ਵੀ ਜੇ ਤੁਹਾਡੇ ਵੀ ਦਿਲ ਦੇ ਵਿੱਚ ਕੋਈ ਵੀ ਵਿਚਾਰ ਜਾਂ ਕੁਛ ਵੀ ਆਉਂਦਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਫੋਨ ਵੀ ਕਰ ਸਕਦੇ ਹੋ। ਅਤੇ ਇੱਕ ਵਾਰੀ ਮੈਂ ਫੇਰ ਦੱਸਣਾ ਚਾਹੂੰਗਾ ਵੀ ਪੰਜਾਬੀ ਰੇਡੀਓ USA ਇਸ ਟਾਈਮ ਜਿਹੜੀ ਇਹ ਜਿਹੜੀ ਖਬਰ ਆ ਇਸ ਨੂੰ ਕਰਨ ਵਾਲਾ ਦੁਨੀਆ ਦਾ ਪਹਿਲਾ ਰੇਡੀਓ ਪਹਿਲਾ ਮੀਡੀਆ ਸੀਗਾ ਜਿਸ ਨੇ ਸਾਰੇ ਦੁਨੀਆ ਤਾਈਂ ਇਹ ਖਬਰ ਪਹੁੰਚਾਈ ਸੀਗੀ, ਜਿਸ ਤੋਂ ਬਾਅਦ ਦੇ ਵਿੱਚ UK ਦੇ ਵਿੱਚ ਅਤੇ ਪਰ ਅਜੇ ਵੀ ਅਫਸੋਸ ਜਿਸ ਗੱਲ ਦਾ ਵੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਅਜੇ ਤੱਕ ਇਸ ਖਬਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਅਤੇ ਸਾਰਾ ਕੁਛ ਬਾਹਰਲੇ ਜਿਹੜਾ ਮੀਡੀਆ ਆ ਉਸਨੂੰ ਕਰਨਾ ਪੈ ਰਿਹਾ। ਜਿੱਥੇ ਭੀੜ ਪਈ ਆ ਉੱਥੇ ਦੇ ਬੰਦੇ ਹੀ ਆਪ ਪਿੱਠ ਵੱਟ ਕੇ ਬੈਠੇ ਹੋਏ ਨੇ। ਅਤੇ ਇੱਕ ਵਾਰੀ ਫਿਰ ਹੀ ਆਪਣੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਤਪਾਲ ਸਿੰਘ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਰੇ ਹੀ ਉਹਨਾਂ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਅਤੇ ਆਪਣੇ ਵਿਚਾਰ ਦੱਸੇ। ਅਤੇ ਹਰਵਿੰਦਰ ਸਿੰਘ ਜੀ, ਹੁਣ ਆਪਾਂ ਇੱਕ ਗੁਰੂ ਸਾਹਿਬਾਂ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।